रेडियो चन्न परदेसी दे मान मत्ते श्रोतियो स्वागत है तुहाडा रेडियो चन्न परदेसी दी पंजाबी सथ दे विच। मैं हां तुहाडा दोस्त होस्ट सरवण सिंह टवाणा अमेरिका दी विंडी ते ठंडी सिटी शिकागो तो। शुरू करदे हां अज दा प्रोग्राम साडे नाल उगे पत्रकार ते ब्रॉडकास्टर सरदार संतोख सिंह गिल बड़का मार दे आ रहे ने। गिल साहब सत श्री अकाल जी, गुड मॉर्निंग, की हाल चाल ने तुहाडे? गुड मॉर्निंग। बड़का तो नहीं मैं मारदा, लेकिन पता की है, तुसी एक गल सुनी होनी है, कहिंदे भी जे कोई गोरा बीमार हो जाए जां बीमार ना भी होवे डॉक्टर कोल चल जावे ते उहनू कहिंदे भी तू अपना ना टेस्ट करा ला, ते जे उह टेस्ट करा के आवे ते उहदा रिपोर्ट जिहड़ी आ उह नैगेटिव आ जावे, उह कहिंदा भी थैंक गॉड बचा हो गया। ते साडे उल्ट कम, साडे जे कोई डॉक्टर किसी नू लिख दे भी तू आ टेस्ट करा ला ते उहदा नतीजा नैगेटिव आ जावे ते उह फिर आके कहिंदा वी लै यार आ 5000 रुपया भी लग गया, निकलिया तां कुछ नहीं गा। ते जल्दी उह रब दा धन्नवाद नहीं करदे भई बच गए, उह कहिंदे भी 5000 रुपया भी लग गया ते टेस्ट भी नैगेटिव आ गया, फायदा कोई नहीं होया। ते मैं भी कल कोरोना टेस्ट कराया सीगा, ਤੁਹਾਡਾ ਜੀ ਉਹ ਨੈਗੇਟਿਵ ਆ ਗਿਆ ਤੇ ਮੈਨੂੰ ਬੜਾ ਅਫਸੋਸ ਰਿਹਾ। ਕੱਲ ਸਾਰਾ ਦਿਨ ਮੈਂ ਤਾਂ ਬਹੁਤ ਅਫਸੋਸ ਚ ਰਿਹਾ, ਕਿਉਂਕਿ ਮੇਰਾ ਵੀ ਜੀ ਕਰਦਾ ਸੀਗਾ ਵੀ ਮੈਂ ਵੀ ਟਵੀਟ ਕਰਕੇ ਲਿਖਣ ਵੀ ਮੇਰਾ ਕੋਰੋਨਾ ਪੋਜ਼ਿਟਿਵ ਆ ਗਿਆ ਤੇ ਭਾਈ ਜਿਹੜੇ ਜਿਹੜੇ ਮੈਨੂੰ ਮਿਲੇ ਨੇ ਉਹ ਵੀ ਖਾਤ ਬਾਸ ਹੋ ਜਾਓ, ਪਰ ਮੇਰਾ ਸੁਪਨਾ ਤਾਂ ਵਿੱਚੇ ਧਰਿਆ ਧਰਾਇਆ ਰਹਿ ਗਿਆ ਜੀ। ਜੀ ਗਿੱਲ ਸਾਹਿਬ, ਵੈਸੇ ਤਾਂ ਕੋਰੋਨਾ ਤੁਹਾਡੇ ਵਰਗੇ 7-8 ਫੁੱਟ ਦੇ ਬੰਦੇ ਤੋਂ ਦੇਖ ਕੇ ਉਦੋਂ ਹੀ ਡਰ ਜਾਂਦੀ ਹੋਣੀ ਵੀ ਇਹਦੇ ਬੰਦੇ ਕੋਲ ਜਾ ਕੇ ਮੈਂ ਕੀ ਕਰੂੰਗੀ, ਕਿਹੜੇ ਕਿਹੜੇ ਅੰਗ ਨੂੰ ਛੂੰਗੀ, ਕਿੱਧਰ ਜਾਊਂਗੀ, ਬਾਅਦ ਦੀਆਂ ਗੱਲਾਂ ਨੇ। ਪਰ ਜਿਹੋ ਜਿਹੇ ਤੁਹਾਡੇ ਨਾ ਜਿਹਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ ਜਿਹੋ ਜਿਹੇ ਤੁਹਾਡੇ ਲੱਛਣ ਨੇ, ਕੋਰੋਨਾ ਉੱਥੇ ਕੁਛ ਨੀ ਕਰ ਸਕਦੀ, ਜੋ ਲਾਲ ਵਿੱਚ ਇਹਨੇ ਲਾਉਣਾ। ਹਾਂਜੀ, ਕੱਲ ਇਹਨੇ ਵੀ ਇੱਕ ਕਾਰਟੂਨ ਮੈਂ ਦੇਖੀ, ਕੱਲ ਮੈਂ ਕਾਰਟੂਨ ਦੇਖਿਆ ਦੁਬਾਰਾ ਜੀ, ਤੁਸੀਂ ਹੈਰਾਨ ਹੋਵੋਗੇ ਤੁਹਾਡੇ ਮੁਲਕ ਚ ਕਿਹੜੀਆਂ ਤਰੱਕੀਆਂ ਹੋਈਆਂ ਨੇ ਜਿਹੜੀਆਂ ਸਾਡੇ ਹੋ ਗਈਆਂ। ਕੱਲ ਦਿੱਲੀ ਚ ਕੋਰੋਨਾ ਨੈਗੇਟਿਵ ਮੂੰਹ ਤੇ ਮਾਸਕ ਬੰਨੀ ਕਰਦਾ ਸੀ, ਕੱਲ ਕੋਰੋਨੇ ਨੇ ਮਾਸਕ ਬੰਨ ਲਿਆ। ਉਹ ਕਹਿੰਦਾ ਵੀ ਭਾਈ ਹੁਣ ਮੇਰਾ ਔਖਾ ਹੋ ਗਿਆ ਇੱਥੇ ਰਹਿਣਾ, ਤੇ ਸਾਹ ਲੈਣਾ ਔਖਾ ਹੋ ਗਿਆ ਵਾ ਦਿੱਲੀ ਚ। ਕੱਲ ਕੋਰੋਨਾ ਮੂੰਹ ਬੰਨੀ ਫਿਰਦਾ ਸੀ ਆਪਦਾ, ਅੱਗੇ ਤਾਂ ਪੁਲਿਸ ਚਲਾਣ ਕਰਦੀ ਸੀ ਨਾ ਤੁਹਾਡਾ, ਵੀ ਜੇ ਤੁਸੀਂ ਮਾਸਕ ਨੀ ਪਾਇਆ ਤੇ ਤੁਹਾਡਾ 500 ਰੁਪਏ ਦਾ ਚਲਾਣ ਕਰਨਾ। ਕੱਲ ਕੋਰੋਨਾ ਮਾਸਕ ਬੰਨੀ ਫਿਰਦਾ ਸੀ, ਉਹ ਤਾਂ ਇਸ ਕਰਕੇ ਬੰਨੀ ਫਿਰਦਾ ਹੋਣਾ ਨਾ, ਉਧਰ ਆਪਣਾ ਰਾਜਪਾਲ ਕਹੀ ਜਾਂਦਾ ਕਹਿੰਦਾ ਗਿੱਲ ਤਾਂ ਅੱਜ ਢਿੱਲਾ ਜਾ ਹੋਇਆ ਫਿਰਦਾ, ਜੀਤ ਪਤਾ ਨੀ ਕਿੱਧਰ ਭੱਜ ਗਿਆ ਅੱਜ, ਕਹਿੰਦਾ ਉਹਦੇ ਨਾਲ ਖੜਿਆ ਨੀ ਅੱਜ ਜੀਤ। ਖੜਿਆ ਨੀ ਵੇ ਗਿੱਲ ਸਾਹਿਬ, ਇੱਕ ਗੱਲ ਦੱਸੋ, ਤੁਸੀਂ ਆਪਣੇ ਆਪ ਨੂੰ ਵੱਡੇ ਖੱਬੀ ਖਾਨ ਕਹਾਉਂਦੇ ਹੋ, 7 ਫੁੱਟ ਤੁਹਾਡਾ ਕੱਦ ਹੈ, ਕੱਲ ਪਰਸੋਂ ਮੈਨੂੰ ਪਤਾ ਲੱਗਿਆ ਵੀ ਮੁੱਲਾਪੁਰ ਦੇ ਪੱਤਰਕਾਰਾਂ ਨੇ ਤੂੰ ਬਾਣੀ ਪਾਤਾ ਭਜਾ ਭਜਾ ਕੇ, ਪਾਣੀ ਪਿਆ ਪਿਆ ਕੇ ਤੁਹਾਡੇ ਨਾਲ ਉਹ ਕੁਛ ਕਰਿਆ, ਤੁਹਾਨੂੰ ਫਿਰ ਆ ਕੇ ਫੇਸਬੁੱਕ ਤੇ ਆ ਕੇ ਇਹ ਕਹਿਣਾ ਪੈ ਗਿਆ ਵੀ ਇੱਥੇ ਕਈ ਚਮਗਿੱਦੜ ਰਹਿੰਦੇ ਨੇ ਜੀ। ਨਹੀਂ ਇਸ ਤਰ੍ਹਾਂ ਨੀ ਹੋਇਆ, ਆਪਾਂ ਪਾਣੀ ਪਾਉਣਾ। ਗੱਲ ਇਹ ਆ ਬਈ ਉਹਨਾਂ ਨੇ ਨਾ ਇੱਕ ਕੁਛ ਪੱਤਰਕਾਰਾਂ ਨੇ ਮੈਸੇਜ ਮਤਲਬ ਗਰੁੱਪਾਂ ਦੇ ਵਿੱਚ ਪਾਤਾ ਤੁਹਾਡਾ ਜੀ, ਸਾਡੇ ਇਸ ਲਾਣੇ ਦਾ ਹਾਲ ਇਹ ਆ ਬਈ, ਮੈਂ ਅੱਗੇ ਵੀ ਇੱਕ ਵਾਰੀ ਫੇਸਬੁੱਕ ਤੇ ਲਿਖਿਆ ਸੀਗਾ ਬਈ ਹੁਣ ਪੱਤਰਕਾਰਾਂ ਦੀ ਹਾਲਤ ਲਾਗੀਆਂ ਨਾਲੋਂ ਮਾੜੀ ਹੋਈ ਹੋਈ ਆ, ਮਤਲਬ ਇਹ ਅਸੀਂ ਜਿਹੜੇ ਜਮਾਨੇ ਚ ਅਸੀਂ ਪੱਤਰਕਾਰੀ ਸ਼ੁਰੂ ਕੀਤੀ ਜਾਂ ਜਿਨ੍ਹਾਂ ਲੋਕਾਂ ਨੇ ਸਾਨੂੰ ਇਸ ਰਾਹ ਤੇ ਤੋਰਿਆ, ਸੁਹੇਲ ਵਰਗਿਆਂ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਰਪਿਤ ਕੀਤੀ ਇਸ ਕਿੱਤੇ ਨੂੰ, ਅਸੀਂ ਤਾਂ ਉਹਨਾਂ ਤੋਂ ਇਹੀ ਸਿੱਖਿਆ ਸੀਗਾ ਵੀ ਇਹ ਸਭ ਤੋਂ ਪਵਿੱਤਰ ਕਿੱਤਾ ਤੇ ਇਹ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ, ਤੇ ਅੱਜ ਦੀ ਤਰੀਕ ਚ ਇਹ ਲੋਕਾਂ ਦੀ ਆਵਾਜ਼ ਘੱਟ ਤੇ ਲਾਗੀ ਪੁਣੇ ਦਾ ਕੰਮ ਜ਼ਿਆਦਾ ਕਰਦਾ, ਢਿੱਡ ਦੀਆਂ ਰੋਟੀਆਂ ਬਣ ਗਿਆ, ਢਿੱਡ ਦੀਆਂ ਰੋਟੀਆਂ ਬਣ ਗਿਆ ਲੀਡਰਾਂ ਦੀਆਂ, ਹਾਂ ਲੀਡਰਾਂ ਦੀਆਂ ਸਿਫਤਾਂ ਦੀਆਂ ਖਬਰਾਂ, ਤੇ ਫਿਰ ਖਬਰ ਲਾ ਕੇ ਫਿਰ ਖਬਰ ਪੜਾਉਣ ਵੀ ਜਾਂਦੇ ਆ ਉਹਨਾਂ ਨੂੰ ਵੀ ਆਹ ਲਾਓ ਜੀ ਤੁਹਾਡੀ ਖਬਰ ਲਾ ਤੀ, ਤਾਂ ਕਿ ਫਿਰ ਉਹ ਲਾਗ ਦੇ ਦੇਣ, ਛਿੱਲੜ ਦੇ ਦੇਣ ਚਾਰ, ਢਿੱਡ ਦੀਆਂ ਰੋਟੀਆਂ ਨਾ, ਤੇ ਕਈ ਵਾਰੀ ਇਹੋ ਜਿਹੀਆਂ ਗੱਲਾਂ ਹਾਂ ਉਹ ਹੋ ਜਾਂਦੀਆਂ ਨੇ, ਤੇ ਉਸੇ ਚੱਕਰ ਚ ਆ ਹੁਣ ਨਾ ਦਿਵਾਲੀ ਦੁਸਹਿਰਾ ਜਿਹਾ ਆਉਣਾ ਵਾ ਤੁਹਾਡਾ ਜੀ,
ਫੈਸਟੀਵਲ ਸੀਜ਼ਨ ਆ ਉਹ ਤਾਂ ਐਤੀ ਫੈਸਟੀਵਲ ਸੀਜ਼ਨ ਜਿਹੜਾ ਉਹ ਮਤਲਬ ਅਫਸੋਸਿਆ ਜਿਹਾ ਹੀ ਰਹੂਗਾ ਕਿਉਂਕਿ ਕਾਰੋਬਾਰ ਮੱਠੇ ਨੇ ਕੰਮ ਕਾਰ ਵੀ ਠੰਡੇ ਪਏ ਨੇ ਤੇ ਉਧਰ ਰਾਜਨੀਤਿਕ ਲੀਡਰਾਂ ਦੀ ਪੁੱਛ ਗਿੱਛ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਘਟਾਈ ਹੋਈ ਆ ਉਹਨਾਂ ਨੂੰ ਇਸ ਵੇਲੇ ਕੋਈ ਬਾਹਲਾ ਪੁੱਛ ਗਿੱਛ ਨਹੀਂ ਕਰ ਰਿਹਾ ਉਹਨਾਂ ਦੀ ਸੋ ਪਰ ਉਂਝ ਅੱਗੇ ਰਿਵਾਜ ਇਹ ਆ ਵੀ ਜਿਹੜੇ ਰਾਜਨੀਤਿਕ ਲੀਡਰ ਆਪਣੇ ਇਲਾਕੇ ਦੇ ਪੱਤਰਕਾਰਾਂ ਨੂੰ ਖੁਸ਼ ਰੱਖਣ ਲਈ ਜਾਂ ਸਮਝ ਲਓ ਬਈ ਜਿਹੜੀ ਉਹਨਾਂ ਦੀ ਚਾਪਲੂਸੀ ਸਾਲ ਭਰ ਕੀਤੀ ਹੁੰਦੀ ਆ ਉਹਦੇ ਬਦਲੇ ਚ ਉਹਨਾਂ ਦਾ ਮੁੱਲ ਮੋੜਨ ਲਈ ਉਹਨਾਂ ਨੂੰ ਇੱਕ ਦਾਰੂ ਦੀ ਬੋਤਲ ਜਾਂ ਕੋਈ ਹੋਰ ਕੋਈ ਗਿਫਟ ਕੋਈ ਡਰਾਈ ਫਰੂਟ ਕੋਈ ਲੱਲਣ ਭੱਬਣ ਕੋਈ ਕਈ ਤਾਂ ਝੱਗੇ ਚੁੰਨੀਆਂ ਤੱਕ ਦੇਣ ਲਈ ਇਹੋ ਜਿਹੇ ਕੁਛ ਕਰਦੇ ਨੇ ਇਹ ਜਿਹੜਾ ਲਾਗੀ ਪੁਣਾ ਸਾਨੂੰ ਆਦਤ ਪੈ ਗਈ ਉਹ ਲਾਗ ਲੈਣ ਦੇ ਚੱਕਰ ਚ ਉਸ ਪੱਤਰਕਾਰਾਂ ਨੇ ਨਾ ਮੁੱਲਾਪੁਰ ਦੇ ਵਿੱਚ ਇੱਕ ਲਿਸਟ ਜਾਰੀ ਕਰਤੀ ਤੇ ਉਹਦੇ ਤੇ ਇਹ ਲਿਖਤਾ ਵੀ ਇਸ ਇਲਾਕੇ ਚ ਆਹੀ ਪੱਤਰਕਾਰ ਨੇ ਇਹੀ ਸਾਡੀ ਕਲੱਬ ਦੇ ਮੈਂਬਰ ਨੇ ਹੋਰ ਇੱਥੇ ਕੋਈ ਪੱਤਰਕਾਰ ਹੈ ਨਹੀਂ ਗਾ ਤੇ ਜਦੋਂ ਮੈਂ ਇਹ ਦੇਖਿਆ ਤਾਂ ਕੁਦਰਤੀ ਗੱਲ ਆ ਸਾਡੇ ਵਰਗੇ ਬੰਦਿਆਂ ਨੂੰ ਫਿਰ ਤਕਲੀਫ ਤਾਂ ਹੁੰਦੀ ਆ ਕਿਉਂਕਿ ਅਸੀਂ ਤਾਂ ਨਾ ਜ਼ਿੰਦਗੀ ਚ ਲਾਗ ਲਿਆ ਤੇ ਨਾ ਲੈਣਾ ਤੇ ਨਾ ਹੀ ਲਾਗੀ ਪੁਣੇ ਵਾਲਾ ਕੰਮ ਕੀਤਾ ਮੈਂ ਤਾਂ ਕਦੇ ਮੈਨੂੰ ਤਾਂ ਮੇਰੇ ਤੋਂ ਕਿਸੇ ਦੀ ਸਿਫਤ ਵਾਲੀ ਖ਼ਬਰ ਲਿਖੀ ਹੋਈ ਨੀ ਜਾਂਦੀ ਤੁਹਾਡਾ ਜੀ ਪਤਾ ਨੀ ਮੇਰੇ ਕਲਬ ਨੂੰ ਕੀ ਹੋਇਆ ਹੋਇਆ ਵਾ ਮੇਰੇ ਤੋਂ ਕਿਸੇ ਦੀ ਸਿਫਤ ਵਾਲੀ ਖ਼ਬਰ ਨਹੀਂ ਲਿਖੀ ਜਾਂਦੀ ਸੋ ਮੈਨੂੰ ਤਾਂ ਲਿਖਣਾ ਪਿਆ ਕਿਉਂਕਿ ਜਿਹੜੇ ਆ ਮਹੰਤ ਜਿਹਨਾਂ ਨੂੰ ਕਹਿੰਦੇ ਨੇ ਜਾਂ ਪੁੱਤਰੇ ਕਹਿੰਦੇ ਨੇ ਇਹਨਾਂ ਦੇ ਵੀ ਏਰੀਏ ਵੱਡੇ ਹੁੰਦੇ ਨੇ ਨਾ ਬਈ ਜੇ ਉੱਥੇ ਕੋਈ ਦੂਜੇ ਏਰੀਏ ਦਾ ਖੁਸਰਾ ਆ ਕੇ ਵਧਾਈ ਮੰਗਣ ਚੱਲ ਜਾਵੇ ਤਾਂ ਫਿਰ ਉਹਨੂੰ ਕਈ ਵਾਰੀ ਕੁੱਟ ਕਟਾਪੇ ਤੱਕ ਚੱਲ ਜਾਂਦੇ ਕਈ ਵਾਰੀ ਥੋੜਾ ਜਿਹਾ ਹੋਰ ਅੱਗੇ ਜਾਣਾ ਤੁਹਾਤੋਂ ਹੋਰ ਵੀ ਅੱਗੇ ਜਾਣਾ ਚਾਹੁੰਦਾ ਤੁਸੀਂ ਸਿੱਧਾ ਕਹੋ ਜੋ ਅੱਜ ਕੱਲ ਪੰਜਾਬ ਚ ਚੱਲ ਰਿਹਾ ਹੱਡਾ ਰੋੜੀ ਦੇ ਕੁੱਤੇ ਵੀ ਆਪਣੇ ਏਰੀਏ ਵਿਚ ਦੂਜੇ ਕੁੱਤੇ ਨੂੰ ਵੜਨ ਨਹੀਂ ਦਿੰਦੇ ਪਹਿਲਾਂ ਉਹ ਹੱਡਾ ਰੋੜੀ ਦੇ ਪਸ਼ੂ ਨੂੰ ਖਾਣ ਤੋਂ ਪਹਿਲਾਂ ਕੁੱਤੇ ਨੂੰ ਖਾ ਜਾਂਦੇ ਨੇ ਗਿੱਲ ਸਾਹਿਬ ਅੱਜ ਕੱਲ ਦੇ ਪੱਤਰਕਾਰਾਂ ਨੇ ਤਾਂ ਬਹੁਤ ਅੱਗੇ ਤੱਕ ਚਲੇ ਗਏ ਨੇ ਪਰ ਆਪਾਂ ਨੇ ਸਾਰੇ ਪੱਤਰਕਾਰਾਂ ਬਾਰੇ ਨਹੀਂ ਕਹਿੰਦੇ ਅਸੀਂ ਕਿਸੇ ਨੂੰ ਨਿੰਦਦੇ ਨੇ ਅਸੀਂ ਵੀ ਉਹਨਾਂ ਦੇ ਵਿੱਚ ਆਉਂਦੇ ਹਾਂ ਬਿਲਕੁਲ ਕੋਈ ਸ਼ੱਕ ਮੈਂ ਪਹਿਲਾਂ ਕਹਿ ਚੁੱਕਿਆ ਕੋਈ ਸਾਡੀ ਇਹ ਗੱਲ ਦਾ ਗਲਤ ਅੰਦਾਜ਼ਾ ਨਾ ਲਾ ਲਵੇ ਨੰਗੀ ਤਾਰ ਨੂੰ ਹੱਥ ਲਾਉਣ ਦੇ ਬਰਾਬਰ ਆ ਪੱਤਰਕਾਰੀ ਚਾਹੀਦੇ ਨੇ ਕਿਆ ਬਾਤ ਨੰਗੀ ਤਲਵਾਰ ਦੇ ਉੱਤੇ ਤੁਰਨ ਦੇ ਬਰਾਬਰ ਆ ਕਿਆ ਬਾਤ ਥੇਲੀ ਦੇ ਉੱਤੇ ਜਾਨ ਧਰ ਕੇ ਤੁਰਨ ਦੇ ਬਰਾਬਰ ਆ ਇਹ ਪੱਤਰਕਾਰੀ ਕੰਡਿਆਂ ਦੀ ਸੇਜ ਆ ਇਹ ਕੋਈ ਸੌਖਾ ਕੰਮ ਨਹੀਂ ਹੈ ਜੇ ਸਹੀ ਮਿਹਨਤ ਕਰਨੀ ਆ ਸੌਖੀ ਨੀ ਡਰਾਈਵਰੀ ਬਿੱਲੋ ਪੈਂਦੇ ਸੱਪ ਦੇ ਸਿਰੀ ਤੇ ਨੋਟ ਚੱਕਣੇ ਹਾਂ ਇਸ ਕਰਕੇ ਕੋਈ ਸੌਖਾ ਕੰਮ ਨੀ ਹੈ ਜਿਹੜੇ ਲੋਕੀ ਕਿਸਾਨਾਂ ਬਾਰੇ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬੋਲਦੇ ਨੇ ਉਹ ਇਹ ਭੁੱਲ ਜਾਂਦੇ ਨੇ ਵੀ ਜਦੋਂ ਸਾਉਣ ਦੇ ਮਹੀਨੇ ਚ ਸੱਪ ਨਿਕਲਦੇ ਨੇ ਤਾਂ ਫਿਰ ਬੱਟਾਂ ਦੇ ਉੱਤੇ ਉਹਨਾਂ ਸਿਰੀਆਂ ਦੇ ਉੱਤੇ ਪੈਰ ਧਰ ਕੇ ਕਿਸਾਨਾਂ ਨੂੰ ਵੀ ਆਪਣੀ ਜ਼ਿੰਦਗੀ ਜੋਖਮ ਚ ਪਾਉਣੀ ਪੈਂਦੀ ਹੈ ਸੋ ਕੋਈ ਗੱਲ ਨੀ ਇਹ ਆਪਣਾ ਅੱਜ ਦਾ ਵਿਸ਼ਾ ਨਹੀਂ ਹੈ ਪਰ ਫਿਰ ਵੀ ਕੋਈ ਨੀ ਤੁਸੀਂ ਛੇੜ ਲਿਆ ਤਾਂ ਮੈਨੂੰ ਤਾਂ ਇਹ ਗੱਲ ਕਹਿਣੀ ਪੈ ਗਈ ਲੇਕਿਨ ਉਹ ਗੱਲ ਇਹ ਆ ਬਈ ਸਾਡਾ ਕਿੱਤਾ ਸੱਚੀ ਮੁੱਚੀ ਬਹੁਤ ਹੀ ਮਤਲਬ ਹੈ ਪਵਿੱਤਰ ਕਿੱਤਾ ਵਾ ਬਾਬੇ ਨਾਨਕ ਨੇ ਐਵੇਂ ਬਹੁਤ ਸਾਰੇ ਲੋਕੀ ਆਪਾਂ ਦੇਖਦੇ ਅਸਲ ਚ ਸਮੇਂ ਤੇ ਗਿੱਲ ਸਾਹਿਬ ਇਹ ਬਹੁਤ ਉੱਪਰ ਹੁੰਦਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਮੈਂ ਛੇੜਿਆ ਤਾਂ ਹੈ ਮੈਂ ਇਹ ਛੇੜਿਆ ਤਾਂ ਹੈ ਅੱਜ ਦੀ ਗੱਲ ਜਿਹੜੇ ਹਾਲਾਤਾਂ ਦੇ ਵਿੱਚ ਦੁਨੀਆ ਚੱਲ ਰਹੀ ਹੈ ਜਿਹੜੇ ਹਾਲਾਤਾਂ ਦੇ ਵਿੱਚ ਭਾਰਤ ਚੱਲ ਰਿਹਾ ਜਿਹੜੇ ਹਾਲਾਤਾਂ ਦੇ ਵਿੱਚ ਅੱਜ ਪੰਜਾਬ ਚੱਲ ਰਿਹਾ ਅੱਜ ਜੇ ਇਹਨੂੰ ਕੋਈ ਬਚਾ ਸਕਦਾ ਚੰਗੀ ਤੇ ਨਿਰਪੱਖ ਸੋਚ ਤੇ ਚੰਗੀ ਤੇ ਨਿਰਪੱਖਤਾ ਵਾਲੀ ਪੱਤਰਕਾਰੀ ਬਚਾ ਸਕਦੀ ਹੈ ਅੱਜ ਚੰਗੇ ਜੀ ਬਿਲਕੁਲ ਸੋਚ ਵਾਲੇ ਨਿਰਪੱਖ ਪੱਤਰਕਾਰਾਂ ਨੂੰ ਅੱਗੇ ਆਉਣਾ ਪਊਗਾ ਜਿਹੇ ਜਿਹੇ ਤਰੀਕੇ ਦੇ ਨਾਲ ਚਾਹੇ ਖੇਤੀ ਦੀ ਗੱਲ ਕਰੀਏ ਚਾਹੇ ਬੇਰੁਜ਼ਗਾਰੀ ਦੀ ਗੱਲ ਕਰੀਏ ਚਾਹੇ ਧਰਮ ਦੀ ਗੱਲ ਕਰੀਏ ਚਾਹੇ ਆਪਾਂ ਇਹ ਗੱਲ ਕਰੀਏ ਮਨਾਉਟੀ ਦੀ ਗੱਲ ਕਰੀਏ ਹਾਂ ਕਿਸੇ ਵੀ ਖਿੱਤੇ ਦੀ ਗੱਲ ਕਰ ਲਓ ਅੱਜ ਪੱਤਰਕਾਰੀ ਨੂੰ ਅੱਗੇ ਪਾਉਣਾ ਪਊਗਾ ਗੱਲ ਚੱਲੀ ਸੀ ਮਹਾਰਾਸ਼ਟਰ ਤੋਂ ਜਿੱਥੇ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦਾ ਮਾਮਲਾ ਸੀ ਜਿਸ ਤਰੀਕੇ ਦੇ ਨਾਲ ਪੱਤਰਕਾਰੀ ਨੇ ਬ੍ਰੌਡਕਾਸਟਿੰਗ ਨੇ ਆਪਣੇ ਰੋਲ ਨਿਭਾਏ ਨੇ ਸ਼ਰਮ ਆਉਂਦੀ ਹੈ ਆਪਣੇ ਆਪ ਦੇ ਵਿੱਚ ਆਪਾਂ ਨੂੰ ਮੈਨੂੰ ਵੀ ਸ਼ਰਮ ਆਉਂਦੀ ਹੈ ਇੱਥੇ ਬੈਠੇ ਨੂੰ ਅੱਜ ਵੀ ਕੀ ਸਾਡੇ ਰੋਲ ਕਹੇ ਜੇ ਨੇ ਦੁਨੀਆਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਸੀ ਅਸੀਂ ਕੀ ਕਰਿਆ ਆਪਣੇ ਸਮਾਜ ਦੇ ਸਾਡੇ ਸਮਾਜ ਦੇ ਵਾਸਤੇ
इस गल नाल संबंध तां कोई नहीं है, लेकिन मैं तुहानूं एक पुरानी गल सुणाउणा, छोटी जी गल आ, क्योंकि समा भी मेनू ध्यान रखना, क्योंकि अज अपने कोल इस हफ्ते दा आखरी दिन गल साहब चंगी गल कहण दे विच समा कोई इजाज दे दिंदा है, कोई फर्क नहीं पैंदा, तुसीं अपनी गल कहो। हाँ, दस बारह साल पहला दी गल है, तुहाडा जी ऐसी जाना पिंड है साडे नाल ही, जिथे हुण आपां बहुत खबरां कीतीआं ने कौमंत्री हवाई अड्डे दे बारे च, हैना हलवाड़ा हवाई अड्डा, ओहदे च जिहड़ी जमीन आउणी आ ओह ऐसी जाना पिंड दी आउणी आ। ऐसी जाना पिंड दे विच ना उपरों थली कई घटनावां वापरीआं, दो कुड़ियां जिहड़ियां ऐसी जाना ओही पिंड आ ना जिथे गुरु घर भी बड़ा मशहूर है। नहीं, पिंड हलवारे दे नाल लगदा, जिहड़ी हुण हलवारा अड्डे लई जमीन अक्वायर करनी आ 162 एकड़, ओह ऐतियाणा पिंड दे किसानां दी आ, ते उत्थे ना उपरों थली कुछ ऐसियां घटनावां वापरियां, 10 साल पुरानी गल आ, ते उत्थे इक दिन मतलब औरतां कुड़ियां नाल संबंधित सी, मतलब मामले कुड़ियां नूं, दो कुड़ियां नूं बरगला के लै गए, फिर ओह कुड़ियां तों कई रौला पै गया, ओह तों बाद इक जनरा उह इक मुंडे दा कतल हो गया, उहदे च वी ऐतियाणे दी इक कुड़ी दा इनवॉल्वमेंट सामने आ गई, तो उपरों थली कई दिन ऐतियाणे पिंड दीआं खबरां लगदीआं रहीआं। ते साडा इक मित्र सी ऐतियाणे तों, अजकल कनेडा रहिंदा वा, मास्टर सी ओह हरदेव सिंह, ते ओह मेरे नाल चंगी मित्रता सी उहनां दी, तो इक दिन मैनूं मिलिया, ਮੈਨੂੰ ਕਹਿੰਦਾ ਬਾਈ ਜੀ ਹੁਣ ਬੱਸ ਕਰੋ ਐਤੀਏਡ ਦੀਆਂ ਖਬਰਾਂ ਲਾਉਣੋ। ਮੈਂ ਕਿਹਾ ਯਾਰ ਅਸੀਂ ਕਿਹੜਾ ਕੋਲੋਂ ਬਣਾ ਕੇ ਲਾਉਂਦੇ ਹਾਂ, ਐਤੀਏਡ ਦੀਆਂ ਖਬਰਾਂ ਪਾਣੀ ਵਾਲੀ ਵਾਲੀਆਂ ਨੇ, ਅਸੀਂ ਕੀ ਕਰੀਏ। ਕਹਿੰਦਾ ਮੈਂ ਕਿਹਾ ਤੈਨੂੰ ਕੀ ਹੋ ਗਿਆ? ਕਹਿੰਦਾ ਮੈਨੂੰ ਕੱਲ ਕਿਸੇ ਬੰਦੇ ਨੇ ਪੁੱਛਿਆ ਕਿ ਮਾਸਟਰ ਜੀ ਤੁਹਾਡਾ ਪਿੰਡ ਐਤੀਏਡ ਵਾ? ਕਹਿੰਦਾ ਨਹੀਂ ਭਾਈ, ਮੈਂ ਕਿਹਾ ਮੇਰਾ ਪਿੰਡ ਤਾਂ ਮਹਿਤੀ ਆਣਾ ਵਾ, ਆਹ ਜਿਹੜੇ ਗੁਰਦੁਆਰੇ ਦੀ ਤੁਸੀਂ ਗੱਲ ਕਰਦੇ ਹੋ ਨਾ, ਉਹ ਗੁਰਦੁਆਰਾ ਮਹਿਤੀ ਆਣਾ ਵਾ। ਉਹ ਕਹਿੰਦਾ, ਮੈਂ ਕਿਹਾ ਵੀ ਨਹੀਂ ਮੇਰਾ ਪਿੰਡ ਐਤੀ, ਹਾਂ ਕਹਿੰਦਾ ਮੈਂ ਕਿਹਾ ਮੇਰਾ ਪਿੰਡ ਐਤੀ, ਹਾਂ ਮੇਰਾ ਪਿੰਡ ਕਹਿੰਦਾ ਮਹਿਤੀ ਆਣਾ ਵਾ। ਸੋ ਉਹੀ ਗੱਲ ਆ, ਆ ਕਿਸਾਨ ਰਾਜਪੂਤ ਦੇ ਮਾਮਲੇ ਦੇ ਉੱਤੇ ਜਿਹੜੀ ਪੱਤਰਕਾਰਾਂ ਨੇ ਜਾਂ ਅਖੌਤੀ, ਮੈਂ ਉਹਨੂੰ ਪੱਤਰਕਾਰ ਨੀ ਕਹਿੰਦਾ, ਉਹ ਅਖੌਤੀ ਪੱਤਰਕਾਰਾਂ ਨੇ ਜਾਂ ਬਰਾਡਕਾਸਟਰਾਂ ਨੇ ਜਾਂ ਚੈਨਲਾਂ ਵਾਲਿਆਂ ਨੇ ਜਿਹੜੀ ਖੇਹ ਉਡਾਈ ਆ, ਉਹਨੂੰ ਦੇਖ ਕੇ ਤਾਂ ਅਸੀਂ ਵੀ ਲੋਕਾਂ ਨੂੰ ਇਹ ਕਹਿਣ ਲੱਗ ਗਏ ਸੀ ਵੀ ਯਾਰ ਮੈਂ ਤਾਂ ਪੱਤਰਕਾਰ ਹੈ ਨੀ ਗਾ, ਮੈਂ ਤਾਂ ਛੱਡ ਤੇ 5-4 ਸਾਲ ਹੋ ਗਏ, ਹੁਣ ਨੀ ਮੈਂ ਪੱਤਰਕਾਰੀ ਕਰਦਾ। ਸੋ ਗੱਲ ਸਾਹਿਬ, ਚਲੋ ਆਪਾਂ ਮੈਨੂੰ ਇੱਕ ਗੱਲ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ ਪੈ ਗਈ, ਇੱਕ ਗੱਲ ਮੈਂ ਇਹ ਵੀ ਕਰਨੀ ਚਾਹੁੰਦਾ ਤੁਹਾਡੇ ਨਾਲ ਸਾਂਝੀ, ਗੱਲ ਅਮੈਰੀਕਾ ਦੀ ਹੈ। ਅਮੈਰੀਕਾ ਦੀ 2016 ਦੀ ਜਦੋਂ ਇਲੈਕਸ਼ਨ ਹੋਈ ਸੀ, ਗੱਲਾਂ ਉੱਠੀਆਂ ਸੀ ਕਿ ਉਦੋਂ ਦੇ ਵਾਈਸ ਪ੍ਰੈਜੀਡੈਂਟ ਪ੍ਰੈਜੀਡੈਂਟ ਓਬਾਮਾ ਦੇ ਨਾਲ ਜੋ ਬਾਈਡਨ ਜੀ ਜਿਹੜੇ ਅੱਜ ਕੱਲ੍ਹ ਪ੍ਰੈਜੀਡੈਂਟ ਦੀ ਇਲੈਕਸ਼ਨ ਲੜ ਰਹੇ ਨੇ, ਉਨ੍ਹਾਂ ਦੇ ਸਪੁੱਤਰ ਨੇ ਜਿਹੜੀ ਕਿ ਰਸ਼ੀਆ ਦਾ ਇੱਕ ਵੱਖਰਾ ਹੋਇਆ ਕੰਟਰੀ ਹੈ, ਉਹਦੇ ਨਾਲ ਮਿਲ ਕੇ ਗੈਸ ਕੰਪਨੀ ਦੀ ਇੱਕ ਡੀਲ ਕਰੀ ਸੀ, ਜਿਹਦੇ ਵਿੱਚੋਂ ਕਰੋੜਾਂ ਡਾਲਰਾਂ ਦੀ ਡੀਲ ਸੀ, ਉਹ ਮਿਲੀਅਨ ਡਾਲਰਾਂ ਦੀ ਡੀਲ, ਤੇ ਚਾਈਨਾ ਦੇ ਨਾਲ ਜਿਹੜੀਆਂ ਗੱਲਾਂ ਹੋਈਆਂ ਉੱਥੋਂ ਦੱਬ ਦਿੱਤੀਆਂ ਗਈਆਂ ਸੀ। ਜੋ ਬਾਈਡਨ ਨੂੰ ਜਦੋਂ ਪੁੱਛਿਆ ਗਿਆ, ਯੂਕਰੇਨ ਦੀ ਇਹ ਗੱਲ ਹੈ, ਜਦੋਂ ਜੋ ਬਾਈਡਨ ਨੂੰ ਇਹ ਪੁੱਛਿਆ ਗਿਆ, ਜੋ ਬਾਈਡਨ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ, ਹੁਣ ਤੱਕ ਵੀ ਕਹਿੰਦਾ ਮੈਨੂੰ ਪਤਾ ਹੀ ਨਹੀਂ, ਪਰ ਅੱਜ ਇਹ ਗੱਲ ਨਿਖਰ ਕੇ ਬਾਹਰ ਆ ਗਈ। ਜੋ ਬਾਈਡਨ ਦਾ ਇੱਕ ਲੈਪਟਾਪ ਜਦੋਂ ਰਿਪੇਅਰ ਹੋਣ ਲਈ ਇੱਕ ਸ਼ਾਪ ਤੇ ਜਾਂਦਾ ਹੈ, ਤਾਂ ਉਹਦੀ ਹਾਰਡ ਡਿਸਕ ਜਿਹੜੀ ਹੈ ਉਹ ਜਿਹੜੀ ਲੀਕ ਹੋ ਜਾਂਦੀ ਹੈ, ਸਾਰੀ ਦੀ ਸਾਰੀ ਹਾਰਡ ਡਿਸਕ ਜਿਹਦੇ ਵਿੱਚ ਸਾਰੀਆਂ ਇਹ ਭੇਦ ਜਿਹੜੇ ਨੇ ਇਹ ਬਾਹਰ ਆ ਜਾਂਦੇ ਨੇ, ਤੇ ਹੁਣ ਜੋ ਬਾਈਡਨ ਨੂੰ ਇਹ ਜਵਾਬ ਦੇਣੇ ਔਖੇ ਹੋ ਰਹੇ ਨੇ ਕਿ ਮੈਂ ਉਹਦੇ ਵਿੱਚ ਇਨਵਾਲਵ ਸੀ ਜਾਂ ਨਹੀਂ, ਸਾਈਨ ਜੋ ਬਾਈਡਨ ਦੇ ਹੋਏ ਹੋਏ ਨੇ ਉਹ ਡੀਲ ਦੇ ਉੱਤੇ, ਇੱਕ ਬੰਦੇ ਨੂੰ ਬਰਖਾਸਤ ਕਰਵਾਇਆ ਗਿਆ ਸੀ ਜਿਹਦੇ ਕਰਕੇ ਇਹ ਡੀਲ ਦੇ ਸਾਈਨ ਹੋਏ ਸੀ। ਹੁਣ ਇਹ ਜਿਹੜੀਆਂ ਗੱਲਾਂ ਨੇ ਅਮੈਰੀਕਾ ਦੀ ਚੋਣ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਉੱਥੇ ਅੱਗੇ ਨਿਕਲਣਗੀਆਂ, ਇਹ ਪੱਤਰਕਾਰੀ, ਪਰ ਨਾਲ ਦੀ ਨਾਲ ਸੋਸ਼ਲ ਮੀਡੀਆ ਨੇ, ਟਵਿੱਟਰ ਨੇ, ਫੇਸਬੁੱਕ ਨੇ, ਕਈਆਂ ਨੇ ਨਾਲ ਦੀ ਨਾਲ ਨਿਊਯਾਰਕ ਟਾਈਮ ਦੇ ਉੱਤੇ ਇਹ ਬੰਦ ਕਰ ਦਿੱਤਾ, ਬੈਨ ਲਾ ਤਾ, ਇਵਨ ਸਾਰੀਆਂ ਜਿੰਨੀਆਂ ਵੀ ਨੇ ਸੋਸ਼ਲ ਮੀਡੀਆ ਨੇ ਵੀ ਇਹ ਖਬਰ ਬਾਹਰ ਨਹੀਂ ਜਾਣੀ ਚਾਹੀਦੀ। ਹੁਣ ਇਹ ਗੱਲ ਦੀ ਪੱਤਰਕਾਰੀ ਦੇ ਉੱਤੇ, ਇਸ ਗੱਲ ਦਾ ਗੱਲ ਇੰਡੀਆ ਦੀ ਨਹੀਂ ਹੈਗੀ, ਗੱਲ ਅਮੈਰੀਕਾ ਚ ਵੀ ਉਹੀ ਹੋ ਰਹੀ ਹੈ, ਆਪਣੇ ਆਪਣੇ ਮਨੋਰਥਾਂ ਦੇ ਲਈ ਇਹ ਜਿਹੜੇ ਵੱਡੇ ਵੱਡੇ ਅਦਾਰੇ ਨੇ ਕਿਵੇਂ ਆਪਣੇ ਆਪ ਨੂੰ ਬਚਾਉਣ ਦੇ ਲਈ, ਪੈਸੇ ਕਮਾਉਣ ਦੇ ਲਈ ਕੀ ਕੰਮ ਕਰ ਸਕਦੇ ਨੇ, ਕਾਨੂੰਨਾਂ ਦੇ ਰਾਹੀਂ, ਕਾਨੂੰਨਾਂ ਦੇ ਥੱਲੇ, ਉਹਨਾਂ ਦੇ ਛਾਇਆ ਦੇ ਥੱਲੇ ਰਹਿ ਕੇ
अपने आप नूं किवें बचा करदे ने, इह हुण बहस दा वड्डा विशा अमेरिका दे विच, जिहड़ा कि आउण वाले दिनां दे विच बहुत भखूगा। अज तों मगरों, अज 8 बजे तों मगरों इह चीज़ देखांगे असीं। जी गल साहब, हुण तुसीं दस्सो। तुहाडी देखो गल इह आ बई जिहड़ा फेसबुक है ओहदे उत्ते भी पिछली जिहड़ी ट्रंप दी चोण सी ते साडे मुल्क दे विच मोदी दी चोण सी इहदे विच फेसबुक वालों लंबाए रोड की भी चर्चा जी लगातार होंगी रही है भी किमें उन्होंने जिड़िया झूठिया खबर फेक न्यूज से होर की कुछ उन्होंने लोगों के सामने परोसया किमें जिड़िया असल जिड़िया कहानिया से उन्होंने दबाया जा उन्होंने पिछे सुट के लोगों के सामने जिड़ा नवा नवे भरम भुलेखे पैदा करके जिड़ा यह दो लीडर जिताने के रोल अदा किया ਉਹਦੀ ਵੀ ਚਰਚਾ ਹੁੰਦੀ ਰਹੀ ਆ। ਚਲੋ ਅੱਜ ਆਪਣਾ ਇਹ ਵਿਸ਼ਾ ਨਹੀਂ ਹੈ ਪਰ ਫਿਰ ਵੀ ਆਪਾਂ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਕੱਲ ਜਿਹੜਾ ਕੱਲ ਵੀ ਚਰਚਾ ਕੀਤੀ ਅੱਜ ਅਮਰੀਕਾ ਲਈ ਚੋਣ ਕਾਫੀ ਲੰਬੀ ਹੈ ਇਹ ਗੱਲ ਵਿਸ਼ਾ ਆਪਾਂ ਅਗਲੇ ਵੀਕ ਤੇ ਛੱਡ ਦਿੰਦੇ ਹਾਂ ਕਿਉਂਕਿ ਜੇ ਆਪਾਂ ਨੇ ਸ਼ੁਰੂ ਕਰ ਲਿਆ ਪੂਰਾ ਅੱਜ ਆਪਾਂ ਟਾਈਮ 1 ਘੰਟਾ ਇਹਦੇ ਤੇ ਲੱਗ ਜੂਗਾ ਮੈਂ ਇਹ ਕਰਨਾ ਨਹੀਂ ਚਾਹੁੰਦਾ ਅਗਲੇ ਵੀਕ ਤੇ ਆਪਾਂ ਗੱਲ ਛੱਡਾਂਗੇ ਇਹ ਚਰਚਾ ਆਪਣੇ ਆਪ ਹੀ ਆਟੋਮੈਟਿਕਲੀ ਹੋ ਜਾਣੀ ਹੈ ਤਾਂ ਗਿੱਲ ਸਾਹਿਬ ਜੇ ਆਪਾਂ ਹੁਣ ਇੱਕ ਬ੍ਰੇਕ ਲੈ ਲਈਏ ਬ੍ਰੇਕ ਤੋਂ ਮਗਰੋਂ ਫਿਰ ਅਗਲੇ ਵਿਸ਼ੇ ਵੱਲ ਚੱਲਦੇ ਹਾਂ ਜੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ ਸਿੰਪਲ ਹੈ ਜੀ ਬਿਗ ਬਾਜ਼ਾਰ ਪਲਾਜ਼ਾ ਤੇ ਜੇ ਗਰੋਸਰੀ ਲੈਣੀ ਹੋਵੇ ਤਾਂ ਬਿਗ ਬਾਜ਼ਾਰ ਪਲਾਜ਼ਾ ਤੇ ਜੇ ਜਵੈਲਰੀ ਲੈਣੀ ਹੋਵੇ ਬਿਗ ਬਾਜ਼ਾਰ ਪਲਾਜ਼ਾ ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ ਸਿੰਪਲ ਹੈ ਜੀ ਬਿਗ ਬਾਜ਼ਾਰ ਪਲਾਜ਼ਾ ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ 'ਚ ਇੰਨਾ ਕੁਝ ਮਿਲ ਸਕਦਾ ਮਿਲੂਗਾ ਜੀ ਮਿਲੂਗਾ 100% ਹੀ ਮਿਲੂਗਾ बिग बाजार प्लाजा कैटरिंग दी सर्विस भी प्रोवाइड करता है सो फैमिली फंक्शंस अते कॉर्पोरेट इवेंट्स लई हमेशा याद रखो बिग बाजार प्लाजा बिग बाजार प्लाजा च ब्लू डायमंड बैंकेट हॉल च कॉल करन लई नंबर नोट कर लो 317-406-9924 317-406-9924 बिग बाजार तो इंडियन ग्रोसरी स्वीट्स या कैटरिंग सर्विस लई नंबर नोट कर लो 317-640-2400 317-640-2400 बिग बाजार प्लाजा दा पता नोट कर लो नियर 465 एमर्सन एक्सिट 5425 ईस्ट थॉमसन रोड इंडियन एप्लस इंडियाना 46237 गल साहब गल चलदी है हुण मेन विषय हैगा खेती कानूनां दा किसानां दा घोल बेसिट्टा होके दिल्ली तों वापस आ गया ਸਾਰੇ ਜਿੰਨੇ ਮੰਤਰੀ ਨੇ ਉਹ ਤੁਰੇ ਫਿਰਦੇ ਸੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਬੁਲਾ ਲਿਆ ਦਿੱਲੀ ਦੇ ਵਿੱਚ ਬੜਾ ਕੁਝ ਹੋਇਆ ਜੇ ਆਪਾਂ ਹੁਣ ਅਸਲੀ ਇਸ ਮੁੱਦੇ ਦੇ ਉੱਤੇ ਗੱਲ ਕਰੀਏ ਕਿਸ ਤਰੀਕੇ ਦੇ ਨਾਲ ਕੀ ਹੋਇਆ ਖੇਤੀ ਕਾਨੂੰਨਾਂ ਦੇ ਹਮਾਇਤੀ ਤੇ ਵਿਰੋਧੀ ਉਹਨਾਂ ਦੇ ਵਿੱਚ ਇੱਕ ਟਕਰਾਅ ਹੋਇਆ ਹਰਿਆਣੇ ਦੇ ਵਿੱਚ ਇੱਕ ਕਿਸਾਨ ਦੀ ਹੋ ਗਈ ਮੌਤ 7 ਕਿਸਾਨ ਆਗੂਆਂ ਦੇ ਉੱਤੇ ਕਤਲ ਦਾ ਕੇਸ ਹੋ ਗਿਆ ਦਰਜ ਜਦੋਂ ਆਪਾਂ ਇਹ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਗੱਲ ਜਾ ਰਹੀ ਹੈ ਕਿੱਧਰ ਨੂੰ ਜਾ ਰਹੀ ਹੈ ਆਪਾਂ ਨੇ ਅੱਜ ਨਿਚੋੜ ਵੀ ਕੱਢਣਾ ਇਹ ਜਿਹੜਾ ਘੋਲ ਹੈ ਕਿੱਧਰਲੇ ਪਾਸੇ ਨੂੰ ਜਾਣ ਦੀਆਂ ਸੰਭਾਵਨਾਵਾਂ ਨੇ ਕਿਸਾਨ ਜਥੇਬੰਦੀਆਂ ਪੰਜਾਬ ਦੇ ਕਿਸਾਨ ਜਾਂ ਭਾਰਤ ਦੇ ਕਿਸਾਨ ਇਸ ਘੋਲ ਨੂੰ ਚਾਲੂ ਰੱਖਣ ਦੇ ਵਿੱਚ ਕਿੰਨੇ ਕਾਮਯਾਬ ਰਹਿਣਗੇ ਜੀ ਗਿੱਲ ਸਾਹਿਬ ਤੁਹਾਡਾ ਜੀ ਖੇਤੀ ਕਾਨੂੰਨਾਂ ਦੇ ਹਮਾਇਤੀਆਂ ਤੇ ਵਿਰੋਧੀਆਂ ਦੇ ਟਕਰਾਅ ਚ ਕਿਸਾਨ ਦੀ ਮੌਤ ਦੀ ਗੱਲ ਤੁਸੀਂ ਕੀਤੀ ਆ ਇਹ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦਾ ਨਰਾਇਣਗੜ੍ਹ ਜਿਹੜਾ ਇਲਾਕਾ ਉੱਥੇ ਘਟਨਾ ਵਾਪਰੀ ਆ ਜਿੱਥੇ 72 ਸਾਲ ਦਾ ਕਿਸਾਨ ਭਰਤ ਸਿੰਘ ਜਿਹੜਾ ਉਹਦੀ ਮੌਤ ਹੋਈ ਆ ਤੇ ਇਹ ਜਿਹੜੀ ਮੌਤ ਹੋਈ ਆ ਇਹ ਉਸ ਸਮੇਂ ਹੋਈ ਜਦੋਂ ਕੇਂਦਰੀ ਮੰਤਰੀ ਤੇ ਅੰਬਾਲਾ ਤੋਂ ਲੋਕ ਸਭਾ ਦੇ ਮੈਂਬਰ ਰਤਨ ਲਾਲ ਕਟਾਰੀਆ ਤੇ ਕੁਰਕਸ਼ੇਤਰ ਤੋਂ ਲੋਕ ਸਭਾ ਦੇ ਮੈਂਬਰ ਨਾਇਬ ਸਿੰਘ ਸੈਣੀ ਇਹਨਾਂ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਪ੍ਰਤੀ ਜਾਗਰੂਕ ਕਰਨ ਲਈ ਜਿਹੜੀ ਟਰੈਕਟਰ ਰੈਲੀ ਸ਼ੁਰੂ ਕੀਤੀ ਸੀ ਤੇ ਜਦੋਂ ਇਹਦੀ ਭਿਣਕ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਪਈ ਤਾਂ ਉਹ ਇਹਦਾ ਵਿਰੋਧ ਕਰਨ ਲਈ ਕਾਲੀਆਂ ਝੰਡੀਆਂ ਲੈ ਕੇ ਉੱਥੇ ਪਹੁੰਚ ਗਏ ਤੇ ਇਸ ਕੜਮਸ ਦੇ ਵਿੱਚ ਇੱਕ 72 ਸਾਲ ਦੇ ਬਜ਼ੁਰਗ ਭਰਤ ਸਿੰਘ ਦੀ ਮੌਤ ਹੋ ਗਈ ਤੇ ਇਸ ਗੱਲ ਦਾ ਲਾਹਾ ਖੱਟਣ ਲਈ ਬੀਜੇਪੀ ਦੇ ਆਗੂਆਂ ਨੇ ਉਸ ਭਰਤ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਦੇ ਬਿਆਨਾਂ ਦੇ ਉੱਤੇ
सात किसान आगुआ के उत्ते मलकीत सिंह जेडे किसाना दे उस जत्थे की अगवाई कर रहे थे, मलकीत सिंह, फकीर चंद बुढ़ा खेड़ा, अमरजीत जय सिंह जलवेड़ा, सुखविंदर सिंह जलवेड़ा तो अलावा होरना के खिलाफ सत्त बंदियां के खिलाफ कतल का मुकदमा 302 धारा दे विच दर्ज कर लिया। ये वक्री गल है, उन्होंने किसानों को गिरफ्तार करने की हिम्मत नहीं पई सरकार की। दो घंटे की लंबी जद्दोजहद तो बाद पुलिस इस गल नहीं मनाने को जरूर कामयाब होगी बई बीजेपी वालों भाई तुम अपनी रैली कढ लो रोड वाली तो इन्हों आपकी हमायत वाली कढ लैन गो की आग्या उन्होंने देती बई हां केस दर्ज हो गया। लेकिन उदू बाद बीजेपी वाले ने आपकी रैली कढ़ी किसानों खेती कानूनों के हक च प्रचारण लिए काले झंडे वाले किसान ने उन्होंने विरोध के हूं दोबारा भी जी यह रैली कढ़ी मंत्री कटारिया जिहड़ा केंद्रीय मंत्री उन्हें इस मौके से किसानों के इकट्ठ को संबोधन करदिया कहा भी जी कांग्रेस पार्टी आ राजनीतिक कारण करके किसानों को गुमराह कर रही है जबकि जिहड़े कानून ने यह कानून असी कोई नवे नहीं बनाए ये कांग्रेस के तजवीजित कानून ने यह कांग्रेस भी बनाना चाहती थी मनमोहन सिंह की सरकार बने असी तो सिर्फ उन्होंने अगे बनाया वा तो यह किसानों के हमायती ने यह किसानों के पक्ष च ने बड़िया गल् कही गई उधर जिहड़ा किसान आगू की मौत हो जिहड़ी उह किसान की मौत हुई है जिहड़ा भाजपा समर्थक किसान सीगा जिहदी मौत हुई है उहदे बारे जिहड़ा किसान आगू मलकीत सिंह जिहनूं मुख दोषी ठहराया गया इस कतल केस दे विच उस मलकीत सिंह का बयान भी आया उन्हें दसिया भी यह 72 साल किसान बजुर्ग जिहड़ा सीगा इहदी दिल का दौरा पैण नाल मौत हुई आ साडे तां इह गल मड़ता ते तुहाडा जी तुहानूं पता भी दो दिन पहला अश्विनी शर्मा जिहड़े पंजाब भाजपा के प्रधान ने जदों ओह जलंधर च आए सी ते उहनां नूं काफी मुश्किलों का सामना करना पिया सी एक होटल दे विच घेरी रखे किसानों ने बाहर नहीं निकल दिता ते उदों बाद काफी ज्यादा हो हल्ला होने तो बाद अखीर पुलिस ने उन्होंने उतो बच बचा करके कढ दिता सी ते जदों ओह उतों निकले उदों बाद ओह टोल प्लाजा के उत्ते भी कुछ विरोध का सामना उन्होंने करना पिया क्योंकि टोल प्लाजा के उत्ते भी किसान बैठे सी ते उत्थे जदों ओहदे खिलाफ कालियां झंडियां ते नारेबाजी हुई ते उतों ओह निकल गए थोड़ी दूर जाके उन्होंने पुलिस के कोल एक शिकायत दर्ज कराई भी मेरे उत्ते हो गया हमला जानलेवा मेरी गड्डी भन ते शीशे टुटे हुए ते ओह सारा कुछ जिहड़ा सी ओह मीडिया के सामने दिखाया ते हुण ओहदे उत्ते तुहाडा जी जिहड़े खालड़ा मिशन के मुखी ने वकील साहब जगदीप सिंह रंधावा उन्होंने बड़ी मतलब है एक अनोखा दोष लाया अश्विनी शर्मा के उत्ते। उन्होंने गल कही है भी अश्विनी हां बिल्कुल जगदीप जिहड़े जगदीप सिंह रंधावा ने वकील ने खालड़ा मिशन के अजकल वह मुखी ने उन्होंने दोष लाया भी यह जिहड़ा अश्विनी शर्मा की गड्डी चंगी भरी सी इहदे उत्ते किसी ने हमला नहीं किया किसानों ने नारेबाजी जरूर की कालिया झंडियां जरूर दिखाई ने इनके भी रखिया पर उतो जो कटिया गिल साहब मैं एक गल दसनी चाहना भी तो भी ना अज किसी भी पहला ब्रॉडकास्ट किसी मीडिया ने गल नहीं कही सीधे तौर ते आके हुण तक किसानां दे कोल दी आ जिहड़ी 4-5 दिन हो गए अटैक होए नूं किसे ने नहीं कही बहुत वधिया तरीके नाल तुसीं बयान कर रहे हो जी गिल साहब जी मैं भी इस करके बयान कर रहा तुहाडा जी क्योंकि जिहड़े जगदीप सिंह रंधावा जिहड़े खालड़ा मिशन दे मुखी ने इस वेले उन्होंने यह गल बाकी नाल कही आ बेबाकी नाल ਭਈ ਅਸ਼ਵਨੀ ਸ਼ਰਮਾ ਦੇ ਉੱਤੇ ਝੂਠ ਬੋਲਣ ਦਾ ਪਰਚਾ ਦਰਜ ਹੋਣਾ ਚਾਹੀਦਾ ਨਾ ਕਿ ਜਿਹੜਾ ਕਿਸਾਨਾਂ ਦੇ ਉੱਤੇ ਪਰਚਾ ਦਰਜ ਕੀਤਾ ਉਹਨੂੰ ਰੱਦ ਕਰਨਾ ਚਾਹੀਦਾ ਉਹਨੇ ਕਿਹਾ ਇਹਨੇ ਝੂਠਾ ਪਰਚਾ ਦਰਜ ਕਰਾਇਆ ਕਿਉਂਕਿ ਜਦੋਂ ਟੋਲ ਪਲਾਜ਼ੇ ਤੋਂ ਗੱਡੀ ਲੰਘੀ ਆ ਉਹ ਕੈਮਰਿਆਂ ਦੇ ਵਿੱਚ ਗੱਡੀ ਸਾਫ਼ ਲੰਘਦੀ ਆ ਉਹਦੇ ਸ਼ੀਸ਼ੇ ਸਾਫ਼ ਨੇ ਇਹਦਾ ਮਤਲਬ ਹੈ ਇਹ ਗਾਂਹ ਜਾ ਕੇ ਸ਼ੀਸ਼ੇ ਤੋੜੇ ਗਏ ਨੇ ਉਹਨੇ ਤਾਂ ਸਿੱਧਾ ਦੋਸ਼ ਲਾਇਆ ਵੀ ਅਸ਼ਵਨੀ ਸ਼ਰਮਾ ਨੇ ਤੇ ਉਹਦੇ ਹਮਾਇਤੀਆਂ ਨੇ ਖੋਦੀ ਤੋੜ ਕੇ ਕਿਸਾਨਾਂ ਦੇ ਉੱਤੇ ਝੂਠਾ ਪਰਚਾ ਦਰਜ ਕਰਵਾਇਆ। ਤੁਹਾਡਾ ਜੀ ਮੈਂ ਹੁਣ ਇਹਨੂੰ ਉਸ ਤਰੀਕੇ ਨਾਲ ਦੇਖਦਾ ਵੀ ਮੈਨੂੰ ਇੰਜ ਲੱਗਣ ਲੱਗ ਗਿਆ ਵੀ ਬੀਜੇਪੀ ਦਾ ਜਿਹੜਾ ਪਹਿਲਾਂ ਏ ਪਲਾਨ ਸੀਗਾ ਉਹ ਪਲਾਨ ਤਾਂ ਹੋ ਗਿਆ ਫੇਲ ਕਿਉਂਕਿ ਏ ਪਲਾਨ ਦੇ ਵਿੱਚ ਉਹਨਾਂ ਦੇ ਚਿੱਤ ਚ ਇਹ ਸੀਗਾ ਵੀ ਜਿਵੇਂ ਦੇਸ਼ ਦੇ ਵਿੱਚ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਤੋੜਤੀ 35A ਤੋੜਤੀ ਤੇ ਉਹਦੇ ਨਾਲ
ਹੋਰ ਦੇਸ਼ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ, ਚਾਹੇ ਉਹ ਆਪਾਂ ਅਗਲੇ ਹਫ਼ਤੇ ਗੱਲ ਕਰਾਂਗੇ ਨਾਗਰਿਕਤਾ ਸੋਧ ਕਾਨੂੰਨ ਦੀ ਤੇ ਨਾਗਰਿਕਤਾ ਰਜਿਸਟਰ ਦੀ, ਉਹ ਕਿੰਨੇ ਮਤਲਬ ਇਹਨਾਂ ਨੇ ਚੁੱਪ ਚਪੀਤੇ ਕੀ ਕੁਛ ਕਰਕੇ ਤੇ ਹੁਣ ਵੀ ਅਜੇ ਅੰਦਰ ਖਾਤੇ ਕੀ ਕੁਛ ਹੋਈ ਜਾ ਰਿਹਾ। ਉਹ ਜਿਹੜਾ ਉਹਨਾਂ ਦਾ ਮਿਸ਼ਨ ਜਿਹੜਾ ਸੀਗਾ ਪ੍ਰੋਜੈਕਟ ਏ ਜਿਹੜਾ ਉਹਨਾਂ ਦਾ ਉਹ ਤਾਂ ਹੋ ਗਿਆ ਸੀ ਹੁਣ ਫੇਲ, ਤੇ ਆਹ ਉਹਨਾਂ ਨੇ ਹੁਣ ਪ੍ਰੋਜੈਕਟ ਬੀ ਜਿਹੜਾ ਆਪਣਾ ਪਲਾਨ ਬੀ ਇਹ ਸ਼ੁਰੂ ਕਰ ਲਿਆ ਵੀ ਕਿਸਾਨਾਂ ਨੂੰ ਮੁਕੱਦਮੇਬਾਜ਼ੀ ਦੇ ਵਿੱਚ ਉਲਝਾ ਕੇ ਇਹਨਾਂ ਨੂੰ ਜਿਲ੍ਹਿਆਂ ਚ ਤੁਰਨ ਕੇ ਇਹਨਾਂ ਦੇ ਵਿੱਚੋਂ ਬੰਦਿਆਂ ਨੂੰ ਚੁਣ ਕੇ, ਜਿਵੇਂ ਹਰਿਆਣੇ ਦੇ ਹੁਣ ਉਹ 7 ਕਿਸਾਨ ਆਗੂ ਜਿਹੜੇ ਨੇ ਉਹਨਾਂ ਨੂੰ ਚੁਣ ਲਿਆ ਗਿਆ, ਉਹਨਾਂ 7 ਨੂੰ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਆ ਅੰਦਰ ਖਾਤੇ, ਤੇ ਇਹ ਮੈਨੂੰ ਐਂ ਲੱਗਦਾ ਵੀ ਇਹ ਪਲਾਨ ਬੀ ਆ ਬੀਜੇਪੀ। ਇੱਧਰ ਅਸ਼ਵਨੀ ਸ਼ਰਮਾ ਨੇ ਆਪਦੀ ਗੱਡੀ ਭੰਗ ਲਈ, ਇਹਦੇ ਜਗਦੀਪ ਸਿੰਘ ਦੇ ਕਹਿਣ ਮੁਤਾਬਕ ਵੀ ਇਹਨੇ ਗੱਡੀ ਭੰਗ ਲਈ ਤਾਂ ਕਿ ਉੱਥੇ ਕਿਸਾਨ ਆਗੂਆਂ ਦੇ ਉੱਤੇ ਪਰਚੇ ਹੋ ਜਾਣ, ਉੱਧਰ ਹਰਿਆਣੇ ਦੇ ਵਿੱਚ ਹੋ ਗਏ, ਤੇ ਇੱਧਰ ਪਟਿਆਲੇ ਦੇ ਵਿੱਚ ਜਿਹੜੇ ਭਾਰਤੀ ਜਨਤਾ ਯੁਵਾ ਮੋਰਚਾ ਜਿਹਨੂੰ ਨੌਜਵਾਨਾਂ ਦੀ ਜਥੇਬੰਦੀ ਬੀਜੇਪੀ ਦੀ ਕਹਿੰਦੇ ਨੇ, ਕੱਲ ਉਹਨਾਂ ਨੇ ਕੈਪਟਨ ਦੇ ਦਰਵਾਜ਼ੇ ਮੂਹਰੇ ਜਾ ਕੇ ਪੁਕੜਾ ਪੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਵੀ ਰੋਕ ਲਿਆ ਗਿਆ। ਤੁਹਾਡਾ ਜੀ ਇਹ ਜਿਹੜੀ ਹੋਰ ਉਹਨਾਂ ਨੇ ਨਵੀਂ ਪਿਰਤ ਪਾਈ ਆ, ਇਹਦੇ ਨਾਲ ਮੈਨੂੰ ਲੱਗਦਾ ਵੀ ਇਸ ਮੋਰਚੇ ਨੂੰ ਰੀਹੋਲ ਹੋਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਪਰ ਗੱਲ ਸਾਹਿਬ ਮੈਂ ਤੁਹਾਡੀ ਜਾਣਕਾਰੀ ਲਈ ਨਹੀਂ ਜਾ ਪਿਆ ਜੀ 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 ਦੱਸੋ ਪੂਰੀ ਕਰੋ ਗੱਲ। ਹਾਂ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਦਿੱਲੀਓ ਵਾਪਸ ਮੁੜੇ ਨੇ, ਜਿਨ੍ਹਾਂ ਨੇ ਆ ਕੇ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ, ਤਾਂ ਮੈਂ ਅੱਜ ਦੇਖ ਰਿਹਾ ਸੀ ਵੀ ਪ੍ਰਮੁੱਖਤਾ ਨਾਲ ਜਿਹੜੀ ਖ਼ਬਰ ਛਾਪੀ ਗਈ ਆ, ਕਿਉਂਕਿ ਕੱਲ ਦਿਨ ਭਰ ਇਸ ਗੱਲ ਦੀ ਚਰਚਾ ਹੁੰਦੀ ਰਹੀ ਆ ਵੀ ਕਿਸਾਨ ਆਗੂਆਂ ਨੇ ਜਿਹੜੇ ਦਿੱਲੀਓ ਵਾਪਸ ਆਏ ਨੇ ਉਹਨਾਂ ਨੇ ਜਿਹੜੀ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਇੱਕ ਚੇਤਾਵਨੀ ਦਿੱਤੀ ਸੀ ਵੀ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਸ ਕਾਨੂੰਨ ਨੂੰ ਰੱਦ ਕਰਨ ਲਈ ਮਤਾ ਪਾਸ ਨਾ ਕੀਤਾ ਜਾਂ ਇਹਦੇ ਲਈ ਕੋਈ ਵੱਖਰਾ ਕਾਨੂੰਨ ਨਾ ਬਣਾਇਆ ਤਾਂ ਅਸੀਂ ਉਹਨਾਂ ਦਾ ਬਾਈਕਾਟ ਵੀ ਕਰਾਂਗੇ ਤੇ ਉਹਨਾਂ ਦੇ ਖਿਲਾਫ਼ ਵੀ ਉਹਨਾਂ ਦੇ ਘਿਰਾਓ ਕਰਨ ਦੀਆਂ ਤਿਆਰੀਆਂ ਕਰਾਂਗੇ। ਪਰ ਇੱਕ ਬਿਆਨ ਆ ਗਿਆ ਅੱਜ ਦੁਬਾਰਾ ਜੀ, ਕੱਲ ਹੀ ਆ ਗਿਆ ਸ਼ਾਮ ਨੂੰ ਬੇਸਿਕਲੀ, ਕਿਸਾਨ ਆਗੂਆਂ ਨੇ ਕੱਲ ਕਹਿਤਾ ਵੀ ਅਸੀਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਚੇਤਾਵਨੀ ਆ ਉਹ ਵਾਪਸ ਲੈਂਦੇ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਅਦੇ ਮੁਤਾਬਕ 19 ਤਰੀਕ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ ਤੇ ਉਹਦੇ ਚੋਂ ਮਤਾ ਪਾਸ ਕਰਨ ਦੀ ਗੱਲ ਵੀ ਕਹਿਤੀ, ਤੇ ਨਾਲ ਉਹਨਾਂ ਨੇ ਹੁਣ ਇੱਕ ਅਗਲੀ ਗੱਲ ਕਹਿਤੀ, ਉਹ ਕਹਿੰਦੇ ਵੀ ਹੁਣ ਅਸੀਂ ਬੀਜੇਪੀ ਨਾਲ ਸਿੱਧਾ ਅੱਡਾ ਲਵਾਂਗੇ, ਕੇਂਦਰ ਦੀ ਸਰਕਾਰ ਨਾਲ ਹੁਣ ਅਸੀਂ ਸਿੱਧਮ ਸਿੱਧੀ ਲੜਾਈ ਜਿਹਨੂੰ ਆਰ ਪਾਰ ਦੀ ਲੜਾਈ ਕਹਿੰਦੇ ਨੇ ਉਹ ਲੜਾਂਗੇ। ਹੁਣ ਕਿਸਾਨ ਆਗੂਆਂ ਨੇ ਕੱਲ ਇਹ ਗੱਲ ਕਹਿਤੀ ਆ ਵੀ ਜੇ ਕੈਪਟਨ ਸਾਹਿਬ ਦੀ ਸਰਕਾਰ ਕੋਈ ਮਤਾ ਪਾਸ ਕਰਦੀ ਆ, ਕੋਈ ਕਾਨੂੰਨ ਪੰਜਾਬ ਦੇ ਵਿੱਚ ਨਵਾਂ ਬਣਾਉਂਦੀ ਆ ਵੀ ਇਹ ਕਾਨੂੰਨ ਜਿਹੜੇ ਤਿੰਨੇ ਨੇ ਇਹ ਪੰਜਾਬ ਚ ਲਾਗੂ ਨਹੀਂ ਹੋਣਗੇ, ਤੇ ਜੇ ਇਹਨਾਂ ਕਾਨੂੰਨਾਂ ਦੇ ਉੱਤੇ ਪੀਪੀ ਸਿੰਘ ਬਦਨੌਰ ਜਿਹੜੇ ਪੰਜਾਬ ਦੇ ਗਵਰਨਰ ਨੇ ਤੇ ਬੀਜੇਪੀ ਦੇ ਰਾਜਸਥਾਨ ਦੇ ਲੀਡਰ ਰਹੇ ਨੇ ਵੀ ਜੇ ਉਹਨੇ ਕਿਤੇ ਦਸਖਤ ਕਰਨ ਤੋਂ ਨਾ ਨੁੱਕਰ ਕੀਤੀ ਨਾ ਤੇ ਅਸੀਂ ਫਿਰ ਗਵਰਨਰ ਦੇ ਘਿਰਾਓ ਕਰਾਂਗੇ। ਇੱਧਰ ਨੂੰ ਤਿਆਰੀਆਂ ਹੁਣ ਜਿਹੜੀਆਂ ਨੇ ਉਹ ਵੱਢ ਲਈਆਂ ਨੇ, ਕਿਸਾਨਾਂ ਨੇ ਵੀ ਆਪਣਾ ਪਲਾਨ ਬੀ ਜਿਹੜਾ ਉਹ ਲਾਗੂ ਕਰਨਾ ਸ਼ੁਰੂ ਕਰਤਾ। ਜੇ ਬੀਜੇਪੀ ਨੇ ਆਪਣਾ ਪਲਾਨ ਏ ਫੇਲ ਹੁੰਦਾ ਦੇਖ ਕੇ ਆਪਣਾ ਬੀ ਪਲਾਨ ਲਾਗੂ ਕਰਕੇ ਕਿਸਾਨ ਆਗੂਆਂ ਨੂੰ ਝੂਠੇ ਮੁਕੱਦਮਿਆਂ ਦੇ ਵਿੱਚ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ, ਟਵਟਵਾੜਾ ਜੀ ਮੈਂ ਇੱਕ ਰਾਇ ਦੇਣੀ ਚਾਹੁੰਦਾ ਵਾ ਜੇ ਤੁਹਾਡੀ ਆਗਿਆ ਹੋਵੇ, ਤੇ ਮੇਰੀ ਇੱਕ ਰਾਇ ਆ ਜੇ ਤੁਹਾਨੂੰ ਯਾਦ ਹੋਵੇ ਜਦੋਂ ਇਹ ਕਿਸਾਨੀ ਮੋਰਚਾ ਸ਼ੁਰੂ ਹੋਇਆ ਤਾਂ ਬਠਿੰਡੇ ਦੀ ਧਰਤੀ ਦੇ ਉੱਤੇ ਇੱਕ ਕਿਸਾਨ ਨੇ ਜ਼ਹਿਰ ਨਿਕਲ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ ਤੇ ਉਹ ਕੇਂਦਰ ਦੀ ਸਰਕਾਰ ਦੇ ਸਿਰ ਚੜ੍ਹ ਕੇ ਮਰਨ ਵਾਲਾ ਪਹਿਲਾ ਕਿਸਾਨ ਆਗੂ ਜਾਂ ਕਹੀਏ ਪਹਿਲਾ ਕਿਸਾਨ ਇਸ ਮੋਰਚੇ ਦਾ ਸ਼ਹੀਦ ਹੋਇਆ ਸੀ। ਤੇ ਉਸ ਤੋਂ ਬਾਅਦ ਹੁਣ ਤੱਕ ਬੀਬੀਆਂ ਵੀ, ਇੱਕ ਬੀਬੀ ਦੀ ਜਾਨ ਚਲੀ ਗਈ ਰੇਲਵੇ ਲਾਈਨ ਦੇ ਉੱਤੇ ਜਦੋਂ ਡਿੱਗੀ ਉਹਦੇ ਸਿਰ 'ਚ ਸੱਟ ਵੱਜੀ, ਹੋਰ ਕੱਲ ਵੀ ਇੱਕ ਪਰਸੋਂ ਵੀ ਇੱਕ ਕਿਸਾਨ ਦੀ ਜਾਨ ਚਲੀ ਗਈ। ਕਿੰਨੇ ਕਿਸਾਨ ਜਿਹੜੇ ਨੇ ਉਹ ਇਸ ਮੋਰਚੇ ਦੇ ਦੌਰਾਨ ਆਪਣੀ ਜਾਨ ਗੁਆ ਚੁੱਕੇ ਨੇ, ਸ਼ਹੀਦ ਹੋ ਚੁੱਕੇ ਨੇ। ਮੇਰੀ ਰਾਇ ਆ ਇਹ, ਮੈਂ ਕਿਸਾਨ ਆਗੂਆਂ ਨੂੰ ਬੇਨਤੀ ਕਰੂੰਗਾ ਵੀ ਜੇ ਹਰਿਆਣੇ ਦੇ ਵਿੱਚ ਭਰਤ ਸਿੰਘ ਜਿਹੜਾ 72 ਸਾਲ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਤੇ ਕਿਸਾਨ ਆਗੂਆਂ ਦੇ 7 ਕਿਸਾਨ ਆਗੂਆਂ ਦੇ ਖਿਲਾਫ਼ ਮੁਕੱਦਮਾ ਦਰਜ ਹੋ ਸਕਦਾ, ਤਾਂ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਕਿਸਾਨੀ ਮੰਗਾਂ ਲਈ ਜਾਂ ਕਿਸਾਨੀ ਮੋਰਚੇ ਦੇ ਵਿੱਚ ਸ਼ਹੀਦ ਹੋ ਗਏ ਕਿਸਾਨ ਆਗੂ ਨੇ ਜਾਂ ਕਿਸਾਨ ਵਰਕਰ ਨੇ ਜਾਂ ਸਧਾਰਨ ਕਿਸਾਨ ਨੇ ਜਾਂ ਕਿਸਾਨ ਬੀਬੀਆਂ ਨੇ, ਮੈਂ ਸਮਝਦਾ ਉਹ ਵੀ ਤਾਂ ਕੇਂਦਰ ਦੀ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਕੇਂਦਰ ਫੈਸਲਿਆਂ ਤੋਂ ਉਹਨਾਂ ਨੇ ਜਾਨ ਦਿੱਤੀ ਆ,
ਤੇ ਮੈਂ ਸਮਝਦਾ ਫਿਰ ਉਹਨਾਂ ਦੀ ਜਾਨ ਲੈਣ ਲਈ ਕੇਂਦਰ ਦੀ ਮੋਦੀ ਸਰਕਾਰ ਜਾਂ ਉਹਨਾਂ ਦੇ ਮੰਤਰੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਖੇਤੀ ਮੰਤਰੀ ਜਾਂ ਜਿਹੜੇ ਵਣਜ ਮੰਤਰੀ ਜਾਂ ਹੋਰ ਜਾਂ ਜਿਹੜੇ ਆ 7-8-9 ਮੰਤਰੀ ਪ੍ਰਚਾਰ ਕਰਨ ਲੱਗੇ ਹੋਏ ਨੇ ਵੀ ਇਹ ਕਾਨੂੰਨ ਬੜੇ ਚੰਗੇ ਨੇ, ਤਾਂ ਇਹਨਾਂ ਅੱਖਾਂ ਨੂੰ ਆਉਣ ਦੇ ਖਿਲਾਫ ਆ ਜਿਹੜੇ ਪੰਜਾਬ ਚ ਮਰੇ ਕਿਸਾਨ ਨੇ, ਸ਼ਹੀਦ ਹੋਏ ਕਿਸਾਨ ਨੇ, ਇਹਨਾਂ ਦਾ ਮੁਕੱਦਮਾ ਇਹਨਾਂ ਦੇ ਖਿਲਾਫ਼ ਕਿਉਂ ਨਾ ਦਰਜ ਕਰਾਇਆ ਜਾਵੇ ਵੀ ਇਹਨਾਂ ਦੀ ਵਜ੍ਹਾ ਕਰਕੇ ਮਰੇ ਨੇ, ਤਾਂ ਇਹਨਾਂ ਦੇ ਉੱਤੇ ਮੁਕੱਦਮਾ ਕਿਉਂ ਨੀ ਦਰਜ ਹੋ ਸਕਦਾ? ਤਾਂ ਜਿਹੜੀ ਰਾਏ ਆ ਵੀ ਇਹ ਮੁਕੱਦਮਾ ਉਹਨਾਂ ਦੇ ਉੱਤੇ ਦਰਜ ਕਰਨ ਲਈ ਕਾਰਵਾਈ ਜਿਹੜੀ ਆ ਉਹ ਕਿਸਾਨ ਆਗੂਆਂ ਨੂੰ ਅੱਗੇ ਚਲਾਉਣੀ ਚਾਹੀਦੀ ਆ, ਇਹ ਮੇਰੀ ਰਾਏ ਆ ਜੀ। ਇਹਦੇ ਨਾਲ ਕਿੰਨੀ ਗੱਲ ਸਾਹਿਬ, ਲੇਕਿਨ ਮੇਰੀ ਇਹ ਨਿੱਜੀ ਰਾਏ ਜੀ। ਗੱਲ ਸਾਹਿਬ, ਮੈਂ ਅੱਜ ਇੱਕ ਵੀਡੀਓ ਦੇਖ ਰਿਹਾ ਸੀ, ਕਿਸਾਨ ਜਥੇਬੰਦੀਆਂ ਦੇ ਕੁਛ ਕੁ ਲੀਡਰ ਜਿਹੜੇ ਦਿੱਲੀ ਹੋ ਕੇ ਆਏ ਨੇ, ਉਹਨਾਂ ਤੋਂ ਇੱਕ ਲੀਡਰ ਦਾ ਇਹ ਬਿਆਨ ਸੀ, ਕਹਿੰਦਾ ਵੀ ਸਾਨੂੰ ਦਿੱਲੀ ਦੇ ਵਿੱਚ ਬੁਲਾਇਆ ਗਿਆ ਗੱਲਬਾਤ ਕਰਨ ਦੇ ਲਈ, ਜਦੋਂ ਕਿ ਦਿੱਲੀ ਦੇ ਮੰਤਰੀ ਪੰਜਾਬ ਦੇ ਵਿੱਚ ਆ ਕੇ ਪ੍ਰਚਾਰ ਕਰ ਰਹੇ ਸੀ ਕਾਨੂੰਨ ਦੇ ਬਾਰੇ। ਜੇ ਉਹ ਦਿੱਲੀ ਦੇ ਮੰਤਰੀ ਪੰਜਾਬ ਚ ਆਏ ਹੋਏ ਸੀ, ਸਾਨੂੰ ਕਿਉਂ ਨਾ ਉਹਨਾਂ ਦੇ ਨਾਲ ਮੀਟਿੰਗ ਚੰਡੀਗੜ੍ਹ ਚ ਜਾਂ ਇੱਥੇ ਕਿਤੇ ਕਰ ਲਈ ਜਾਂਦੀ ਪੰਜਾਬ ਚ, ਬਿਲਕੁਲ ਸਾਨੂੰ ਦਿੱਲੀ ਕਿਉਂ ਬੁਲਾਇਆ ਗਿਆ? ਫਿਰ ਉਹਨੇ ਇੱਕ ਗੱਲ ਬਹੁਤ ਵਧੀਆ ਕਹੀ, ਕਹਿੰਦਾ ਦਿੱਲੀ ਸਰਕਾਰ ਭੁਲੇਖੇ ਚ ਨਾ ਰਹੇ ਕਿ ਇਹ ਬੁੱਧੂ ਕਿਸਾਨ ਜਾਂ ਇਹਨਾਂ ਨੂੰ ਪਤਾ ਨੀ ਅਨਪੜ੍ਹ ਕਿਸਾਨ ਨੇ। ਹੁਣ ਕਿਸਾਨ ਬਹੁਤ ਅੱਗੇ ਲੰਘ ਚੁੱਕੇ ਨੇ, ਭਾਰਤੀ ਕਿਸਾਨ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ, ਕਿਸਾਨਾਂ ਦੇ ਪੁੱਤਰਾਂ ਨੇ PhD ਕੀਤੀਆਂ ਹੋਈਆਂ ਨੇ, ਕਿਸਾਨਾਂ ਦੇ ਪੁੱਤਰ ਬਹੁਤ ਅੱਗੇ ਲੰਘ ਚੁੱਕੇ ਨੇ ਪੜ੍ਹ ਕੇ, ਸਾਡੇ ਪੁੱਤਰ ਵਕੀਲ ਵੀ ਨੇ, ਸਾਡੀਆਂ ਧੀਆਂ ਵਕੀਲ ਵੀ ਨੇ, ਅਸੀਂ ਆਪਣੀਆਂ ਧੀਆਂ ਪੁੱਤਰਾਂ ਤੋਂ ਪੁੱਛ ਕੇ ਸਾਰਾ ਕੁਛ ਅੱਜ ਇਸ ਘੋਲ ਦੇ ਵਿੱਚ ਖੁੱਦੇ ਹਾਂ, ਤੇ ਅਸੀਂ ਇਸ ਘੋਲ ਨੂੰ ਇੱਕ ਪੜ੍ਹੇ ਲਿਖੇ ਇਨਸਾਨ ਦੇ ਮਾਂਗੋਂ ਲੜਾਂਗੇ। ਸਾਨੂੰ ਭਾਰਤ ਸਰਕਾਰ ਅਨਪੜ੍ਹ ਕਿਸਾਨ ਨਾ ਸਮਝੇ। ਬਹੁਤ ਵੱਡੀ ਗੱਲ ਉਸ ਕਿਸਾਨ ਦੇ ਮੂੰਹ ਤੋਂ ਮੈਂ ਇੱਕ TV ਮੀਡੀਆ ਦੇ ਜ਼ਰੀਏ ਇਹ ਗੱਲ ਸੁਣੀ ਹੈ, ਮੈਨੂੰ ਬੜੀ ਵਧੀਆ ਲੱਗੀ ਹੈ। ਪਰ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਜੀ, ਜੀ ਮੈਂ ਗੱਲ ਇਹ ਕਹਿ ਰਿਹਾ ਸੀ, ਇਸ ਨੂੰ ਅੱਗੇ ਪਹੁੰਚਾ ਰਿਹਾ ਸੀ। ਹਾਂ ਹਾਂ, ਤੁਸੀਂ ਤਾਂ ਗੱਲ ਕਰੋ ਇਹਦੇ ਉੱਤੇ, ਮੇਰੀ ਗੱਲ ਨੂੰ ਥੋੜਾ ਟਾਈਮ ਲੱਗੂ। ਇਹ ਗੱਲ ਕੋਈ ਸ਼ੱਕ ਨਹੀਂ ਹੈ, ਇਹ ਗੱਲ ਕੋਈ ਸ਼ੱਕ ਨਹੀਂ ਹੈ। ਮੈਂ ਤਾਂ ਇਹਨੂੰ ਉਲਟ ਗੱਲ ਕਹਿੰਦਾ, ਚਲੋ ਉਹ ਕਿਸਾਨ ਆਗੂ ਨੇ ਕਿਹਾ ਵੀ ਸਾਡੇ ਧੀਆਂ ਪੁੱਤ ਪੜ੍ਹ ਗਏ ਨੇ, ਅਸੀਂ ਵੀ ਪੜ੍ਹੇ ਹੋਏ ਆ। ਮੈਂ ਤੁਹਾਨੂੰ ਦੱਸਾਂ ਵੀ ਜਦੋਂ ਕਿਸਾਨ ਪੜ੍ਹੇ ਹੋਏ ਨਹੀਂ ਵੀ ਸੀਗੇ, ਤੇ ਉਦੋਂ ਵੀ ਤਾਂ ਕਿਸਾਨੀ ਘੋਲਾਂ ਦੇ ਵਿੱਚ, ਜਦੋਂ ਪੰਜਾਬ ਦੇ ਵਿੱਚ ਕੈਰੋਂ ਦੀ ਸਰਕਾਰ ਨੇ ਖੁਸ਼ ਅਸੀਸੀ ਟੈਕਸ ਲਾਇਆ ਸੀ 1959 ਦੇ ਵਿੱਚ, ਉਦੋਂ ਤਾਂ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਨਾ ਮਾਤਰ ਸੀ, ਤੇ ਉਦੋਂ ਤਾਂ ਜਿਹੜੇ ਕਿਸਾਨਾਂ ਦੇ ਆਗੂ ਸੀ ਉਹਨਾਂ ਚੋਂ ਬਹੁਤੇ ਜਿਹੜੇ ਸੀਗੇ ਉਹ ਅੰਗੂਠਾ ਹੀ ਲਾਉਂਦੇ ਸੀ। ਪਰ ਤਾਂ ਵੀ ਸਵਾਣਾ ਜੀ, ਉਹਨਾਂ ਦਿਨਾਂ ਚ 150 ਕਰੋੜ ਰੁਪਇਆ ਜਿਹੜਾ ਉਹ ਟੈਕਸ ਲੱਗਿਆ ਸੀ, 150 ਕਰੋੜ, 159 ਕਰੋੜ, ਤੇ ਉਹ ਜਿਹੜਾ 159 ਕਰੋੜ ਰੁਪਇਆ ਸੀ ਪੰਜਾਬ ਦੇ ਕਿਸਾਨਾਂ ਨੇ ਦੁੱਖੀ ਨਹੀਂ ਸੀ ਰੋੜ ਦਿੱਤੀ, ਤੇ ਉਹ ਤਾਂ ਅਨਪੜ੍ਹ ਕਿਸਾਨ ਸੀ। ਜੇ ਉਹ ਅਨਪੜ੍ਹ ਕਿਸਾਨ ਕੈਰੋਂ ਵਰਗੇ ਲੋਹ ਪੁਰਸ਼ ਨੂੰ ਝੁਕਾ ਸਕਦੇ ਨੇ, ਤਾਂ ਫਿਰ ਅੱਜ ਦੀ ਤਰੀਕ ਚ ਜਦੋਂ ਕਿਸਾਨ ਪੜ੍ਹੇ ਲਿਖੇ ਵੀ ਨੇ, ਉਹਨਾਂ ਦੇ ਧੀਆਂ ਪੁੱਤ ਵੀ ਪੜ੍ਹੇ ਲਿਖੇ ਨੇ, ਉਹਨਾਂ ਨੂੰ ਐਜੂਕੇਸ਼ਨ ਕਰਨ ਦੇ ਵੱਲ ਵੀ ਸਿੱਖ ਲਏ ਨੇ, ਉਹਨਾਂ ਨੂੰ ਐਜੂਕੇਸ਼ਨ ਕਰਨ ਦੇ ਢੰਗ ਤਰੀਕੇ ਵੀ ਆਉਂਦੇ ਨੇ, ਆਪਣੀ ਗੱਲ ਮੀਡੀਆ ਦੇ ਸਾਹਮਣੇ ਕਹਿਣੀ ਵੀ ਆਉਂਦੀ ਆ, ਕਰਨੀ ਵੀ ਆਉਂਦੀ ਆ, ਤੇ ਐਜੂਕੇਸ਼ਨ ਨੂੰ ਮੋੜਾ ਦੇਣਾ ਵੀ ਆਉਂਦਾ। ਤਾਂ ਮੈਂ, ਤੁਸੀਂ ਪਹਿਲਾਂ ਸਵਾਲ ਜਦੋਂ ਸ਼ੁਰੂ ਕੀਤਾ ਸੀ ਤੇ ਮੈਨੂੰ ਇੱਕ ਸਵਾਲ ਪੁੱਛਿਆ ਸੀ ਵੀ ਹੁਣ ਇਹ ਕਿਸਾਨਾਂ ਦਾ ਜਿਹੜਾ ਘੋੜਾ ਜਾਊ ਕਿੱਧਰ ਨੂੰ, ਥੋੜਾ ਜੀ ਮੈਨੂੰ ਐ ਲੱਗਦਾ ਵੀ ਹੁਣ ਇਹ ਆਲ ਪਾਲ ਵਾਲੀ ਲੜਾਈ ਵਾਲੀ ਪਾਸੇ ਨੂੰ ਗੱਲ ਤੁਰਦੀ ਆ। ਹਾਂ, ਇਹ ਗੱਲ ਹਮੇਸ਼ਾ ਹੀ ਹੁੰਦੀ ਆ ਵੀ ਜਦੋਂ ਵੀ, ਕਿਉਂਕਿ ਕੱਲ ਮੈਂ ਨਾ ਇੱਕ ਜਿਹੜੇ ਗਿਆਨੀ ਸੇਵਲ ਸਿੰਘ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਨੇ, ਉਹਨਾਂ ਦਾ ਕੱਲ ਟਵਾਣਾ ਜੀ ਇੱਕ ਬਿਆਨ ਮੈਂ ਪੜ੍ਹ ਰਿਹਾ ਸੀ ਅਖਬਾਰ ਚ, ਬੜੀ ਕੰਮ ਦੀ ਗੱਲ ਉਹਨਾਂ ਨੇ ਕਹੀ ਆ। ਉਹ ਕਹਿੰਦੇ ਵੀ ਜਦੋਂ ਵੀ ਪੰਜਾਬ ਦੇ ਵਿੱਚ ਕਿਸਾਨਾਂ ਦਾ ਘੋਲ ਚੱਲਿਆ, ਚਾਹੇ ਉਹ ਪਹਿਲਾਂ ਜਦੋਂ ਚੱਲਿਆ ਸੀ ਜਦੋਂ ਬਾਦਲ ਸਾਹਿਬ ਫਿਰ ਉਹ ਗੱਡੀ ਦੇ ਵਿੱਚ ਇੱਕ ਬੱਸ ਦੇ ਵਿੱਚ ਰੱਖ ਕੇ ਗੁਰੂਆਂ ਦੇ ਸ਼ਾਸਤਰ ਲੈ ਕੇ ਤੁਰ ਪਏ ਸੀ, ਤੇ ਉਹਨਾਂ ਦਿਨਾਂ ਦੇ ਵਿੱਚ ਬਹਿਰਲ ਕਲਾਂ ਤੇ ਬਰਗਾੜੀ ਕਾਂਡ ਵਰਗੇ ਘਟਨਾਵਾਂ ਵਾਪਰੀਆਂ, ਤੇ ਉਹ ਕਿਸਾਨ ਮੋਰਚਾ ਜਿਹੜਾ ਸੀ ਉਹਨੂੰ ਫੇਲ ਕਰ ਦਿੱਤਾ ਗਿਆ ਸੀਗਾ, ਤੇ ਉਦੋਂ ਫਿਰ ਚਾਰੇ ਪਾਸੇ ਸੜਕਾਂ ਦੇ ਉੱਤੇ ਸਤਨਾਮ ਵਾਹਿਗੁਰੂ ਦਾ ਜਾਪ ਹੋਣ ਲੱਗ ਗਿਆ ਸੀ, ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਗੁਰੂ ਦੀ ਬੇਅਦਬੀ ਹੋਈ। ਤੇ ਉਹ ਕਹਿੰਦਾ ਵੀ ਮੈਨੂੰ ਤਾਂ ਐਂ ਲੱਗਦਾ ਵੀ ਆਹ ਜਿਹੜੀਆਂ ਉੱਪਰੋਂ ਥੜੀ ਘਟਨਾਵਾਂ ਵਾਪਰੀਆਂ ਨੇ, ਥੱਲੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ
दो घटनावां इक्को दिन दे विच गुरू की बेअदबी करनियां वापरदियां ने कि तू बिना होर थावां दे उत्ते इह जिहियां घटनावां वापरदियां ने। ओह कहिंदा मैनूं उहनां ने भी इही गल कही आ वी मैनूं तां इह प्लान बी लगदी आ वी जदों हुण किसानां दा संघर्ष ऐन सिखरां ते पहुंच गया तां इहनूं लाउण लई गुरू की बेअदबी करके हां इधर नूं तोड़ दिओ ते इधर बीजेपी दे लीडर जिहड़े ने ओह इधर नूं तुर पए वी किसान आगूआं दे उत्ते कतलां दे परचे हमलिया के परचे एह जे परचे दर्ज करा के 10-20-50 बंदे अंदर दे रहे हो ते इह इक मतलब बड़ा अजीब किस्म का जिहड़ा बरतारा शुरू हो गया। पर मैं थोड़ी जानकारी दस दिया टवाणा जी अपनी गल पूरी कर लग्या भई देश दियां 250 के करीब किसान मजदूर जथेबंदियां जिहड़ियां ने जिहड़ियां इहदे खिलाफ लड़ रहियां ने ਉਹ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਆਉਣ ਵਾਲੇ ਦਿਨਾਂ ਚ ਆਪਣੀ ਮੀਟਿੰਗ ਦਿੱਲੀ ਚ ਬੁਲਾ ਲਈ ਆ। ਉਸ ਮੀਟਿੰਗ ਦੇ ਵਿੱਚ ਇਸ ਘੋਲ ਨੂੰ ਹੁਣ ਕੱਲੇ ਪੰਜਾਬ ਤੇ ਹਰਿਆਣੇ ਦਾ ਘੋਲ ਨਾ ਸਮਝਿਓ, ਹੁਣ ਇਹ ਘੋਲ ਦੇਸ਼ ਪੱਧਰ ਦੇ ਉੱਤੇ ਇਹ ਚੱਲਣ ਵਾਲੇ ਪਾਸੇ ਨੂੰ ਤੁਰ ਪਿਆ। ਔਰ ਤੁਸੀਂ ਹੈਰਾਨ ਹੋਵੋਗੇ ਵੀ ਕਰਨਾਟਕਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਕਰਨਾਟਕਾ ਦੇ ਵਿੱਚ ਜਿਹੜਾ ਘੋਲ ਚੱਲਿਆ ਉਹਦੇ ਖਿਲਾਫ਼ ਉਹ ਜਿਹੜੀ ਬੀਬੀ ਕੰਗਣਾ ਰਣੌਤ ਆ ਜਿਹਨੇ ਕਿਸਾਨਾਂ ਨੂੰ ਕਰਨਾਟਕ ਬੰਗਲੌਰ ਦੇ ਵਿੱਚ ਲੜ ਰਹੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਸੀਗਾ ਤਵਾੜਾ ਜੀ, ਉਸ ਬੀਬੀ ਦੇ ਖਿਲਾਫ਼ ਕਰਨਾਟਕਾ ਦੇ ਵਿੱਚ ਮੁਕੱਦਮਾ ਦਰਜ ਹੋ ਗਿਆ ਕੰਗਣਾ ਰਣੌਤ ਦੇ ਖਿਲਾਫ਼। ਤੇ ਇਹ ਵੀ ਇੱਕ ਪ੍ਰਾਪਤੀ ਆ ਮੈਂ ਸਮਝਦਾ ਵੀ ਜਿਹੜੇ ਲੋਕੀ ਕਿਸਾਨੀ ਘੋਲ ਨੂੰ ਲੀਹੋ ਲਾਉਣ ਦੀਆਂ ਯਤਨ ਕਰ ਰਹੇ ਨੇ ਉਹਨਾਂ ਦੇ ਉਹਨਾਂ ਨੂੰ ਕਿਸਾਨ ਦੇਸ਼ ਦਾ ਕਿਸਾਨ ਦੇਸ਼ ਦਾ ਮਜ਼ਦੂਰ ਦੇਸ਼ ਦਾ ਅੰਨਦਾਤਾ ਮੂੰਹ ਲਾਉਣ ਨਹੀਂ ਹੈ। ਔਰ ਮੈਂ ਸਮਝਦਾ ਵੀ ਇਹ ਜੀ ਰੱਬ ਨਾ ਕਰੇ ਇਹ ਘੋਲ ਸਿਖਰਾਂ ਤੇ ਜਾਵੇ ਕੋਈ ਵਿਘਨ ਨਾ ਪਵੇ। ਮੈਂ ਇੱਕ ਤੁਹਾਨੂੰ ਦੱਸਦਾ ਇਹ ਘੋਲ ਦੀ ਵਿਆਖਿਆ ਕਰਦਾ। ਇਹ ਘੋਲ ਇਹ ਜਦੋਂ ਚੱਲਿਆ ਕਿਸਾਨ ਕਾਨੂੰਨ ਬਣਾਤਾ ਸਰਕਾਰ ਨੇ ਬੀ ਦੇ ਵਿੱਚ ਟਰਾਂਸਫਰ ਹੋ ਗਿਆ, ਕਿਸਾਨਾਂ ਨੇ ਇਹਦੇ ਖਿਲਾਫ ਮੋਰਚਾ ਲਾ ਲਿਆ, ਖਿਲਾਫ ਮੋਰਚਾ ਲਾਇਆ, ਪਾਰਟੀਆਂ ਆਪਣੇ ਆਪਣੇ ਜਗ੍ਹਾ ਤੇ ਆ ਗਈਆਂ। ਗਿਣਿਆ ਮਿਥਿਆ ਸਕੀਮ ਦੇ ਹਿਸਾਬ ਨਾਲ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ। ਜਦ ਬਾਹਰ ਜਾਂਦੀ ਨਾ ਦੇਖੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਪਾਪੜ ਵੇਲੇ, ਨਾ ਉਧਰ ਵੀ ਨਾ ਜਾਂਦੀ ਦੇਖੀ ਕੈਪਟਨ ਅਮਰਿੰਦਰ ਸਿੰਘ ਸੈਂਟਰ ਦੀ ਸਰਕਾਰ ਨਾਲ ਮਿਲ ਕੇ ਕਈ ਗੱਲਾਂ ਦੇ ਉੱਤੇ ਸਾਈਨ ਵੀ ਕਰਦਾ, ਲੋਕਾਂ ਨੂੰ ਭਰਮਾਉਣ ਦੀਆਂ ਗੱਲਾਂ ਵੀ ਕਰਦਾ। ਗੱਲ ਅੱਗੇ ਚਲੀ ਗਈ, ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਇਸ ਗੱਲ ਨੂੰ ਹੋਰ ਅੱਗੇ ਵਧਾਇਆ। ਹੁਣ ਜਿਹੜਾ ਅਗਲਾ ਪੜਾਅ ਏ ਇਸ ਦੇ ਵਿਚ, ਜਿਵੇਂ ਕਿ ਤੁਸੀਂ ਦੱਸਿਆ ਬੀਜੇਪੀ ਦੇ ਕੁਝ ਲੀਡਰਾਂ ਨੇ ਪੰਜਾਬ ਦੇ ਵਿਚ ਕਹਿਣ ਦੀ ਕੋਸ਼ਿਸ਼ ਕੀਤੀ, ਸਮਝਾਉਣ ਦੀ ਕੋਸ਼ਿਸ਼ ਕੀਤੀ ਕਾਨੂੰਨ ਕਿੰਨਾ ਚੰਗਾ, ਕਿਸਾਨਾਂ ਨੇ ਉਹਦਾ ਵਿਰੋਧ ਕੀਤਾ, ਉਸ ਦੇ ਉਲਟ ਇਨ੍ਹਾਂ ਨੇ ਘੜੀਆਂ ਮਿਥਿਆਂ ਸਾਜ਼ਿਸ਼ਾਂ ਰਚੀਆਂ, ਆਪਣੀਆਂ ਗੱਡੀਆਂ ਦੇ ਸ਼ੀਸ਼ੇ ਆਪ ਭੰਨ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹਾਂ ਜੀ ਇਹ ਕਾਂਗਰਸੀਆਂ ਨੇ ਕੀਤਾ, ਇਹ ਫਲਾਣਿਆਂ ਨੇ ਕੀਤਾ। ਹੁਣ ਜਿਹੜੀ ਅਗਲੀ ਗੱਲ ਮੇਰੇ ਕੋਲ ਪਹੁੰਚੀ ਹੈ ਉਹ ਗੱਲ ਇਹ ਪਹੁੰਚੀ ਹੈ, ਜਦੋਂ ਅਕਾਲੀ ਦਲ ਦੇ ਬਸ ਦੀ ਨਹੀਂ ਰਿਹਾ, ਜਦੋਂ ਕਾਂਗਰਸ ਦੇ ਬਸ ਨਹੀਂ ਰਿਹਾ, ਬਿੱਟੂ ਰਵਨੀਤ ਵਰਗੇ ਇਹ ਕਹਿੰਦੇ ਨੇ ਅਸ਼ਵਨੀ ਕੁਮਾਰ ਦੀ ਕਾਰ ਦੇ ਸ਼ੀਸ਼ੇ ਮੈਂ ਭੰਨੇ ਨੇ, ਮੇਰੇ ਤੇ ਕਰ ਲੋ ਮਾਮਲਾ ਦਰਜ, ਹਾਲਾਂਕਿ ਨਾ ਤੂੰ ਉੱਥੇ ਸੀ ਨਾ ਨੇੜੇ ਤੇੜੇ ਸੀ, ਤੈਂ ਕਿਵੇਂ ਭੰਨਤੇ ਉਹ ਸ਼ੀਸ਼ੇ, ਇਹ ਤੇਰੀ ਆਪਣੀ ਸੋਚ ਹੋਣੀ ਹੈ। ਪਰ ਅਗਲੀ ਜਿਹੜੀ ਗੱਲ ਹੈ ਇਨ੍ਹਾਂ ਨੇ ਸਾਰੀਆਂ ਕੰਮ ਕਰਕੇ ਦੇਖ ਲਏ, ਹੁਣ ਅਖੀਰਲੀ ਜਿਹੜੀ ਇਨ੍ਹਾਂ ਦਾ ਅਖੀਰਲਾ ਦਾਅ ਏ ਪੰਜਾਬ ਦੇ ਵਿਚ, ਇਕ ਪਾਸੇ ਕਣਕਾਂ ਦੀ ਬਿਜਾਈ ਆਉਣੀ ਹੈ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਸ਼ੁਰੂ ਹੋ ਜਾਣੀਆਂ ਨੇ। ਸੁਖਬੀਰ ਸਿੰਘ ਬਾਦਲ ਅੰਦਰ ਖਾਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਤੇ ਹੋਰਾਂ ਕਈ ਆਪਣੇ ਤਰੀਕੇ ਨਾਲ ਲੁਕਣ ਮੀਚੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਤਾਂ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਇਆ ਜਾਵੇ। ਬਹੁਤ ਜਲਦੀ ਦੇਖੋਗੇ ਕਿ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਪੰਜਾਬ ਦੇ ਵਿਚ ਹੋਣਗੀਆਂ ਤੇ ਨਾਲ ਹਾੜੀ ਦੀ ਫਸਲ ਹੀ ਬਿਜਾਈ ਆਊਗੀ, ਤਾਂ ਕਿ ਇਹੀ ਬੰਦੇ ਜਿਹੜੇ ਕਿਸਾਨੀ ਘੋਲ ਦੇ ਵਿਚ ਉਲਝੇ ਹੋਏ ਨੇ ਇਹ ਉਹੀ ਬੰਦੇ ਨੇ ਜਿਹੜੇ ਕੱਲ ਨੂੰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੇ ਵਿਚ ਉਲਝਣਗੇ। ਕਿਉਂ ਨਾ ਇਨ੍ਹਾਂ ਨੂੰ ਪਾੜ ਦਿੱਤਾ ਜਾਵੇ, ਇਸ ਘੋਲ ਨੂੰ ਮੱਠਾ ਕਰ ਦਿੱਤਾ ਜਾਵੇ। ਮੈਨੂੰ ਲੱਗਦਾ ਕੋਈ ਦਾਅ ਪੇਚ ਛੱਡੂਗੀ ਨਹੀਂ, ਨਾ ਸੈਂਟਰ, ਨਾ ਪੰਜਾਬ ਸਰਕਾਰ, ਨਾ ਸ਼੍ਰੋਮਣੀ ਅਕਾਲੀ ਦਲ, ਨਾ ਹੀ ਬਾਦਲ ਅਕਾਲੀ ਦਲ, ਚਾਹੇ ਸਾਡੀ ਸ਼੍ਰੋਮਣੀ ਕਮੇਟੀ ਹੈ, ਕਿਸਾਨਾਂ ਦੇ ਘੋਲ ਨੂੰ ਮੱਠਾ ਪਾਉਣ ਲਈ। ਜੀ ਗਿੱਲ ਸਾਹਿਬ ਜੀ, ਗੱਲ ਤੁਹਾਡੀ ਬਿਲਕੁਲ ਠੀਕ ਹੈ, ਲੇਕਿਨ ਮੈਂ ਤੁਹਾਨੂੰ ਦੱਸਦਿਆਂ ਵੀ ਇਸ ਕਿਸਾਨੀ ਘੋਲ ਨੇ ਕਈ ਸਬਕ ਵੀ ਦਿੱਤੇ ਨੇ।
ਤੇ ਜਿਹੜੇ ਸੌਕ ਦਿੱਤੇ ਨੇ ਸੌਕ ਬੜੇ ਕੌੜੇ ਆ ਦੁਬਾਰਾ ਜੀ, ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਕਸੈਲੇ ਹੋ ਜਾਣੇ ਆ। ਕਿਉਂ? ਜੇ ਜਿਹੜਾ ਲਖੋਵਾਲ ਧੜਾ ਸੀ ਉਹਨਾਂ ਨੇ ਆਪਣੇ ਮਨਮਾਨੇ ਢੰਗ ਨਾਲ ਪਹਿਲਾਂ ਨਹੀਂ ਉਗਰਾਹਾਂ, ਚਲੋ ਉਹ ਕਿਸਾਨ ਜਥੇਬੰਦੀਆਂ ਦਾ ਪਾਰਟ ਹੈ, ਉਹ ਮਤਭੇਦ ਪਾਰਟ ਹੈ, ਪਰ ਅੰਦਰ ਖਾਤੇ ਢਾ ਲਾ ਰਿਹਾ ਇਸ ਘੋਲ ਨੂੰ। ਮੈਨੂੰ ਕਹਿਣਾ ਨਹੀਂ ਬਣਦਾ, ਪਰ ਇੱਕ ਗੱਲ ਮੈਂ ਕਹਿਣਾ, ਅਗਰਾਹਾਂ ਧੜੇ ਦਾ ਵੀ ਅੱਜ ਉਹੀ ਰੋਲ ਆ ਜੋ ਲਖੋਵਾਲ ਨੇ ਕੀਤਾ, ਮੰਨੇ ਕੋਈ ਨਾ ਮੰਨੇ ਚਾਹੇ। ਚਲੋ ਉਹਦੇ ਉੱਤੇ ਵੀ ਆਉਣ ਵਾਲੇ ਦਿਨਾਂ ਚ ਸਾਹਮਣੇ ਆ ਜੂਗੀ, ਮਹਿੰਗਾ ਹੋ ਜਾਣਾ ਉਹਦਾ ਸਭ ਦਾ। ਮੈਂ ਉਹੀ ਗੱਲ ਕਹਿਣ ਲੱਗਿਆ ਤੁਹਾਡਾ ਜੀ, ਬਈ ਦੇਖੋ ਤਿਕਰਮਬਾਜ਼ੀਆਂ ਜਿਹੜਾ ਵੀ ਕੋਈ ਕਰੂਗਾ, ਮਤਲਬ ਮੈਂ ਕਿਸੇ ਵਿਅਕਤੀਗਤ ਦੀ ਉਹਦੀ ਗੱਲ ਨਹੀਂ ਕਰਦਾ, ਪਰ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਵੀ ਜਦੋਂ ਘੋਲ ਕਿਸਾਨ ਕਿਸੇ ਕੋਈ ਆਰਗੇਨਾਈਜੇਸ਼ਨ ਲੜਦੀ ਹੈ ਦੁਆਰਾ ਜੀ, ਤਾਂ ਉਹਦੇ ਜਿਹੜੇ ਆਗੂ ਹੁੰਦੇ ਨੇ ਉਹ ਉਹਨਾਂ ਦੇ ਹੱਥ ਵੱਸ ਹੁੰਦਾ ਵੀ ਉਹ ਕਿਸੇ ਵੇਲੇ ਐਜੂਕੇਸ਼ਨ ਨੂੰ ਮੋੜਾ ਦੇ ਕੇ ਉਹਨੂੰ ਵਾਪਸ ਲੈ ਸਕਦੇ ਹੁੰਦੇ ਨੇ, ਜਾਂ ਉਹਨੂੰ ਇਹ ਕਹਿ ਕੇ ਵੀ ਆਹ ਸਾਨੂੰ ਮੰਗਾਂ ਪ੍ਰਾਪਤ ਹੋ ਗਈਆਂ ਇਸ ਕਰਕੇ ਅਸੀਂ ਇਹਨੂੰ ਵਾਪਸ ਲੈ ਲਿਆ ਜਾਂ ਹੋਰ ਕਰ ਲਿਆ। ਪਰ ਇਹ ਉਦੋਂ ਤੱਕ ਹੀ ਸੰਭਵ ਹੁੰਦਾ ਜਦੋਂ ਤੱਕ ਉਸ ਘੋਲ ਦੇ ਵਿੱਚ ਉਸ ਜਥੇਬੰਦੀ ਦਾ ਕਾਡਰ ਇਨਵੋਲਵ ਹੋਵੇ। ਪਰ ਜਦੋਂ ਆਮ ਲੋਕ ਇਨਵੋਲਵ ਹੋ ਜਾਂਦੇ ਨੇ ਟਵਾਣਾ ਜੀ, ਜਦੋਂ ਆਮ ਲੋਕਾਂ ਦੀ ਸ਼ਮੂਲੀਅਤ ਹੋ ਜਾਵੇ ਨਾ, ਫੇਰ ਘੋਲ ਨਾਲ ਕਰਾਰੀ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਉਹਨੂੰ ਵਾਪਸ ਲੈਣਾ ਏਡਾ ਸੌਖਾ ਨਹੀਂ ਹੁੰਦਾ ਜਿਵੇਂ ਜਿਹੜਾ ਲਖੋਵਾਲ ਧੜਾ ਪਹਿਲਾਂ ਸੁਪਰੀਮ ਕੋਰਟ ਜਾਂਦਾ ਤੇ ਬਾਅਦ ਚ ਸੁਖਬੀਰ ਬਾਦਲ ਨਾਲ ਸਲਾਹ ਕਰਨ ਤੋਂ ਬਾਅਦ ਉਹਨੂੰ ਵਾਪਸ ਲੈ ਲੈਂਦਾ, ਯੂ ਟਰਨ ਲੈ ਲੈਂਦਾ। ਤੇ ਇਸ ਵੇਲੇ ਹਾਲਤ ਇਹ ਬਣ ਗਈ ਵੀ ਜੇ ਕੋਈ ਬੰਦਾ ਭਾਰਤੀ ਕਿਸਾਨ ਯੂਨੀਅਨ ਤੋਂ ਬਾਅਦ ਅਜੇ ਲੱਲਾਈ ਮੂੰਹ ਕੱਢਦਾ ਨਾ, ਲਖੋਵਾਲ ਪੂਰਾ ਨੀ ਬੋਲਦਾ, ਲੋਕ ਤੰਬਾ ਚੱਕ ਲੈਂਦੇ ਆ ਮੂਹਰੇ ਕੀ ਨਹੀਂ। ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿਆਂ, ਆ ਸਾਡੇ ਇਲਾਕੇ ਚ ਇੱਕ ਹੁਣੇ ਘਟਨਾ ਵਾਪਰੀ ਆ, ਹੁਣੇ ਹੁਣੇ ਘਟਨਾ ਵਾਪਰੀ ਆ ਵੀ ਕੁਛ ਦਿਨ ਪਹਿਲਾਂ ਨਾ ਰੈਕੋਟ ਇਲਾਕੇ ਚ ਇੱਕ ਬਾਬੇ ਨੇ 5-7 ਕੁੜੀਆਂ ਦੇ ਵਿਆਹ ਕਰਾਏ ਨੇ। ਅੱਛਾ ਜੀ। ਤੇ ਜਿਹੜੇ ਉਹ ਵਿਆਹ ਕਰਾਏ ਨੇ, ਹਾਂ ਉਹ ਜਦੋਂ ਵਿਆਹ ਕਰਾਏ ਤਾਂ ਉਹਨਾਂ ਦੀ ਖਾਤਰ ਕਈ ਅਕਾਲੀ ਆਗੂ ਵੀ, ਕਿਉਂਕਿ ਉਹ ਅਕਾਲੀਆਂ ਦਾ ਸਮਰਥਕ ਹੈ ਬਾਬਾ ਤੇ ਬਾਦਲ ਧੜੇ ਦਾ ਖਾਸ ਤੌਰ ਤੇ, ਉਹ ਬਾਦਲ ਧੜੇ ਦੇ ਆਗੂਆਂ ਦੀਆਂ ਤਸਵੀਰਾਂ ਲੱਗਣੀਆਂ ਸੀ ਪੋਸਟਰਾਂ ਦੇ ਉੱਤੇ, ਫਲੈਕਸਾਂ ਦੇ ਉੱਤੇ, ਬਈ ਜੀ ਆਇਆਂ ਨੂੰ ਸਵਾਗਤ ਕਰਦੇ ਆ ਫਲਾਨਾ, ਹਨਾ। ਤੇ ਤੁਸੀਂ ਹੈਰਾਨ ਹੋਵੋਗੇ ਤੁਹਾਡਾ ਜੀ, ਬਈ ਇਸ ਵੇਲੇ ਨਾ ਅਕਾਲੀ ਵਰਕਰਾਂ ਨੂੰ, ਅਕਾਲੀ ਆਗੂਆਂ ਨੂੰ ਬਾਦਲ ਦਾ ਭਾਰ ਢੋਣਾ ਵੀ ਔਖਾ ਹੋਇਆ ਪਿਆ। ਜਿਵੇਂ ਹੁਣ ਭਾਰਤੀ ਕਿਸਾਨ ਯੂਨੀਅਨ ਦਾ ਕੋਈ ਵੀ ਕਿਸਾਨ ਆਗੂ, ਕੋਈ ਵੀ ਕਿਸਾਨ ਵਰਕਰ ਆਪਣੇ ਆਪ ਨੂੰ ਲਖੋਵਾਲ ਧੜੇ ਦਾ ਵਰਕਰ ਕਹਿਣ ਨੂੰ ਤਿਆਰ ਨਹੀਂ, ਉਹ ਮੂੰਹ ਹੀ ਬੰਦ ਕਰ ਲੈਂਦੇ ਆ, ਲਖੋਵਾਲ ਲੱਲਾ ਵੀ ਨੀ ਬੋਲਦੇ, ਗਾਲਾਂ ਦੇ ਅੱਖਰ ਤਾਂ ਕੀ ਬੋਲਣੇ ਨੇ। ਤੇ ਬਿਲਕੁਲ ਇਹੀ ਹਾਲਤ ਬਾਦਲਾਂ ਦੀ ਹੋਈ ਪਈ ਆ। ਜਿਹੜੇ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਲੀਡਰ, ਜਿਹੜੇ ਆਪਣੇ ਆਪ ਨੂੰ ਹੁਣ ਤਾਂ ਲਿਖਦੇ ਸੀ ਪ੍ਰਧਾਨ ਅਕਾਲੀ ਦਲ ਬਾਦਲ, ਹੈ ਯੂਥ ਵਿੰਗ ਬਾਦਲ, ਤੇ ਕੋਈ ਲਿਖਦਾ ਸੀ ਸਰਕਲ ਜਥੇਦਾਰ ਅਕਾਲੀ ਦਲ ਬਾਦਲ, ਕੋਈ ਲਿਖਦਾ ਸੀ ਐਸ ਸੀ ਵਿੰਗ ਅਕਾਲੀ ਦਲ ਬਾਦਲ। ਤੁਹਾਨੂੰ ਪਤਾ ਉਹ ਬੱਬਾ ਉੱਠ ਗਿਆ, ਜਿਹੜੇ ਹੁਣ ਫਲੈਕਸ ਛਪੇ ਨੇ ਉਹਨਾਂ ਚ ਬੱਬਾ ਹੈ ਹੀ। ਪਰ ਇੱਕ ਗੱਲ ਮੈਨੂੰ ਦੱਸਿਓ ਗਿੱਲ ਸਾਹਿਬ, ਇੱਕ ਗੱਲ, ਅੱਜ ਦਾ ਬਿਆਨ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਖੋਵਾਲ ਸਾਹਿਬ ਦਾ, ਲੌਂਗੋਵਾਲ ਸਾਹਿਬ ਦਾ, ਲੌਂਗੋਵਾਲ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਮੈਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ। ਉਹ ਕਿਹੜੇ ਪੱਖੋਂ ਗੱਲਬਾਤ ਕਰਨ ਨੂੰ ਤਿਆਰ ਨੇ? ਕੀ ਇਹ ਧਾਰਮਿਕ ਅੰਦੋਲਨ ਹੈ? ਬਿਲਕੁਲ ਬਿਲਕੁਲ ਬਿਲਕੁਲ, ਬੜੀ ਅਜੀਬ ਸਿਚੁਏਸ਼ਨ ਹੈ ਤੁਹਾਡਾ ਜੀ। ਹਾਲਾਂਕਿ ਕੁਛ ਦਿਨ ਪਹਿਲਾਂ ਇਸੇ ਹੀ ਲੌਂਗੋਵਾਲ ਨੇ ਆਪਣੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ ਸੀ, ਮੈਨੇਜਰ ਸੀ, ਉਹਨਾਂ ਨੂੰ ਇੱਥੋਂ ਤੱਕ ਹਦਾਇਤਾਂ ਕੀਤੀਆਂ ਸੀ ਵੀ ਜਿੱਥੇ ਜਿੱਥੇ ਮੋਰਚੇ ਲੱਗੇ ਹੋਏ ਨੇ ਨਾ ਤੁਹਾਡਾ ਜੀ, ਯਾਦ ਰੱਖਿਓ ਇਹ ਗੱਲ, ਭੁੱਲ ਨਾ ਜਾਇਓ। ਪਹਿਲਾਂ ਇਸੇ ਲੌਂਗੋਵਾਲ ਨੇ ਕੁਛ ਦਿਨ ਪਹਿਲਾਂ ਆਪਣੇ ਜਿਹੜੇ ਨਜ਼ਦੀਕੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ, ਉਹਨਾਂ ਨੂੰ ਇਹ ਹੁਕਮਨਾਮੇ ਜਾਰੀ ਕੀਤੇ ਸੀ ਵੀ ਜਿੱਥੇ ਜਿੱਥੇ ਤੁਹਾਡੇ ਨੇੜੇ ਐਜੂਕੇਸ਼ਨ ਚੱਲਦੀ ਹੈ ਕਿਸਾਨਾਂ ਦੀ, ਤੇ ਉੱਥੇ ਨਾ ਲੰਗਰ ਪਹੁੰਚਦਾ ਕਰੋ, ਤਾਂ ਕਿ ਅਸੀਂ ਵੀ ਇਹ ਸ਼ੋਅ ਕਰ ਸਕੀਏ ਅਸੀਂ ਵੀ ਕਿਸਾਨਾਂ ਦੇ ਹਮਾਇਤੀ ਹਾਂ। ਪਰ ਹੁਣ ਜਦੋਂ, ਕਿਉਂਕਿ ਬਾਦਲਾਂ ਨੂੰ ਕੋਈ ਦਿਲ ਹੀ ਨਹੀਂ ਚੜ੍ਹ ਦਿੰਦਾ, ਤੇ ਜਿਹੜਾ ਲਖੋਵਾਲ ਧੜਾ ਸੀ ਜਿਹੜਾ ਹੁਣ ਤਾਈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ
ਇਹਨਾਂ ਦੀ ਮਦਦ ਕਰਦਾ ਰਿਹਾ ਤੇ ਉਹ ਵੀ ਲੋਕ ਸਭਾ ਤੇ ਅਸੈਂਬਲੀ ਚੋਣਾਂ ਦੇ ਵਿੱਚ ਇਹਨਾਂ ਦੀ ਮਦਦ ਕਰਦਾ ਰਿਹਾ ਤੇ ਅੱਜ ਜਦੋਂ ਉਹੀ ਨੀਹੋਂ ਲੈ ਗਿਆ ਤੇ ਅੱਜ ਉਹਨਾਂ ਦਾ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤਾਂ ਹੁਣ ਆਹ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸੋਹਣਾ ਜੀ ਇੱਥੋਂ ਇੱਕ ਗੱਲ ਸਾਫ਼ ਹੁੰਦੀ ਆ ਬਈ ਇਹ ਏਡਾ ਸੌਖਾ ਨਹੀਂ ਹੈ ਰਾਹ ਅੱਜ ਦੀ ਤਰੀਕ ਚ। ਹੁਣ ਕਿਸਾਨੀ ਸੰਘਰਸ਼ ਨੂੰ ਲੀਹੋਂ ਲਾਉਣ ਲਈ ਯਤਨ ਹੋਰ ਤਰੀਕਿਆਂ ਦੇ ਹੋ ਸਕਦੇ ਨੇ ਜਾਂ ਜਿਵੇਂ ਹੁਣ ਤੁਸੀਂ ਦੇਖਿਆ ਹੋਊਗਾ ਬਈ ਸਾਰੀ ਦੁਨੀਆਂ ਦੇ ਵਿੱਚ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਸੀ ਭਾਰਤ ਦੇ ਵਿੱਚ ਸ਼ਾਹੀਨ ਬਾਗ ਵਰਗੇ ਇੱਕ ਨੀ ਅਨੇਕਾਂ ਬਾਗ ਬਣ ਗਏ ਸੀ ਤੇ ਥਾਂ ਥਾਂ ਦੇ ਉੱਤੇ ਮੋਰਚੇ ਥਾਂ ਥਾਂ ਦੇ ਉੱਤੇ ਜਿਹੜੇ ਘੱਟ ਗਿਣਤੀਆਂ ਦੇ ਲੋਕ ਸੀ ਉਹ ਤਾਂ ਮੈਦਾਨ ਚ ਮਿੱਤਰ ਹੀ ਸੀ ਲੇਕਿਨ ਬਾਕੀ ਜਨਤਾ ਵੀ ਜਿਹੜੀ ਆ ਉਹ ਇਹਨਾਂ ਇਹਨਾਂ ਮੋਰਚਿਆਂ ਦੇ ਵਿੱਚ ਸ਼ਮੂਲੀਅਤ ਆਪਣੇ ਆਪਣੇ ਤਰੀਕਿਆਂ ਨਾਲ ਆਪਣੇ ਆਪਣੇ ਢੰਗਾਂ ਨਾਲ ਯੋਗਦਾਨ ਪਾਉਣ ਲੱਗ ਗਈ ਸੀ। ਪਰ ਮੋਦੀ ਸਾਹਿਬ ਦੀ ਕਿਸਮਤ ਖੁੱਲ ਗਈ, ਕੋਰੋਨਾ ਆ ਗਿਆ ਤੇ ਕੋਰੋਨਾ ਦੀ ਆੜ ਚ ਸ਼ਾਹੀਨ ਬਾਗ ਵੀ ਚੱਕਤਾ ਤੇ ਸ਼ਾਹੀਨ ਬਾਗ ਤੋਂ ਇਲਾਵਾ ਹੋਰ ਥਾਵਾਂ ਦੇ ਉੱਤੇ ਚੱਲਦੇ ਮੋਰਚੇ ਵੀ ਚੱਕਤੇ ਤੇ ਉਹ ਮੋਰਚੇ ਚੱਕਣ ਤੋਂ ਬਾਅਦ ਅੰਦਰ ਖਾਤੇ ਜਿਹੜੀ ਉਹ ਦਸਤੀ ਫੇਰਨੀ ਸੀ ਉਹ ਜਾਰੀ ਰੱਖੀ ਆ। ਆਪਾਂ ਅਗਲੇ ਹਫਤੇ ਉਹਦੇ ਉੱਤੇ ਚਰਚਾ ਕਰਾਂਗੇ ਕਿਉਂਕਿ ਇਹਦੇ ਕੋਈ ਹੋਰ ਰਹਿ ਗਏ ਮੁੱਦੇ ਨੇ, ਮੈਨੂੰ ਲੱਗਦਾ ਸਮਾਂ ਥੋੜਾ ਵਾ। ਆਪਾਂ ਜਿਹੜੀ ਸਮਾਂ ਗਿੱਲ ਸਾਹਿਬ ਸਮੇਂ ਦੀ ਸਮਾਂ ਇੰਨਾ ਹੈ ਨੀ ਸਾਡੇ ਕੋਲ ਨਾ ਅਸੀਂ ਸਭ ਤੋਂ ਵੱਡਾ ਮੁੱਦਾ ਜਿਹੜਾ ਕਿਸਾਨੀ ਦਾ ਸੀ ਭਾਵੇਂ ਇਹ ਤੇ ਅਸੀਂ ਅਜੇ ਹੋਰ ਬਹੁਤ ਚੀਜ਼ਾਂ ਨੇ ਜਿਹਦੇ ਆਪਾਂ ਬੋਲ ਸਕਦੇ ਹਾਂ, ਸਾਨੂੰ ਬੋਲਣੀਆਂ ਪੈਣਗੀਆਂ। ਇਹ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਹੁਣ ਬ੍ਰੇਕ ਨਹੀਂ ਲੈਂਦੇ ਪਰ ਇੱਕ ਗੱਲ ਜ਼ਰੂਰ ਦੱਸਿਓ ਤੁਸੀਂ, ਇਹ ਚਲੋ ਬਾਕੀ ਦਾ ਸਾਰਾ ਕੁਝ ਠੀਕ ਹੈ। ਕਈ ਗੱਲਾਂ ਨੇ ਅੱਜ ਦੇ ਮੁੱਦਿਆਂ ਦੇ ਵਿੱਚ ਤੁਹਾਡੀਆਂ, ਹਮੇਸ਼ਾ ਹੀ ਤੁਸੀਂ ਬੜੀ ਮਿਹਨਤ ਕਰਕੇ ਆਉਂਦੇ ਹੋ, ਬੜਾ ਕੁਝ ਲੈ ਕੇ ਆਉਂਦੇ ਹੋ, ਆਪਾਂ ਹਮੇਸ਼ਾ ਹੀ ਆਪਣੀਆਂ ਚਾਰ ਪੰਜ ਗੱਲਾਂ ਜਿਹੜੀਆਂ ਵਿਚਾਲੇ ਰਹਿ ਜਾਂਦੀਆਂ ਨੇ। ਸੀਬੀਆਈ ਦੇ ਇੱਕ ਵਕੀਲ ਨੇ ਸੁਨੀਲ ਵਰਮਾ ਜੀ ਨੇ ਸੀਬੀਆਈ ਦੇ ਡੀਜੀਪੀ ਦੇ ਉੱਤੇ ਡੀਜੀਪੀ ਦੇ ਉੱਤੇ ਇਹ ਦੋਸ਼ ਲਾਇਆ ਕਿ ਜੀ ਉਹਨੂੰ ਡੀਜੀਪੀ ਦੇ ਵੱਲੋਂ ਤੰਗ ਕੀਤਾ ਜਾਂਦਾ, ਕਈ ਵਾਰੀ ਗਲਾ ਵੀ ਘੁੱਟਿਆ ਜਾਂਦਾ ਉਹਨੂੰ ਬੜਾ ਜਣੀ ਉਹਦੇ ਨਾਲ ਕਾਫੀ ਜਿਹੜੀ ਹੈ ਅਣਗਹਿਲੀਆਂ ਹੁੰਦੀਆਂ ਨੇ। ਵੀ ਇਹ ਤਾਂ ਦੇਖੋ ਹਰ ਡਿਪਾਰਟਮੈਂਟ ਚ ਹੁੰਦੀਆਂ ਹੋਣਗੀਆਂ ਜੇ ਆਪਾਂ ਦੇਖੀਏ, ਪਰ ਇਸ ਬੰਦੇ ਦੀ ਗੱਲ ਦੇ ਉੱਤੇ ਜ਼ਿਆਦਾ ਤਵੱਜੋ ਕਿਉਂ ਜਾਂਦੀ ਹੈ ਜੀ? ਦੁਆਰਾ ਜੀ ਸੀਬੀਆਈ ਦੇ ਵਕੀਲ ਨੇ ਸੁਨੀਲ ਵਰਮਾ, ਉਹਨਾਂ ਨੇ ਦੋਸ਼ ਲਾਇਆ ਬਈ ਸੀਬੀਆਈ ਦੇ ਇੱਕ ਡੀਆਈਜੀ ਉਹਨਾਂ ਨੇ ਉਹਦੀ ਸੀਬੀਆਈ ਦੇ ਹੈੱਡਕੁਆਟਰ ਦੇ ਵਿੱਚ ਕੁੱਟਮਾਰ ਵੀ ਕੀਤੀ ਆ ਤੇ ਉਹਦਾ ਗਲ ਵੀ ਘੁੱਟਿਆ ਤੇ ਹਾਂ ਤੇ ਡੀਆਈਜੀ ਦਾ ਨਾਂ ਆ ਰਘਵਿੰਦਰ ਬਖਸ਼। ਰਘਵਿੰਦਰ ਬਖਸ਼ ਦੇ ਖਿਲਾਫ਼ ਉਹਨਾਂ ਨੇ ਦੋਸ਼ ਲਾਇਆ ਵੀ ਇਹਨੇ ਮੇਰਾ ਗਲ ਵੀ ਘੁੱਟਿਆ ਤੇ ਮੈਨੂੰ ਇਹਨੇ ਕੁੱਟਮਾਰ ਵੀ ਕੀਤੀ ਆ। ਤੇ ਇਹ ਜਿਹੜਾ ਰਘਵਿੰਦਰ ਬਖਸ਼ ਹੈ ਇਹ ਉਹਦੇ ਉੱਤੇ ਦੋਸ਼ ਕਿਉਂ ਲਾਇਆ? ਕਿਉਂਕਿ ਇਹ ਜਿਹੜਾ ਵਕੀਲ ਆ ਸੁਨੀਲ ਵਰਮਾ ਉਹਨੇ ਇਹ ਗੱਲ ਕਹੀ ਆ ਬਈ ਤੁਹਾਨੂੰ ਯਾਦ ਹੋਊਗਾ ਟਵਾੜਾ ਜੀ ਜਦੋਂ ਅਰਵਿੰਦ ਕੇਜਰੀਵਾਲ ਦੀ ਪਹਿਲੀ ਸਰਕਾਰ ਬਣੀ ਸੀ ਤਾਂ ਉਸ ਸਰਕਾਰ ਵੇਲੇ ਅਰਵਿੰਦ ਕੇਜਰੀਵਾਲ ਨੇ ਆਪਣਾ ਇੱਕ ਪ੍ਰਿੰਸੀਪਲ ਸੈਕਟਰੀ ਲਾਇਆ ਸੀ ਰਜਿੰਦਰ ਕੁਮਾਰ, ਜਿਹਨੂੰ ਕਿਹਾ ਜਾਂਦਾ ਸੀ ਵੀ ਬੜਾ ਇਮਾਨਦਾਰ ਆਦਮੀ ਆ ਤੇ ਉਹਨੇ ਆਪਦਾ ਪ੍ਰਿੰਸੀਪਲ ਸੈਕਟਰੀ ਲਾਇਆ ਸੀ। ਪਰ ਥੋੜੇ ਹੀ ਸਮੇਂ ਬਾਅਦ ਜਿਹੜਾ ਇਹ ਪ੍ਰਿੰਸੀਪਲ ਸੈਕਟਰੀ ਰਜਿੰਦਰ ਕੁਮਾਰ ਸੀਗਾ ਅਰਵਿੰਦ ਕੇਜਰੀਵਾਲ ਦਾ, ਉਹਦੇ ਉੱਤੇ ਬੀਜੇਪੀ ਵਾਲਿਆਂ ਨੇ ਜਾਂ ਇਹ ਕਹਿ ਲਓ ਵੀ ਜਿਹੜੀ ਦਿੱਲੀ ਦੀ ਸਰਕਾਰ ਆ ਜਾਂ ਕੇਂਦਰੀ ਗ੍ਰਹਿ ਵਿਭਾਗ ਆ ਉਹਨਾਂ ਨੇ ਉਹਦੇ ਉੱਤੇ ਇੱਕ ਮਾਮਲੇ ਦੇ ਵਿੱਚ 12 ਕਰੋੜ ਰੁਪਏ ਦੇ ਗਬਨ ਦਾ ਦੋਸ਼ ਲਾ ਕੇ ਉਹਦੇ ਉੱਤੇ ਕੇਸ ਦਰਜ ਕਰ ਲਿਆ ਸੀ ਤੇ ਉਹ ਕੇਸ ਦਰਜ ਕਰਨ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਉਹਨੂੰ ਅਹੁਦੇ ਤੋਂ ਪਾਸੇ ਕਰਨਾ ਪੈ ਗਿਆ ਸੀ। ਤੇ ਇਹ ਜਿਹੜਾ ਵਕੀਲ ਹੈ ਸੁਨੀਲ ਵਰਮਾ ਇਹ ਉਸ ਰਜਿੰਦਰ ਕੁਮਾਰ ਦੇ ਖਿਲਾਫ਼ ਸਰਕਾਰੀ ਵਕੀਲ ਵਜੋਂ ਪੇਸ਼ ਹੋਇਆ ਸੀ ਤੇ ਇਹਦੇ ਕਹਿਣ ਮੁਤਾਬਕ ਰਜਿੰਦਰ ਕੁਮਾਰ ਦੇ ਖਿਲਾਫ਼ ਜਿਹੜੇ ਅਦਾਲਤ ਵਿੱਚ ਦੋਸ਼ ਤੈਅ ਹੋ ਗਏ, ਦੋਸ਼ ਲੱਗ ਗਏ ਉਹਦੇ ਉੱਤੇ, ਦੋਸ਼ ਸਾਬਤ ਨਹੀਂ ਹੋਏ ਅਜੇ, ਦੋਸ਼ ਤੈਅ ਕਰਤੇ ਅਦਾਲਤ ਨੇ, ਉਹ ਕਹਿੰਦਾ ਵੀ ਇਸੇ ਗੱਲ ਤੋਂ ਦੁਖੀ ਹੋਏ ਉਹਨੂੰ ਬਚਾਉਣ ਲਈ ਇਹ ਜਿਹੜਾ ਡੀਆਈਜੀ ਵਕਸ਼ ਹੈ ਰਘਵਿੰਦਰ ਬਖਸ਼ ਕਹਿੰਦਾ ਵੀ ਮੈਨੂੰ ਉਹਨੇ ਕੁੱਟਮਾਰ ਕੀਤੀ ਆ ਤੇ ਮੇਰੀ ਸੀਬੀਆਈ ਦੇ ਹੈੱਡਕੁਆਟਰ ਦੇ ਵਿੱਚ ਮੇਰੇ ਨਾਲ ਬਦਸਲੂਕੀ ਨਹੀਂ ਕੀਤੀ, ਕੁੱਟਮਾਰ ਕੀਤੀ, ਮੇਰਾ ਗਲ ਵੀ ਘੁੱਟਿਆ ਤੇ ਉਹਨੇ ਇਸ ਮਾਮਲੇ ਚ ਤਵਾਣਾ ਜੀ ਜਿਹੜਾ ਉੱਥੇ ਨੇੜੇ ਇੱਕ ਲੋਧੀ ਕਲੋਨੀ ਥਾਣਾ ਦਿੱਲੀ ਦੇ ਵਿੱਚ ਉੱਥੇ ਜਾ ਕੇ ਉਹਦੇ ਖਿਲਾਫ਼ ਸ਼ਿਕਾਇਤ ਵੀ ਦਰਜ ਕਰਾਈ। ਇਹ ਵੱਖਰੀ ਗੱਲ ਆ ਵੀ ਲੋਧੀ ਕਲੋਨੀ ਥਾਣੇ ਵਾਲਿਆਂ ਨੇ ਇਹ ਕਹਿਤਾ ਵੀ ਭਾਈ ਤੂੰ ਪਹਿਲਾਂ ਆਪਣੇ ਜੁਆਇੰਟ ਡਾਇਰੈਕਟਰ ਨੂੰ ਸ਼ਿਕਾਇਤ ਕਰਨੀ ਸੀ ਤੇ ਉੱਥੋਂ ਸ਼ਿਕਾਇਤ ਕਰਕੇ ਸਾਡੇ ਕੋਲ ਆਉਂਦਾ, ਫਿਰ ਤਾਂ ਅਸੀਂ ਕਾਰਵਾਈ ਕਰ ਸਕਦੇ ਸੀ
ਅਸੀਂ ਸਿੱਧੀ ਐਨ ਡੀ ਆਈ ਦੇ ਖਿਲਾਫ਼ ਕਾਰਵਾਈ ਨਹੀਂ ਕਰ ਸਕਦੇ ਤੇ ਤੈਨੂੰ ਜੁਆਇੰਟ ਡਾਇਰੈਕਟਰ ਕੋਲ ਜਾਣਾ ਚਾਹੀਦਾ ਸੀਗਾ। ਪਰ ਸੀ ਬੀ ਆਈ ਦੀ ਅਦਾਲਤ ਦੇ ਵਿੱਚ ਵੀ ਉਹਨੇ ਸਿੱਧੀ ਦਰਖਾਸਤ ਦਿੱਤੀ ਆ ਸਵਰਾ ਜੀ ਸੁਨੀਲ ਵਰਮੇ ਨੇ, ਤੇ ਉਹਦੇ ਵਿੱਚ ਅਦਾਲਤ ਨੇ ਉਹ ਜਿਹੜਾ ਡੀ ਆਈ ਜੀ ਆ 19 ਅਕਤੂਬਰ ਨੂੰ ਉਧਰ ਜਿਹੜਾ ਜਦੋਂ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਖੇਤੀ ਕਾਨੂੰਨਾਂ ਦੇ ਖਿਲਾਫ਼ ਮਤਾ ਪਾਸ ਕਰੂਗੀ, ਉਧਰ 19 ਅਕਤੂਬਰ ਨੂੰ ਉਸੇ ਦਿਨ ਹੀ ਜਿਹੜਾ ਡੀ ਆਈ ਜੀ ਰਘਵਿੰਦਰ ਵਤਸ ਹੈ ਜਿਹਨੇ ਇਸ ਵਕੀਲ ਦਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਆ, ਉਹ ਵੀ ਸੀ ਬੀ ਆਈ ਦੇ ਹੈੱਡਕੁਆਰਟਰ ਦੇ ਵਿੱਚ, ਤੇ ਉਹਦੀ ਕੁੱਟਮਾਰ ਦੀ ਕੋਸ਼ਿਸ਼ ਕੀਤੀ, ਕੁੱਟਮਾਰ ਕੀਤੀ ਆ, ਕੋਸ਼ਿਸ਼ ਨਹੀਂ ਕੀਤੀ, ਕੁੱਟਮਾਰ ਕੀਤੀ ਆ ਤੇ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਆ, ਉਹ 19 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਣ ਭੇਜਦੇ ਨੇ। ਹੁਣ ਤੁਹਾਡਾ ਜੀ ਸਵਾਲ ਇਹ ਪੈਦਾ ਹੁੰਦਾ ਬਈ ਅਸੀਂ ਜਦੋਂ ਵੀ ਕੋਈ ਗੱਲ ਹੁੰਦੀ ਆ, ਚਾਹੇ ਕੋਈ ਬਲਾਤਕਾਰ ਦੀ ਘਟਨਾ ਵਾਪਰ ਜਾਵੇ, ਕੋਈ ਜਿੱਡੀ ਵੀ ਵੱਡੀ ਤੋਂ ਵੱਡੀ ਘਟਨਾ ਕੋਈ ਵਾਪਰਦੀ ਆ, ਜਦੋਂ ਦੇਖਦੇ ਹਾਂ ਵੀ ਪੁਲਿਸ ਉਹਦੇ ਚ ਇਨਸਾਫ਼ ਨਹੀਂ ਕਰਦੀ, ਤੇ ਆਮ ਬੰਦੇ ਕਹਿੰਦਾ ਵਾ ਇਹਦੀ ਜਾਂਚ ਸੀ ਬੀ ਆਈ ਤੋਂ ਕਰਾਓ, ਕਈ ਲੋਕ ਹਾਈਕੋਰਟ ਚ ਕੇਸ ਵੀ ਪਾ ਦਿੰਦੇ ਨੇ ਇਹਦੀ ਜਾਂਚ ਸੀ ਬੀ ਆਈ ਤੋਂ ਕਰਾਓ, ਤੇ ਜੇ ਸੀ ਬੀ ਆਈ ਦੇ ਅੰਦਰ ਆਹ ਕੁਛ ਹੋਈ ਜਾ ਰਿਹਾ ਵਾ ਤਾਂ ਫਿਰ ਕਿੱਥੇ ਜਾਣਗੇ ਲੋਕ ਦੇਖਦੇ, ਇਹ ਸਵਾਲ ਆ ਵੱਡਾ। ਤੇ ਹੁਣ ਸਮਾਂ ਮੈਨੂੰ ਕਹਿੰਦਾ ਤੇ ਤੂੰ ਬਹਾਨਾ ਬਣੀ ਜਾ, ਬਿਲਕੁਲ ਬਿਲਕੁਲ, ਇਹ ਕਿੱਥੇ ਜਾਣਗੇ ਲੋਕ, ਤੁਹਾਡੀ ਗੱਲ ਚ ਬਹੁਤ ਦਮ ਹੈ, ਪਰ ਇੱਕ ਗੱਲ ਜ਼ਰੂਰ ਹੈ, ਇੱਕ ਚਾਂਦੀ ਦਾ ਰੁਪਇਆ ਲੈ ਕੇ ਬਠਿੰਡੇ ਪਹੁੰਚੋ ਥਰਮਲ ਪਲਾਂਟ ਲੀਜ਼ ਤੇ ਦੇਣ ਲਈ ਪੰਜਾਬ ਸਰਕਾਰ ਤਿਆਰ ਹੈ, ਲੋਕੀ ਜਾਣਗੇ ਇੱਕ ਰੁਪਇਆ ਲੈ ਕੇ, ਪਰ ਤੁਸੀਂ ਇੱਕ ਨਹੀਂ ਉਹ ਲੋਕ ਲੈ ਕੇ ਜਾਣਗੇ, ਗਿੱਲ ਸਾਹਿਬ ਲੋਕ ਲੈ ਕੇ ਜਾਣਗੇ, ਪਰ ਤੁਸੀਂ ਚਾਂਦੀ ਦਾ ਰੁਪਇਆ ਲੈ ਕੇ ਜਾਇਓ, ਕਿਉਂਕਿ ਸ਼ਾਇਦ ਸਾਡਾ ਕੈਪਟਨ ਅਮਰਿੰਦਰ ਸਿੰਘ ਚਾਂਦੀ ਦਾ ਰੁਪਇਆ ਦੇਖ ਕੇ ਤੁਹਾਨੂੰ ਦੇ ਦੇਵੇ, ਉਹ 99 ਸਾਲ ਲਈ ਇੱਕ ਰੁਪਇਆ ਲੀਜ਼ ਦੇ ਉੱਤੇ ਸਾਲ ਭਰ ਦੇ ਲਈ, ਬੜਾ ਨਜ਼ਾਰਾ ਆਊਗਾ। ਇਹ ਗੱਲ ਆਪਾਂ ਅਗਲੇ ਹਫ਼ਤੇ ਕਰਾਂਗੇ ਵੀ ਥਰਮਲ ਪਲਾਂਟ ਲੈਣਾ ਤਾਂ 1 ਰੁਪਈਏ ਚ ਫਿਰ ਕਿਹਨੂੰ ਮਿਲਣਾ ਪਊਗਾ। ਬਹੁਤ ਖੁਸ਼ੀ ਹੋਈ, ਬਹੁਤ ਧੰਨਵਾਦ ਗਿੱਲ ਸਾਹਿਬ, ਚੱਲਦੇ ਆ ਜੀ ਅਗਲੇ ਪ੍ਰੋਗਰਾਮ ਵੱਲ, ਦਿਓ ਇਜਾਜ਼ਤ, ਬਹੁਤ ਮਿਹਰਬਾਨੀ ਤੁਹਾਡਾ ਜੀ, ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਇਹ ਸੀ ਸਰਦਾਰ ਸੰਤੋਖ ਸਿੰਘ ਗਿੱਲ, ਉੱਘੇ ਪੱਤਰਕਾਰ, ਹਮੇਸ਼ਾ ਦੀ ਤਰ੍ਹਾਂ ਕਮਾਲ ਦੀਆਂ ਗੱਲਾਂ ਕੱਢ ਕੇ ਸਾਡੇ ਨਾਲ ਲੈ ਕੇ ਆਉਂਦੇ ਨੇ, ਤੇ ਅਗਲਾ ਪ੍ਰੋਗਰਾਮ ਲੈ ਕੇ ਸਵੰਤ ਟੈਣਾ ਜੀ ਉਹਨਾਂ ਨਾਲ ਚੱਲਦੇ ਆ, ਜੁੜੇ ਰਹੋ ਰੇਡੀਓ ਚੰਨ ਪਰਦੇਸੀ ਦੇ ਨਾਲ। ਜਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਜੇ ਤਿਆਰ ਨਹੀਂ ਹੋਏ, ਜਾਣਾ ਨੀ ਜਸਮੀਤ ਹੋਰਾਂ ਦੀ ਪਾਰਟੀ ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨੀ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ, ਘਰੇ ਤਾਂ ਆਉਣਾ ਨੀ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨੀ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ, ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-569-2000 ਫਿਰ ਕਾਲ ਕਰੋ 204-770-0460। ਰੇਡੀਓ ਚੰਨ ਪਰਦੇਸੀ ਦਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ। ਬਜ਼ੋਲੋ ਫੈਬਰਿਕਸ ਤੁਹਾਡਾ ਸਵਾਗਤ ਹੈ। ਸਾਡੇ ਕੋਲ ਹੈ ਡਿਜ਼ਾਈਨਰ ਸੂਟ, ਡਿਜ਼ਾਈਨਰ ਡਰੈਸ ਅਤੇ ਘਰ ਦੀ ਸਜਾਵਟ ਲਈ ਹੈਂਡਲੂਮ ਦਾ ਸਾਮਾਨ, ਆਪਣੇ ਘਰ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਅਤੇ ਬਹੁਤ ਸੋਹਣੇ ਪੰਜਾਬੀ ਸੂਟ ਖਰੀਦਣ ਲਈ ਕਾਲ ਕਰੋ 99-105-36-337, 99-105-36-337 ਜਾਂ ਫਿਰ 700-993-2178। ਬਜ਼ੋਲੋ ਫੈਬਰਿਕਸ। ਬੱਲਾ 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 ਭਤੀਜ, ਆ ਤਾਂ ਤੈਂ ਵੀਰੇ ਕਮਾਲ ਏ ਕਰਤੀ ਹੈ, ਖਾਸੇ ਪੈਸੇ ਲਾ ਤੇ ਲੱਗਦਾ ਘਰ ਤੇ। ਓਏ ਹੋਰ ਚਾਚਾ, $00,00 ਲੱਗ ਗਿਆ ਮੇਰਾ ਤਾਂ, ਹੁਣ ਤਾਂ ਤੇਰੀ ਮਲਬਾਨ ਚ ਚੜਾਈ ਆ। ਅੱਛਾ ਪਰ ਤੂੰ ਮੈਨੂੰ ਐ ਦੱਸ, ਇਹਦੇ ਵਿੱਚ ਹੁਣ ਕੁਰਸੀਆਂ, ਟੇਬਲ, ਮੇਜ, ਬੈੱਡ ਬੁੱਡ ਕਿੱਥੋਂ ਲਿਆਉਣੇ ਨੇ? ਉਹ ਲਿਆਉਣੇ ਕਿੱਥੋਂ ਤਾਂ ਆ, ਪਤਾ ਤਾਂ ਹੈ ਤੈਨੂੰ, ਜਿੱਥੋਂ ਬੈੱਡ ਮਿਲ ਗਿਆ ਬੈੱਡ ਲੈ ਲਾਂਗੇ, ਜਿੱਥੋਂ ਸੋਫਾ ਮਿਲ ਗਿਆ ਸੋਫਾ ਲੈ ਲਾਂਗੇ। ਔਰ ਜੁਰ ਫਿੱਚੇ ਮੂੰਹ ਤੇਰੇ, ਤੂੰ ਤਾਂ ਸਵਾਦ ਹੀ ਗੱਲ ਤੇ ਯਾਰ, ਮੈਨੂੰ ਐ ਦੱਸ ਪਤੰਦਰਾ, ਵੀ ਬਿਨਾ ਗਹਿਣੇ ਤੋਂ ਜਨਾਨੀ ਸੋਹਣੀ ਲੱਗਦੀ ਹੈ? ਨਾ ਚਾਚਾ। ਫੇਰ ਬਿਨਾ ਵਧੀਆ ਫਰਨੀਚਰ ਤੋਂ ਕੋਠੀ ਸੋਹਣੀ ਲੱਗੂ? ਆਹ ਤਾਂ ਗੱਲ ਤੇਰੀ ਬਿਲਕੁਲ ਠੀਕ ਆ। ਇਸੇ ਕਰਕੇ ਤੂੰ ਚੱਲ ਮੇਰੇ ਨਾਲ D9 ਡਿਜ਼ਾਈਨ ਫਰਨੀਚਰ ਵਾਲਿਆਂ ਦੇ, ਗੱਲ ਬਣਾ ਦੇਣਗੇ ਗੱਲ।
ਆਸਟ੍ਰੇਲੀਆ ਦੇ ਮੈਲਬਰਨ ਵਾਸੀਆਂ ਲਈ ਖੁਸ਼ਖਬਰੀ D9 ਡਿਜ਼ਾਈਨ ਫਰਨੀਚਰ ਸ਼ੋਰੂਮ ਨੰਬਰ 3 ਨੰਬਰ 5 ਕਨੈਕਟ ਡਰਾਈਵ ਟਰਗਨੀਨਾ ਤੇ ਬਿਲਕੁਲ ਡੋਟੀ ਰੋਡ ਤੇ ਪਾਲਮਸ ਰੋਡ ਤੇ ਕਾਰਨਰ ਤੇ ਹੈ ਜਦੋਂ ਪਾਲਮਸ ਰੋਡ ਤੋਂ ਜਾਂਦੇ ਹੈ ਡੋਟੀ ਰੋਡ ਕ੍ਰਾਸ ਕਰਨ ਤੋਂ ਪਹਿਲਾਂ ਹੀ ਲੈਫਟ ਹੈਂਡ ਸਾਈਡ ਤੇ ਟੂਵਰਡਸ ਰੋਬਿਨਸਨ ਰੋਡ ਹੈ ਜੀ ਤੁਹਾਡਾ ਆਪਣਾ D9 ਡਿਜ਼ਾਈਨ ਫਰਨੀਚਰ ਆਪਣੇ ਘਰ ਵਿੱਚ ਸਟਾਈਲਿਸ਼ ਫਰਨੀਚਰ ਨਾਲ ਨਵੀਂ ਜਾਨ ਪਾਉਣ ਲਈ ਇੱਕ ਵਾਰ ਇੱਥੇ ਜ਼ਰੂਰ ਆਓ ਵਧੇਰੇ ਜਾਣਕਾਰੀ ਲਈ ਕਾਲ 0393948823 0393941823 D9 ਡਿਜ਼ਾਈਨ ਫਰਨੀਚਰ ਜਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਪੰਜਾਬ ਵਿਚ ਛੱਲਾ ਮਾਰ ਰਿਹਾ ਕਿਸਾਨੀ ਰੋਹ ਦਾ ਸਮੁੰਦਰ ਬਠਿੰਡਾ ਅਤੇ ਰਿਫਾਇਨਰੀ ਦੀਆਂ ਤੇਲ ਪਟੜੀਆਂ ਸਮੇਤ ਵੱਡੇ ਘਰਾਣਿਆਂ ਦੇ ਵਪਾਰਕ ਕੇਂਦਰ ਕਿਸਾਨਾਂ ਸੰਘਰਸ਼ ਦਾ ਅਖਾੜਾ ਬਣੇ ਹੋਏ ਨੇ ਕੀ ਕਹਿੰਦਾ ਕਿਸਾਨ ਯੂਨੀਅਨ ਵੱਲੋਂ ਵੱਡਾ ਐਲਾਨ ਦੇਖੋ ਜੀ ਗੱਲ ਇਹ ਹੈ ਕਿ ਕਿਸਾਨ ਜਿਹੜੇ ਉਹ ਹੁਣ ਆਰ ਜਾਂ ਪਾਰ ਦੀ ਜੰਗ ਦੇ ਉੱਤੇ ਲੱਗ ਗਏ ਆ ਪੰਜਾਬ ਦੇ ਕਿਸਾਨ ਆ ਜਿਹੜੇ ਉਹ ਹੁਣ ਕਰੋ ਜਾਂ ਮਰੋ ਵਾਲੀ ਸਥਿਤੀ ਦੇ ਉੱਤੇ ਲੱਗ ਗਏ ਆ ਇਹ ਕਹਿ ਲੋ ਕਿਸਾਨ ਆ ਜਿਹੜੇ ਉਹ ਹੁਣ ਪਿੱਛੇ ਮੁੜਨ ਵਾਲੇ ਨਹੀਂ ਆ ਕਿਸਾਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਅਸੀਂ ਉਹ ਕਰਾਂਗੇ ਜਿਹਦੇ ਬਾਬਤ ਕਦੇ ਸੋਚੋ ਨਾ ਕਿਉਂਕਿ ਉਹਨਾਂ ਨੇ ਕਿਹਾ ਜੀ ਕਿ ਜਿਸ ਤਰੀਕੇ ਦੇ ਹਾਲਾਤ ਬਣਾਏ ਹੋਏ ਆ ਤੇ ਜੋ ਜੋ ਕੁਝ ਹੋ ਗਿਆ ਤੇ ਉਹ ਹੁਣ ਤੁਸੀਂ ਭੁੱਲ ਗਏ ਵੀ ਅਸੀਂ ਪਿਛਾਂਹ ਨੂੰ ਮੁੜਨ ਵਾਲੇ ਹੈਗੇ ਆ ਕਿਸਾਨ ਭਾਈਚਾਰੇ ਨੇ ਬੜੀ ਸਪਸ਼ਟ ਗੱਲ ਕਹੀ ਹੈ ਉਹ ਕਹਿੰਦੇ ਵੀ ਜਿਸ ਤਰੀਕੇ ਨਾਲ ਸਾਨੂੰ ਬਦਲਿਆ ਤੇ ਜਿਸ ਤਰੀਕੇ ਦੇ ਨਾਲ ਸਾਨੂੰ ਉੱਥੋਂ ਮੋੜਿਆ ਤੇ ਦਿੱਲੀਓ ਤੇ ਜਿਸ ਤਰੀਕੇ ਦੇ ਨਾਲ ਸਾਨੂੰ ਜਲੀਲ ਕੀਤਾ ਗਿਆ ਇਸ ਗੱਲ ਨੂੰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਤੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਕਿਸਾਨ ਯੂਨੀਅਨਾਂ ਨੇ ਇਸ ਮੀਟਿੰਗ ਦੇ ਵਿੱਚ ਵੱਡੀਆਂ ਗੱਲਾਂ ਕਹੀਆਂ ਉਹ ਕਹਿੰਦੇ ਵੀ ਗੱਲ ਬੜੀ ਸਾਫ਼ ਆ ਤੇ ਗੱਲ ਬੜੀ ਸਪਸ਼ਟ ਆ ਕਿਸਾਨ ਕਹਿੰਦੇ ਵੀ ਬਹੁਤ ਚਿਰ ਅਸੀਂ ਉਹਨਾਂ ਨੂੰ ਦਿੱਤਾ ਪਰ ਇਹਨਾਂ ਨੇ ਸਾਨੂੰ ਟਿੱਚ ਜਾਣਿਆ ਇਹਨਾਂ ਨੇ ਸਾਨੂੰ ਬੇਇੱਜ਼ਤ ਕਰਕੇ ਦਿੱਲੀਓ ਵਾਪਸ ਮੋੜਿਆ ਪਹਿਲਾਂ ਬੁਲਾਇਆ ਤੇ ਬਾਅਦ ਦੇ ਵਿੱਚ ਮਿਲਿਆ ਕੋਈ ਨੀ ਗਾ ਤੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਹੁਣ ਜਿੱਤੋਂ ਭਾਵੇਂ ਇੱਕ ਚਿੱਠੀ ਆਵੇ ਤੇ ਭਾਵੇਂ 150 ਚਿੱਠੀ ਆਵੇ ਹੁਣ ਅਸੀਂ ਪਹਿਲੀ ਗੱਲ ਤਾਂ ਦਿੱਲੀ ਜਾਣਾ ਹੀ ਨਹੀਂ ਦੂਜੀ ਗੱਲ ਇਹ ਹੈ ਵੀ ਜਿਹਨੇ ਗੱਲ ਕਰਨੀ ਹੈ ਉਹ ਪੰਜਾਬ ਕਹਿੰਦੇ ਗੱਲ ਕਰੂਗਾ ਤੀਜੀ ਗੱਲ ਇਹ ਹੈ ਜੀ ਕਿ ਅਸੀਂ 19 ਅਕਤੂਬਰ ਨੂੰ ਪੂਰੇ ਪੰਜਾਬ ਦੇ ਵਿੱਚ ਅਰਥੀ ਫੂਕ ਮੁਜ਼ਾਹਰਾ ਕਰਾਂਗੇ ਤੇ ਚੌਥੀ ਗੱਲ ਇਹ ਹੈ ਵੀ ਭਾਵੇਂ ਪੰਜਾਬ ਚ ਆਵੇ ਮੁਖੀ ਤੇ ਭਾਵੇਂ ਆਉਣ ਰਾਜਪਾਲ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਤੇ ਉਹਨਾਂ ਨੇ ਅਗਲੀ ਗੱਲ ਇਹ ਕਹੀ ਹੈ ਵੀ ਹੁਣ ਅਸੀਂ ਥੋੜੇ ਥੋੜੇ ਸਮੇਂ ਬਾਅਦ ਆਪਦੀ ਰਣਨੀਤੀ ਹੈ ਜਿਹੜੀ ਉਹ ਬਦਲ ਕੇ ਚੱਲਾਂਗੇ ਤੇ ਉਸ ਤੋਂ ਅਗਲੀ ਗੱਲ ਇਹ ਹੈ ਉਹਨਾਂ ਨੇ ਕਿਹਾ ਵੀ ਅਸੀਂ ਜਾਣਦੇ ਹਾਂ ਕਿ ਇਸ ਵਕਤ ਸਾਡੇ ਅੰਦੋਲਨ ਨੂੰ ਢਾਹ ਲਾਉਣ ਦੇ ਲਈ ਕਿਹੜੀਆਂ ਕਿਹੜੀਆਂ ਸਿਆਸੀ ਧਿਰਾਂ ਕੀ ਕਰ ਰਹੀਆਂ ਪਰ ਇਸ ਗੱਲ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਅਸੀਂ ਇਕਜੁੱਟ ਹੋ ਕੇ ਲੱਗੇ ਹੋਏ ਹਾਂ ਤੇ ਅਸੀਂ ਉਹਨਾਂ ਲੋਕਾਂ ਨੂੰ ਪਛਾਣ ਕੇ ਚੱਲ ਰਹੇ ਹਾਂ ਜਿਹੜੇ ਲੋਕ ਇੱਥੇ ਬਹੁਤ ਵੱਡੀ ਸਾਜਿਸ਼ ਕਰਨੀ ਚਾਹੁੰਦੇ ਆ ਉਹਨਾਂ ਨੇ ਕਿਹਾ ਜੀ ਕਿ ਇਸ ਅੰਦੋਲਨ ਦੇ ਕਰਕੇ ਬਹੁਤ ਵੱਡੇ ਹੁਣ ਤੱਕ ਤਿਲਚੁਲ ਵਾਲੇ ਫੈਸਲੇ ਵੀ ਸਾਹਮਣੇ ਆਏ ਆ ਜੇ ਕਿਸੇ ਕਿਸਾਨ ਅੰਦੋਲਨ ਨਾ ਚੱਲਦਾ ਤਾਂ ਅਕਾਲੀਆਂ ਨੇ ਕਦੇ ਵੀ BJP ਤੋਂ ਕਿਨਾਰਾ ਨਹੀਂ ਸੀ ਕਰਨਾ ਜੇ ਇਹ ਅੰਦੋਲਨ ਨਾ ਚੱਲਦਾ ਤਾਂ ਹਰਸਿਮਰਤ ਕੌਰ ਬਾਦਲ ਨੇ ਕਦੇ ਅਸਤੀਫਾ ਨਹੀਂ ਸੀ ਦੇਣਾ ਜੇ ਇਹ ਅੰਦੋਲਨ ਨਾ ਚੱਲਦਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ 19 ਅਕਤੂਬਰ ਨੂੰ ਦੁਬਾਰਾ ਇਜਲਾਸ ਕਰਨ ਦੀ ਗੱਲ ਨਹੀਂ ਸੀ ਕਰਨੀ ਤੇ ਉਹਨਾਂ ਨੇ ਮੰਗ ਕੀਤੀ ਹੈ ਵੀ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਕੇਜਰੀਵਾਲ ਉਹ ਵੀ ਜਿਹੜਾ ਉਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਤੇ ਉਹਦੇ ਵਿੱਚ ਮਤਾ ਪਾਸ ਕਰੇ ਆ ਖੇਤੀ ਕਾਨੂੰਨਾਂ ਦੇ ਖਿਲਾਫ਼ ਤੇ ਇਹ ਗੱਲ ਕਹੀ ਹੈ ਜੀ ਕਿ ਹੁਣ BJP ਦੇ ਨੇਤਾਵਾਂ ਨੂੰ ਘਰਾਂ ਦੇ ਵਿੱਚੋਂ ਨਿਕਲਣ ਨਹੀਂ ਦੇਵਾਂਗੇ ਇਹ ਜੋ ਮਰਜ਼ੀ ਕਰੀ ਜਾਣ ਹੁਣ ਜੰਗ ਆਰ ਜਾਂ ਪਾਰ ਦੀ ਹੋਊਗੀ ਜੀ 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 ਬਿਲਕੁਲ ਲੱਗਦਾ ਇੱਦਾਂ ਹੀ ਆ ਉਧਰ ਦੂਜੇ ਪਾਸੇ ਕਿਸਾਨਾਂ ਨੇ ਕਿਹਾ ਵੀ ਕੈਪਟਨ ਜਿਹੜੇ ਨੇ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਉਹ ਸਰਕਾਰ ਦੇ ਹਾਈ ਕੋਰਟ ਜਾਣ ਤੋਂ ਕਿਸਾਨ ਖਫਾ ਹੋਏ ਨੇ ਕੈਪਟਨ ਸਰਕਾਰ ਜਿਹੜੀ ਹੈ ਹਾਈ ਕੋਰਟ ਕਿਉਂ ਗਈ ਕਿਸਾਨਾਂ ਨੇ 22ਵੇਂ ਦਿਨ ਦੀ ਕੇਂਦਰ ਖਿਲਾਫ ਜਿਹੜੀ ਭੜਾਸ ਕੱਢੀ ਹੈ ਬੱਚੇ ਵੀ ਜਿਹੜੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੇ ਨੇ ਜੀ ਦੇਖੋ ਜੀ ਗੱਲ ਇਹ ਹੈ ਕਿ ਸਰਕਾਰਾਂ ਦੇ ਉੱਤੇ ਚਲੋ ਖਫਾ ਹੋਣਾ ਹੀ ਹੈ
ਪਿਛਲੇ ਦਿਨ ਆਪਾਂ ਜਾਣਦੇ ਹਾਂ ਕਿ ਲੱਖੋਵਾਲ ਯੂਨੀਅਨ ਹੈ ਜਿਹੜੀ ਉਹ ਸੁਪਰੀਮ ਕੋਰਟ ਚਲੀ ਗਈ ਸੀਗੀ। ਉਹਦੇ ਸੁਪਰੀਮ ਕੋਰਟ ਜਾਣ ਤੋਂ ਬਾਅਦ ਅੱਜ ਤੱਕ ਕਿਸਾਨ ਯੂਨੀਅਨ ਨੇ ਉਹਨੂੰ ਮੂੰਹ ਨਹੀਂ ਲਾਇਆ, ਕਿਉਂਕਿ ਉਹਨਾਂ ਨੂੰ ਇਹ ਜਾਪਿਆ ਜੀ ਕਿ ਇਹ ਗਦਾਰੀ ਕਰਦੇ ਆ। ਆਮ ਤੌਰ ਦੇ ਉੱਤੇ ਚਲੋ ਇਹ ਤਾਂ ਜਾਣਾ ਤਾਂ ਹੈਗਾ ਹੀ ਆ ਅਦਾਲਤ ਦੇ ਵੱਲ, ਪਰ ਚਾਹੀਦਾ ਇਹ ਹੈ ਕਿ ਜਦੋਂ ਤੁਹਾਡੀ ਪੂਰੀ ਤਿਆਰੀ ਹੋਵੇ, ਤੁਸੀਂ ਹਰ ਪੱਖ ਤੋਂ ਆਪਣੀ ਤਿਆਰੀ ਕਰਨੀ ਹੋਵੇ, ਤੇ ਫਿਰ ਤੁਸੀਂ ਉਧਰਲੇ ਪਾਸੇ ਨੂੰ ਤੁਰੋ। ਪਰ ਅਕਸਰ ਏਦਾਂ ਨਹੀਂ ਹੁੰਦਾ ਵਾ। ਅਕਸਰ ਕੀ ਹੁੰਦਾ ਵੀ ਟ੍ਰਾਈ ਦੇ ਵਿੱਚ ਆਪਾਂ ਕੇਸ ਕਰ ਦਿੰਦੇ ਹਾਂ ਤੇ ਉਸ ਕੇਸ ਦਾ ਨਤੀਜਾ ਜਿਹੜਾ ਉਹ ਨਾ ਪੱਖੀ ਹੁੰਦਾ, ਉਹਦੇ ਵਿੱਚ ਕੋਈ ਪੋਜ਼ਿਟਿਵ ਰਿਸਪੋਂਸ ਨਹੀਂ ਆਉਂਦਾ ਗਾ, ਤੇ ਬਾਅਦ ਦੇ ਵਿੱਚ ਜਿਹੜਾ ਤੁਹਾਡਾ ਪੂਰੇ ਦਾ ਪੂਰਾ ਸੰਘਰਸ਼ ਆ ਉਹ ਖੂਹ ਖਾਤੇ ਪੈ ਜਾਂਦਾ। ਤੇ ਇਸ ਗੱਲ ਕਰਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਹਾਲੇ ਤੱਕ ਇਸ ਗੱਲੋਂ ਨਾਰਾਜ਼ ਤੇ ਨਿਰਾਸ਼ ਹੈਗੀਆਂ ਇਹ ਭਾਈ ਇਹ ਜਿਹੜੀ ਜਥੇਬੰਦੀ ਹੈ ਲੱਖੋਵਾਲ ਵਾਲੀ ਇਹ ਕਿਹੜੀ ਗੱਲੋਂ ਗਈ ਸੀਗੀ ਉਧਰਲੇ ਪਾਸੇ, ਕਿਹੜੀ ਗੱਲੋਂ ਇਹਨਾਂ ਨੇ ਜਾ ਕੇ ਉੱਥੇ ਤੇ ਇਹ ਜਿਹੜੀ ਉਹ ਅਦਾਲਤ ਦਾ ਦਰਵਾਜ਼ਾ ਖੜਕਾਇਆ। ਪਰ ਉਸੇ ਤਰੀਕੇ ਨਾਲ ਹੁਣ ਕਾਂਗਰਸ ਦੀ ਗੱਲ ਆ, ਹੁਣ ਜਥੇਬੰਦੀਆਂ ਆਪਣੀ ਥਾਂ ਦੇ ਉੱਤੇ ਸਹੀ ਹੈ। ਇੱਕ ਤਾਂ ਹੁੰਦਾ ਕਿ ਤੁਸੀਂ ਜਾ ਕੇ ਉੱਥੇ ਅਦਾਲਤ ਦਾ ਦਰਵਾਜ਼ਾ ਖੜਕਾਓ ਤੇ ਫਾਰਮੈਲਿਟੀ ਵੀ ਕਰਕੇ ਆ ਜਾਓ। ਦੂਜੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਉੱਥੇ ਜਾ ਕੇ ਤੇ ਸਿਰੇ ਦੀ ਗੱਲ ਕਰਨੀ ਹੈ, ਤੁਹਾਡਾ ਕੇਸ ਪੂਰਾ ਮਜ਼ਬੂਤ ਹੈਗਾ। ਸੋ ਜਥੇਬੰਦੀਆਂ ਨੂੰ ਇਹ ਲੱਗਦਾ ਕਿ ਵੀ ਜਾਣ ਬੱਝ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਆ, ਨਾ ਇਹਨਾਂ ਦੇ ਕੋਲ ਕੋਈ ਇਸ ਵਕਤ ਤਜਰਬਾ ਹੈਗਾ, ਨਾ ਇਹ ਜ਼ਰੀ ਤੌਰ ਦੇ ਉੱਤੇ ਇਹ ਚਾਹੁੰਦੇ ਆ ਵੀ ਕੇਸ ਅਸੀਂ ਜਿੱਤ ਗਏ। ਇਹ ਤਾਂ ਸਿਰਫ ਤੇ ਸਿਰਫ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾਉਣ ਦਾ ਕੰਮ ਕਰ ਰਹੇ। ਦੂਜੇ ਪਾਸੇ ਕਿਸਾਨ ਯੂਨੀਅਨਾਂ ਜੋ ਵੀ ਫੈਸਲਾ ਕਰਨਗੀਆਂ ਮੈਨੂੰ ਖਿੜੇ ਮੱਥੇ ਸਵਕਾਰ, ਇਹ ਗੱਲ ਕਹੀ ਹੈ ਸੁਖਵੀਰ ਸਿੰਘ ਬਾਦਲ ਨੇ। ਇਹਦੇ ਪਿੱਛੇ ਕੀ ਉਹਨਾਂ ਦੀ ਮੰਸ਼ਾ ਹੈ? ਦੇਖੋ ਇਹਦੇ ਚ ਗੱਲ ਅਸਲ ਦੇ ਵਿੱਚ ਇਹ ਜੀ ਕਿ ਇੱਕ ਤਾਂ ਉਹਨਾਂ ਨੇ ਨਿੰਦਿਆ ਕੀਤੀ ਹੈ, ਨਿੰਦਿਆ ਕੀਤੀ ਹੈਗੀ ਹੈ ਕੇਂਦਰ ਦੇ ਰਵੱਈਏ ਦੀ ਵੀ ਕਿਸਾਨ ਸੱਦੇ ਤੇ ਬਾਅਦ ਦੇ ਵਿੱਚ ਤੁਸੀਂ ਬ੍ਰਹਮ ਚਿੱਠੀ ਵਾਂਗੂ ਮੋੜਦੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੁੱਖ ਹੈ ਇਸ ਗੱਲ ਦਾ ਸਾਨੂੰ ਵੀ ਤੁਸੀਂ ਫਿਰ ਬੁਲਾਇਆ ਹੀ ਕਿਉਂ ਜੇਕਰ ਤੁਸੀਂ ਉਹਨਾਂ ਦੀ ਗੱਲ ਸੁਣਨੀ ਵੀ ਨਹੀਂ ਸੀ। ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਏਦਾਂ ਕਰਨਾ ਨਹੀਂ ਸੀ ਚਾਹੀਦਾ, ਅੰਨਦਾਤੇ ਦਾ ਅਪਮਾਨ ਕੀਤਾ ਹੈਗਾ ਤੇ ਅੰਨਦਾਤੇ ਦਾ ਅਪਮਾਨ ਹੈ ਜਿਹੜਾ ਉਹ ਬਰਦਾਸ਼ਤ ਯੋਗ ਗੱਲ ਨਹੀਂ ਹੈ। ਫਿਰ ਇਹ ਗੱਲ ਕਹੀ ਹੈ ਜੀ ਕਿ ਕਿਸਾਨ ਕਿੱਥੇ ਬੰਦੀਆਂ ਸਾਡੇ ਲਾਏ ਕੋਈ ਵੀ ਸੇਵਾ ਲਾਉਂਦੀਆਂ, ਅਸੀਂ ਉਹਦੇ ਲਈ ਹਾਜ਼ਰ ਹਾਂ। ਤੇ ਫਿਰ ਇਹ ਗੱਲ ਕਹੀ ਹੈ ਵੀ ਅਸਲ ਦੇ ਵਿੱਚ ਇਹ ਗੱਲ ਇਹ ਹੈ ਜੀ ਕਿ ਅਸੀਂ ਤਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ, ਕਿਸਾਨ ਭਾਈਚਾਰੇ ਦੀਆਂ ਲੋੜਾਂ ਕੀ ਹੈ ਅਸੀਂ ਇਸ ਗੱਲ ਨੂੰ ਮਹਿਸੂਸਦੇ ਹਾਂ। ਪਰ ਗੱਲ ਇਹ ਹੈ ਜੀ ਕਿ ਇਹਨਾਂ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹ ਕਿਸਾਨਾਂ ਨੂੰ ਜਾਣ ਬੁੱਝ ਕੇ ਖੱਜਲ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ ਜਾ ਰਿਹਾ। ਸੋ ਸੁਖਬੀਰ ਬਾਦਲ ਹੋਰਾਂ ਨੇ ਕਿਹਾ ਵੀ ਸਾਨੂੰ ਜਿਹੜੇ ਮੌਕੇ ਵੀ ਵਾਰਡ ਮਾਰਨਗੀਆਂ ਕਿਸਾਨ ਜਥੇਬੰਦੀਆਂ ਸਾਨੂੰ ਕਹਿਣਗੀਆਂ ਵੀ ਹੁਣ ਆਪਾਂ ਆਹ ਪ੍ਰੋਗਰਾਮ ਉਲੀਕਿਆ, ਹੁਣ ਆਪਾਂ ਆਹ ਕਰਨਾ, ਅਸੀਂ ਪੱਕ ਹਾਜ਼ਰ, ਅਸੀਂ ਇਹਨਾਂ ਤੋਂ ਬਾਹਰ ਨਹੀਂ ਹੋਗੇ, ਅਸੀਂ ਇਹਨਾਂ ਨੂੰ ਬਿਲਕੁਲ ਅਣਡਿੱਠ ਨਹੀਂ ਕਰਨਾ ਗਾ, ਕਿਉਂਕਿ ਸਾਨੂੰ ਪਤਾ ਵੀ ਇਹਨਾਂ ਦੀ ਮਿਹਨਤ ਕੀ ਆ ਤੇ ਰਾਜਨੀਤਿਕ ਪਾਰਟੀਆਂ ਨੂੰ ਖੜੇ ਕਰਨ ਦੇ ਵਿੱਚ ਕਿਸਾਨਾਂ ਦਾ ਕੀ ਯੋਗਦਾਨ ਆ। ਇਸ ਕਰਕੇ ਇਹਨਾਂ ਨੇ ਸ਼ਿਫਤਾਂ ਦੇ ਪੁਲ ਵੀ ਬੰਨੇ ਆ। ਇਹਨਾਂ ਨੇ ਕਿਹਾ ਜੀ ਕਦਰਦਾਨ ਅਸੀਂ ਹੈਗੇ ਆ, ਕੇਂਦਰ ਦੀ ਸਰਕਾਰ ਨੇ ਜੋ ਕੀਤਾ ਉਹ ਬਹੁਤ ਮਾੜਾ ਕੀਤਾ, ਪਰ ਸਾਡੀ ਜੋ ਵੀ ਡਿਊਟੀ ਲਾਉਣਗੀਆਂ ਕਿਸਾਨ ਜਥੇਬੰਦੀਆਂ ਅਸੀਂ ਨਹੀਂ ਭੱਜੇ, ਅਸੀਂ ਹਾਜ਼ਰ ਹਾਂ ਜੀ। ਜੀ ਜੀ ਉਧਰ ਸੰਗਰੂਰ ਦੇ ਵਿੱਚ ਰੇਲ ਲਾਈਨ ਤੇ ਬੈਠੇ ਇੱਕ ਕਿਸਾਨ ਦੀ ਮੌਤ ਹੋ ਗਈ ਜੀ। ਦੇਖੋ ਗੱਲ ਇਹ ਹੈ ਦਵਾਨਾ ਸਾਹਿਬ ਕਿ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਕਹਿਣਗੀਆਂ ਵੀ ਅਸੀਂ ਕੁਰਬਾਨੀ ਦਿੰਦੇ ਹਾਂ, ਪਰ ਅਸਲ ਕੁਰਬਾਨੀ ਇਹਨਾਂ ਲੋਕਾਂ ਦੀ ਹੈ ਜਿਹੜੇ ਕਿ ਉਮਰ ਦੀ ਪਰਵਾਹ ਕਰੇ ਤੋਂ ਬਿਨਾਂ ਰੇਲ ਦੀਆਂ ਪਟੜੀਆਂ ਦੇ ਉੱਤੇ ਬੈਠੇ ਆ, ਜਿਹੜੇ ਕਿ ਇਸ ਵਕਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਕਹਿ ਰਹੇ ਜੀ ਕਿ ਅਸੀਂ ਮਰਨ ਨੂੰ ਨਹੀਂ ਤਿਆਰ ਹਾਂ ਪਰ ਅਸੀਂ ਪਿੱਛੇ ਆਉਣ ਨੂੰ ਤਿਆਰ ਨਹੀਂ ਹੈ। ਅਸਲ ਦੇ ਵਿੱਚ ਕੁਰਬਾਨੀ ਇਹਨਾਂ ਲੋਕਾਂ ਦੀ ਹੈ ਜਿਹੜੇ ਲੋਕਾਂ ਨੇ ਆਪਦੀ ਜ਼ਿੰਦਗੀ ਦੀ ਪਰਵਾਹ ਕਰੇ ਤੋਂ ਬਿਨਾਂ ਆਪਦੇ ਖੇਤਾਂ ਦੀ, ਆਪਦੇ ਭਵਿੱਖ ਦੀ, ਆਪਦੇ ਟੱਬਰ ਪੀਰ ਦੀ ਪਰਵਾਹ ਕਰ ਰਹੇ ਆ। ਤੇ ਇਹ ਜਿਹੜੇ ਰਾਜਨੀਤਿਕ ਲੋਕ ਆ ਇਹ ਕੀ ਜਾਣਦੇ ਆ ਵੀ ਭਾਈ ਕਿਸਾਨਾਂ ਦਾ ਦਰਦ ਕੀ ਆ, ਖੇਤ ਮਜ਼ਦੂਰਾਂ ਦਾ ਕੀ ਦਰਦ ਆ। ਜਿਹੜੀ ਹੁਣ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਆ ਉਹ ਇਹ ਗੱਲ ਕਹਿੰਦੀ ਹੈ ਕਿ ਜੋ ਕੁਝ ਇਸ ਵਕਤ ਚੱਲ ਰਿਹਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਤੇ ਉਹ ਕੁਝ ਬੜੇ ਵਰਤਾਰੇ ਮਾੜੇ ਦੇ ਰੂਪ ਦੇ ਵਿੱਚ ਹੈਗਾ। ਕਿਉਂਕਿ ਇੱਕ ਪਾਸੇ ਤਾਂ ਚਵਾਣਾ ਸਾਹਿਬ ਗੱਲ ਇਹ ਹੈ ਵੀ ਜਦੋਂ ਹੁਣ ਸਾਰਾ ਪੰਜਾਬ ਜਿਹੜਾ ਕੋਈ ਬੰਦਾ ਰੋਟੀ ਖਾਂਦਾ ਭਾਵੇਂ ਉਹ ਕੋਈ ਵਪਾਰੀ ਆ ਭਾਵੇਂ ਕੋਈ ਹੋਰ ਆ, ਜਿਹੜੇ ਬੰਦੇ ਦੀ ਥਾਲੀ ਦੇ ਵਿੱਚ ਫੁਲਕੇ ਆ ਉਹ ਬੰਦਾ ਇਸ ਵਕਤ ਫਿਕਰਮੰਦ ਆ ਵੀ ਪੰਜਾਬ ਦੀ ਕਿਸਾਨੀ ਦਾ ਕੀ ਬਣੂਗਾ। ਪਰ ਜਿਹੜੇ ਲੋਕ ਇਸ ਵਕਤ ਢੀਠਤਾਈ ਦੀ ਹੱਦ ਕਰੀ ਜਾਂਦੇ ਆ,
ਉਹ ਕਹੇ ਜੀ ਕਿ ਨਹੀਂ ਅਸੀਂ ਐਂ ਕਰ ਦਿਆਂਗੇ ਜੀ, ਸਾਡੇ ਉੱਤੇ ਹਮਲਾ ਪੁਰਾਣੇ ਕਰਾ ਰਹੇ ਹਨ ਜੀ, ਕਿਸਾਨ ਤਾਂ ਸਾਨੂੰ ਮਾਰ ਨੂੰ ਫਿਰਦੇ ਹਨ ਜੀ, ਫਲਾਣਾ ਹੋ ਰਿਹਾ ਹੈ ਜੀ, ਢੀਂਗੜਾ ਹੋ ਰਿਹਾ ਹੈ ਜੀ। ਉਹ ਆਪਦੀ ਰਾਜਨੀਤੀ ਚਮਕਾਉਣ ਦੇ ਲਈ ਕਿਸੇ ਵੀ ਹੇਠਲੇ ਪੱਧਰ ਦੇ ਉੱਤੇ ਗਿਰੀ ਜਾਂਦੇ ਆ, ਪਰ ਜਿਹੜੇ ਇਹ ਸੰਗਰੂਰ ਦੀ ਰੇਲ ਲਾਈਨ ਦੇ ਉੱਤੇ ਬੈਠੇ ਕਿਸਾਨ, ਲੱਖਾਂ ਦੀ ਮੌਤ ਹੋਈ ਹੈ ਬਜ਼ੁਰਗ ਕਿਸਾਨ ਦੀ, ਇਹਨੇ ਇਹ ਜ਼ਰੂਰ ਦੱਸ ਦਿੱਤਾ ਕਿ ਉਮਰ ਦਾ ਭਾਵੇਂ ਕੋਈ ਵੀ ਪੜਾਅ ਹੋਵੇ, ਆਪਦੇ ਖੇਤਾਂ ਨੂੰ ਬਚਾਉਣ ਦੇ ਲਈ ਹਰ ਬੰਦਾ ਜੋ ਕੁਝ ਕਰ ਸਕਦਾ ਉਹ ਕਰਨ ਦੇ ਲਈ ਤਿਆਰ ਪਰ ਤਿਆਰ ਹੈ। ਉਸ ਤੋਂ ਅਗਲੀ ਗੱਲ ਇਹ ਕਿ ਹੁਣ ਤੱਕ ਤੀਜੇ ਵਿਅਕਤੀ ਦੀ ਮੌਤ ਹੋਈ ਹੈ ਇਹਦਾ ਰੇਲ ਦੀ ਲੀਹ ਦੇ ਉੱਤੇ, ਕਿਉਂਕਿ ਇਸ ਤੋਂ ਪਹਿਲਾਂ ਵੀ ਦੋ ਮੌਤਾਂ ਹੋਈਆਂ। ਪਰ ਇਹਨਾਂ ਨੂੰ ਅਸਲ ਮੰਨਣਾ ਚਾਹੀਦਾ ਜੀ ਕਿ ਕੁਰਬਾਨੀ ਇਹਨਾਂ ਦੀ ਆ, ਬਾਕੀ ਕਿਸੇ ਨੂੰ ਅਕਾਲੀ ਚਾਹੀ ਜਾਣ ਅਸੀਂ ਕੁਰਬਾਨੀਆਂ ਕਰਨ ਵਾਲੇ ਹਾਂ, ਕੋਈ ਕਹੀ ਲਵੇ ਅਸੀਂ ਕੁਰਬਾਨੀਆਂ ਕਰਨ ਵਾਲੇ ਹਾਂ, ਉਹਨਾਂ ਦੀਆਂ ਕੁਰਬਾਨੀਆਂ ਦਾ ਕੋਈ ਹੋਣੀ ਚਾਹੀਦੀ ਤੁੱਕ। ਪਰ ਅਗਲੀ ਗੱਲ ਉਸ ਤੋਂ ਇਹ ਆ ਕਿ ਹੁਣ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਅਸੀਂ ਸੂਬੇ ਦੀ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਇਸ ਗੱਲ ਦਾ ਕਿ ਤੁਸੀਂ 10-10 ਲੱਖ ਰੁਪਇਆ ਉਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਦਿਓ ਜਿਹੜੇ ਲੋਕ ਆ ਜਿਹੜੇ ਇਸ ਵਕਤ ਮਰ ਗਏ ਆ, ਜਿਹੜੇ ਧਰਨਿਆਂ ਦੇ ਵਿੱਚ ਬੈਠੇ ਬੈਠੇ ਸ਼ਹੀਦ ਹੋ ਗਏ ਆ, ਕਿਉਂਕਿ ਇਹ ਕਿਸਾਨੀ ਅੰਦੋਲਨ ਦੇ ਸ਼ਹੀਦ ਲੋਕ ਹੈਗੇ ਆ। ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ, ਕਿਸੇ ਨੇ ਉੱਥੇ ਭੁੱਖ ਭਾਣੇ ਗੱਛ ਖਾ ਕੇ ਡਿੱਗ ਪਿਆ, ਕਿਸੇ ਨੂੰ ਕੋਈ ਸਮੱਸਿਆ ਆਈ, ਕਿਸੇ ਨੂੰ ਕੋਈ ਸਮੱਸਿਆ ਆਈ, ਉਹਨਾਂ ਨੇ ਕਿਹਾ ਜੀ ਕਿ ਅਸੀਂ ਇੱਟ ਨਾਲ ਇੱਟ ਗੜਕਾ ਦੇਵਾਂਗੇ ਜੇਕਰ ਸਰਕਾਰ ਦੇ ਵੱਲੋਂ ਇਹਨਾਂ ਦੀ ਮਦਦ ਨਾ ਕੀਤੀ ਗਈ ਤਾਂ। ਜੀ ਜੀ, ਉਧਰ ਭਾਈ ਲੌਂਗੋਵਾਲ ਸਾਹਿਬ ਕਹਿੰਦੇ ਵੀ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਨ ਨੂੰ ਤਿਆਰ ਹਾਂ, ਉਹ ਕਿਹੜੀਆਂ ਜਥੇਬੰਦੀਆਂ ਨੇ ਜੀ? ਦੇਖੋ ਇਹ ਜਿਹੜੀਆਂ ਜਥੇਬੰਦੀਆਂ ਇਹ ਪਿਛਲੇ ਕਈ ਹਫ਼ਤਿਆਂ ਤੋਂ ਬੈਠੀਆਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਮੂਹਰੇ, ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਸੀਗੇ ਤੇ ਉਸ ਮਾਮਲੇ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਲਾਪਤਾ ਹੋਏ ਆ। ਪਰ ਆਪਾਂ ਜਾਣਦੇ ਹੀ ਹਾਂ ਵੀ ਕਾਰਵਾਈ ਕਿਹੋ ਜਿਹੀ ਕਰਦੇ ਆ ਤੇ ਕੀ ਕੁਝ ਚੱਲ ਰਿਹਾ ਇਸ ਵੇਲੇ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਵੀ ਕੱਲ੍ਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਗਏ ਸੀਗੇ ਲੌਂਗੋਵਾਲ ਹੋਰੀ, ਉਹਨਾਂ ਨੇ ਇੱਥੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਹੈ ਕਿ ਅਸੀਂ ਤੁਹਾਡੇ ਨਾਲ ਹਾਂ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹਨਾਂ ਜਥੇਬੰਦੀਆਂ ਦੀ ਗੱਲਬਾਤ ਸੁਣਨ ਨੂੰ ਤਿਆਰ ਹਾਂ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਇਸ ਤਰੀਕੇ ਨਾਲ ਧਾਰਮਿਕ ਮਸਲੇ ਜਿਹੜੇ ਉਹ ਸਿਰ ਕਰਕੇ ਤੇ ਧਰਨੇ ਲਾ ਲੂ ਕੇ ਹੱਲ ਨਹੀਂ ਹੁੰਦੇਗੇ, ਜ਼ਰੂਰਤ ਇਸ ਗੱਲ ਦੀ ਆ ਕਿ ਬੈਠ ਕੇ ਮਸਲੇ ਨੂੰ ਵਿਚਾਰਿਆ ਜਾਵੇ, ਜ਼ਰੂਰਤ ਇਸ ਗੱਲ ਦੀ ਆ ਕਿ ਸੰਵਾਦ ਦੇ ਨਾਲ ਮਸਲਾ ਹੱਲ ਕੀਤਾ ਜਾਵੇ। ਪਰ ਇਹਨਾਂ ਦੇ ਵੱਲੋਂ ਨਹੀਂ ਹਲੇ ਤੱਕ ਸ਼ਾਇਦ ਇਹ ਗੱਲ ਸੋਚੀ ਗਈ। ਉਹਨਾਂ ਨੇ ਕਿਹਾ ਵੀ ਜੇਕਰ ਬਹਿ ਕੇ ਮਸਲਾ ਹੱਲ ਕਰਨਾ ਚਾਹੁੰਦੇ ਆ ਤਾਂ ਅਸੀਂ ਹਾਜ਼ਰ ਆ, ਤੇ ਜਦੋਂ ਵੀ ਇਹ ਚਾਹੁਣ ਤੇ ਆਪਾਂ ਮਿਲ ਬੈਠ ਕੇ ਤੇ ਅਗਲੀ ਗੱਲ ਕਰ ਸਕਦੇ। ਉਧਰ ਬੀਜੇਪੀ ਦੇ ਨੇਤਾਵਾਂ ਨੇ ਟਹਿਣਾ ਸਾਹਿਬ ਇਹ ਗੱਲ ਕਹੀ ਹੈ, ਕਹਿੰਦੇ ਸਾਨੂੰ ਪੰਜਾਬ ਪੁਲਿਸ ਤੋਂ ਖਤਰਾ ਹੈ, ਅਸ਼ਵਨੀ ਕੁਮਾਰ ਤੇ ਹਮਲਾ ਜਿਹੜਾ ਹੈ ਉਹ ਬਿੱਟੂ ਰਵਨੀਤ ਕਹਿੰਦਾ ਮੈਂ ਕਰਾਇਆ। ਫਿਰ ਜੇ ਰਵਨੀਤ ਬਿੱਟੂ ਨੇ ਹਮਲਾ ਕਰਵਾਇਆ ਪੁਲਿਸ ਤੋਂ ਕਿਵੇਂ ਖਤਰਾ ਹੈ ਬੀਜੇਪੀ ਨੂੰ? ਜੀ ਦੇਖੋ ਗੱਲ ਤਾਂ ਇਹ ਹੈ ਜੀ ਕਿ ਬੀਜੇਪੀ ਦੇ ਨੇਤਾ ਜਿਹੜੇ ਉਹ ਇਸ ਮੁੱਦੇ ਨੂੰ ਉਭਾਰ ਕੇ ਇਹ ਕਹਿਣਾ ਚਾਹੁੰਦੇ ਆ ਕਿ ਦੇਖੋ ਸਾਨੂੰ ਤਾਂ ਪੰਜਾਬ ਦੀ ਸਰਕਾਰ ਦੇ ਵੱਲੋਂ ਹੀ ਠੱਗਿਆ ਗਿਆ ਤੇ ਪੰਜਾਬ ਦੀ ਸਰਕਾਰ ਇਸ ਵਕਤ ਪੰਜਾਬ ਦਾ ਅਮਨ ਕਾਨੂੰਨ ਭੰਗ ਕਰਨ ਦੇ ਲੱਗੀ ਹੋਈ ਹੈ। ਰਵਨੀਤ ਬਿੱਟੂ ਨੇ ਇਹ ਗੱਲ ਕਹੀ ਵੀ ਜੇਕਰ ਤੁਸੀਂ ਪੰਜਾਬ ਦੇ ਕਿਸਾਨਾਂ ਉੱਤੇ ਪਰਚਾ ਦਰਜ ਕਰਦੇ ਆ ਕਿ ਅਸ਼ਵਨੀ ਸ਼ਰਮਾ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਕਿਹਾ ਸੀ ਜੀ ਕਿ ਮੇਰੀ ਬੇਨਤੀ ਇਹ ਆ ਵੀ ਕਿਸਾਨਾਂ ਦੇ ਉੱਤੇ ਕਾਰਵਾਈ ਨਾ ਕਰੋ, ਮੇਰੇ ਉੱਤੇ ਕਾਰਵਾਈ ਕਰ ਲਓ। ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਜੇਕਰ ਤੁਹਾਨੂੰ ਇਹ ਲੱਗਦਾ ਵੀ ਪੰਜਾਬ ਦੇ ਕਿਸਾਨ ਖਤਰਨਾਕ ਆ, ਪੰਜਾਬ ਦੇ ਕਿਸਾਨ ਹਿੰਸਕ ਹੋ ਗਏ ਆ, ਤਾਂ ਇਹਨਾਂ ਦੇ ਉੱਤੇ ਕਾਰਵਾਈ ਨਾ ਕਰੋ, ਤੁਸੀਂ ਮੇਰੇ ਉੱਤੇ ਕਾਰਵਾਈ ਕਰੋ ਜਿਹੜੀ ਵੀ ਕਾਰਵਾਈ ਕਰਨੀ ਹੈ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਹਾਂ ਮੈਂ ਕਰਵਾਇਆ, ਚਲੋ ਹਮਲਾ ਦੱਸੋ ਮੇਰੇ ਉੱਤੇ ਕਿਹੜਾ ਤੁਸੀਂ ਤੋਪ ਛੱਡਦੇ ਆ। ਹੁਣ ਇਸ ਮਾਮਲੇ ਦਾ ਪੁਲ ਬਣਾਇਆ ਹੈਗਾ ਬੀਜੇਪੀ ਨੇ, ਉਹ ਕਹਿੰਦੇ ਵੀ ਅਸੀਂ ਤਾਂ ਪਹਿਲਾਂ ਕਹਿੰਦੇ ਵੀ ਕਾਂਗਰਸ ਨੇ ਸਾਡੇ ਉੱਤੇ ਹਮਲਾ ਕਰਵਾਇਆ ਤੇ ਆਹ ਦੇਖੋ ਜੀ ਹੁਣ ਇੱਕ MP ਖੁਦ ਇਹ ਗੱਲ ਕਬੂਲ ਕਰੀ ਜਾਂਦਾ ਵੀ ਮੈਂ ਹਮਲਾ ਕਰਵਾਇਆ, ਅਸੀਂ ਇਹ ਹਮਲਾ ਕਰਵਾਇਆ। ਸੋ ਇਹੋ ਜੀ ਗੱਲ ਹੈਗੀ ਸਾਹਮਣੇ ਆਈ। ਉਸ ਤੋਂ ਅਗਲੀ ਗੱਲ ਇਹ ਹੈਗੀ ਹੈ ਕਿ ਰਾਜਕੁਮਾਰ ਵੇਰਕਾ ਜਿਹੜੇ ਆ ਉਹ ਕਹੀ ਜਾਂਦੇ ਆ ਜੀ ਕਿ ਇਹ ਤਾਂ ਭਾਜਪਾ ਨੇ ਅੱਗੇ ਤੇ ਹਮਲਾ ਆਪੇ ਕਰਵਾ ਲਿਆ। ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਅਸ਼ਵਨੀ ਸ਼ਰਮਾ, ਉਹਨਾਂ ਨੇ ਕੱਲ ਪਠਾਨਕੋਟ ਦੇ ਵਿੱਚ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ DGP ਦਿਨਕਰ ਗੁਪਤਾ ਝੂਠ ਬੋਲ ਰਹੇ ਆ। ਉਹ ਕਹਿੰਦੇ ਸੀ ਕਿ ਜਦੋਂ ਹਮਲਾ ਹੋਇਆ ਤੇ ਮੈਂ ਨਾਲ ਦੀ ਨਾਲ ਹੀ ਇਹਨਾਂ ਦੇ ਸੰਪਰਕ ਦੇ ਵਿੱਚ ਸੀਗਾ, ਪਰ ਮੇਰੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ, ਇਹ ਬਿਲਕੁਲ ਝੂਠ ਬੋਲਿਆ ਜਾ ਰਿਹਾ। ਉਹਨਾਂ ਨੇ ਕਿਹਾ ਕਿ DGP ਦਿਨਕਰ ਗੁਪਤਾ ਨੂੰ ਮੈਂ ਖੁਦ ਫੋਨ ਕੀਤਾ
फिर गल करिए कि पंजाब पुलिस के जोड़े मुलाजम आई सुरक्षा करने की थान के उत्ते सू फसा लगे हुए हैं। उन्होंने कहा जी कि कल जीके चांपला होली जा रहे थे एक दलित परिवार के घर के हाल चाल पूछे तो राह किसान ने रोक लिया। इन्होंने जान बुझ के उधर भी गड्डी पवाई है जिधर भी किसान वालों इन्हों घेरा पाया जाए चांपला होर चाहिए उन्होंने इस भी सुरक्षित थाने वाल भी जाते तो फिर जो विजय चांपला होर की सुरक्षा करनी थी तो सुरक्षा करनी था कि उन्होंने गिरफ्तार करके ले गई। उन्होंने कहा जी कि पंजाब की पुलिस इस वक्त बहुत माड़ा किरदार निभा रही है साडे खिलाफ तो ये गल सब के सामने है कि असी बर्दाश्त नहीं करांगे। उधर पंजाब दे विच बड़े बिजली संकट का खतरा है यह गल कैप्टन अमरिंदर सिंह ने कही है जी। देखो गल दवाना साहब यह है कि पंजाब दे विच बिजली संकट का रौला पिछले कई हफ्तों तो कैप्टन होरी पा रहे हैं। वो ये गल कहते हैं भी रेल गड्डिया आ नहीं रही माल गड्डिया आ नहीं रही पंजाब च तो फिर कूड़ा कि नहीं आएगा। वह कहने जी कि जिक्र माल गड्डिया ही ना पंजाब च वरन दिखा तो फिर डीएपी ते यूरिया खाद का प्रबंध कि नहीं होगा। वो ये गल कहने भी जेकर पंजाब दे विच यही परिस्थितियां रही तो यह दसो भी कि असी बिजली में किवें जारी रख सकेंगे तो फसलों की बिजाई कि नहीं होगी। वह कहने चलो फसलों की बिजाई का भी बन लिया भी चलो ट्रकों के राही असी खाद डीएपी ते यूरिया मंगवा लेंगे पर यह दसो भी कूले बिना किवें चलूगा। कैप्टन अमरिंदर सिंह ने कल कैप्टन में सवाल जरा फेसबुक के उत्ते प्रोग्राम करते होंगे उन्होंने कल एक डरावा जहा फेर दिता भी पंजाब का कम तो समझ लो हो गया धुप तो हनेरा समझो छा गया। वो कहते भी लहरा मुहब्बत के थर्मल प्लांट के दो बिजली यूनिट है जोड़े वो हूं तक बंद हो चुके हैं कोले की घाट के करके। तरन तारण वाला भी एक यूनिट बंद हो चुका बाकी भी यूनिट बंद करने की तैयारी है क्योंकि कोला हूं ना मात्र है। उन्होंने कहा भी कि असी अपनी सरकार के तीन मंत्रियों की ड्यूटी लाई है किसानों के नाल गलबात करने के लिए भी तुम थोड़ी जी ढिल दो पहलिया माल गड्डिया तो अंदर आ लैन दो पर हाले तक सफलता नहीं मिली। उन्होंने कहा भी कि चाहिए से केंद्र सरकार को एक किसानों की कदर कर दे जो बुलाए सी तो इन्होंने सत्कार देंगे इन्होंने मसले सारे हल कर दे पर उन्होंने किसानों की बेइज्जती की है जिदे करके किसान होर तप गए हैं। इस करके गल यह है भी पंजाब के धुप हनेरा छा लेना हूं तो लंबे बिजली कट भी लगने शुरू हो जाने हैं जा हो चुके हैं कई थावान उत्ते। उन्होंने कहा जी कि साढ़े हाथ खड़े है फिर उन्होंने कहा जी कि सानू वार वार कह दिंदा भी नैशनल ग्रिड तो बिजली ही लो जेकर पंजाब वाला ग्रिड बंद हो जाता तो उन्होंने कहा जी कि साढ़े को पैसा गया सानू है जी तो यह दसो जी कि असी किवें कर गए जी। बिल्कुल बिल्कुल उधर पता लगा जी जेडे बीजेपी आले ने पंजाब दे विच उन्होंने कोई राह नहीं सुझ रहा भी वह किधर जान किहड़े पासे जान भंबड़ भूसे च पए हुए ने। हां जी यह गल सच्ची है जी कि बीजेपी के जेडे नेता उन्होंने इस वक्त पंजाब दे विच राह नहीं सुझ रहा भी असी की करिए ते की ना करिए। उन्होंने खुद नूं घेरा पवा ही हो जा लिया भी उन्हां दी बेवसी जी हुण होई पई है। पहला तो यही गल कही जाए कि जी कांग्रेस गुमराह कर रही है कांग्रेस गुमराह कर रही है पर हुण जदों सिर तों पानी लंघ गया हुण जदों बुरा हाल हो रहा तो उन्होंने इस गल का यह समझ नहीं पै रही कि भाई सानू अगला स्टेप की पटना चाहिए क्योंकि तरन चुग का घर हो गए वह भी घेरिया पिया जे गल करके इस वक्त उधरों रजिंद्र मोहन शीना भी वह घर घेर लेंगे अश्विनी शर्मा जिते जाते हैं घेरा पै जाता जे इतने बाकी बीजेपी के नेता है उन्होंने घर का घराओ लगातार हो रहा। बीजेपी के नेता पहला तो इस गल के उत्ते जोर देंदे रहे भी असी इस गल को उभारे जी कि कांग्रेस के वालों सारा कुछ किया जा रहा पर हुण तो गल यह जी कि उन्होंने समझ नहीं आती कि असी नाम कि लैगे तो कि ना लैगे वो हुण इस वक्त बिल्कुल बैकफुट के उत्ते है पंजाब के असहज महसूस कर रहे हैं। पंजाब के एक दो बीजेपी नेतावान के नाल मैं भी गल की भी भाई अज की तरीक के तुम तो कहने भी असी 117 117 सीटा से आपके बंदे खड़े करा तो यह कहने भी 2022 सरकार बना के रहोंगे पर तुम्हें लगता भी इस परिस्थिति के सरकार बना सकोगे वो असल इस वक्त छिथे जे पे हुए हैं। हुण उन्होंने गल्ला कहनिया पैनिया जी कि असी बहुत वट कढ देंगे लोग तो साढ़े हक के
ਪਰ ਉਹਨਾਂ ਨੂੰ ਇਹ ਪਤਾ ਵੀ ਭਾਈ ਝੱਗੇ ਤਾਂ ਸਾਡੇ ਹੁਣ ਲੋਕ ਪਾਈ ਜਾਂਦੇ ਆ ਤੇ ਸਮਾਂ ਕਾਲ ਬਾਅਦ ਕੀ ਬਣੂਗਾ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਬੀਜੇਪੀ ਦੇ ਨੇਤਾ ਜਿਹੜੇ ਪੰਜਾਬ ਦੇ ਉਹ ਜਿੱਥੇ ਵੀ ਕਿਤੇ ਕਿਸਾਨਾਂ ਨੂੰ ਸਮਝਾਉਣ ਦੇ ਵਾਸਤੇ ਜਾਂਦੇ ਆ ਵੀ ਭਾਈ ਅਸੀਂ ਐਂ ਕਰਾਂਗੇ ਜੀ, ਅਸੀਂ ਤੁਸੀਂ ਬੇਫਿਕਰੋ, ਤੁਹਾਡੇ ਬਾਰੇ ਆਹ ਸੋਚਿਆ ਹੋਇਆ, ਤੁਹਾਡੇ ਬਾਰੇ ਆਹ ਸੋਚਿਆ ਹੋਇਆ, ਉਹ ਬਿਲਕੁਲ ਇਸ ਗੱਲ ਨੂੰ ਮਨਜ਼ੂਰ ਨਹੀਂ ਕਰ ਰਹੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਸ ਪਖੰਡਬਾਜ਼ੀ ਨੂੰ, ਅਸੀਂ ਇਸ ਡਰਾਮੇਬਾਜ਼ੀ ਨੂੰ ਲਾਗੂ ਨਹੀਂ ਹੋਣ ਦੇਣਾ। ਸੋ ਬੀਜੇਪੀ ਇਸ ਵਕਤ ਅਸਹਿਜ ਮਹਿਸੂਸ ਕਰ ਰਹੀ ਹੈ ਪੰਜਾਬ ਦੇ ਵਿੱਚ। ਬਾਕੀ ਆਉਂਦੇ ਦਿਨਾਂ ਦੇ ਵਿੱਚ ਕੀ ਬਣਦਾ ਕੀ ਨਹੀਂ ਬਣਦਾ ਕੁਝ ਕਹਿ ਨਹੀਂ ਸਕਦੇ, ਪਰ ਇੱਕ ਰਾਏ ਜ਼ਰੂਰ ਹੈਗੀ ਹੈ ਵੀ ਤੁਸੀਂ ਇਹ ਜੋ ਕਹਿੰਦੇ ਵੀ ਸਵਾ ਸਾਲ ਬਾਅਦ ਅਸੀਂ ਐਂ ਚੋਣ ਜਿੱਤਾਂਗੇ, ਅਸੀਂ ਬਹੁਤ ਨਾਲ ਸਰਕਾਰ ਬਣਾ ਲਾਂਗੇ, ਸਵਾ ਸਾਲ ਦਾ ਫਿਕਰ ਪਹਿਲਾਂ ਘੱਟ ਕਰੋ। ਅੱਜ ਆਪਾਂ ਘਰਾਂ ਦੇ ਵਿੱਚੋਂ ਬਾਹਰ ਵੀ ਨਿਕਲ ਰਹੇ ਜਾਂ ਨਿਕਲ ਨਹੀਂ ਸਕਦੇ, ਇਹਦਾ ਫਿਕਰ ਵੱਧ ਕਰਨਾ ਚਾਹੀਦਾ। ਜੀ ਜੀ ਜੀ, ਉਧਰ ਭੋਗਪੁਰ ਦੇ ਵਿੱਚ ਦਿਨ ਦਿਹਾੜੇ ਇੱਕ ਬੈਂਕ ਦੇ ਵਿੱਚ ਡਾਕਾ ਪਿਆ ਜੀ, ਗਨਮੈਨ ਦੀ ਹੱਤਿਆ। ਹਾਂ ਬਿਲਕੁਲ ਜੀ, ਇਹ ਬੜੇ ਦੁੱਖ ਦੀ ਖਬਰ ਹੈਗੀ ਆ। ਪੰਜਾਬ ਦੇ ਵਿੱਚ ਦਿਨ ਦਿਹਾੜੇ ਬੈਂਕਾਂ ਲੁੱਟੀਆਂ ਜਾ ਰਹੀਆਂ, ਪੰਜਾਬ ਦੇ ਵਿੱਚ ਦਿਨ ਦਿਹਾੜੇ ਬਹੁਤ ਕੁਝ ਮਾੜਾ ਵੀ ਹੋ ਰਿਹਾ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਛਿੱਕੇ ਟੰਗਿਆ ਜਾ ਰਿਹਾ, ਇਹ ਇੱਕ ਚਿੰਤਾਜਨਕ ਵਰਤਾਰਾ ਹੈਗਾ, ਇੱਦਾਂ ਨਹੀਂ ਹੋਣਾ ਚਾਹੀਦਾ। ਉਸ ਤੋਂ ਅਗਲੀ ਗੱਲ ਇਹ ਆ ਵੀ ਭੋਗਪੁਰ ਦੇ ਵੱਲੋਂ ਜਿਹੜੀ ਖਬਰ ਆਈ ਹੈ ਇਹਦੇ ਮੁਤਾਬਕ ਯੂਕੋ ਬੈਂਕ ਦੇ ਵਿੱਚ ਕੱਲ੍ਹ ਦੁਪਹਿਰ ਦੇ ਡੇਢ ਕੁ ਵਜੇ ਦੇ ਕਰੀਬ ਚਾਰ ਨਕਾਬ ਪੋਸ਼ ਲੋਕ ਪਹੁੰਚੇ ਆ। ਉਹਨਾਂ ਦੇ ਵਿੱਚੋਂ ਦੋਵਾਂ ਨੇ ਕੈਸ਼ੀਅਰ ਦੇ ਕੋਲੇ ਜਾ ਕੇ ਲੁੱਟ ਗੋ ਕਰਨੀ ਚਾਹੀ, ਤੇ ਜਿਹੜਾ ਇੱਥੋਂ ਦਾ ਗਨਮੈਨ ਹੈਗਾ ਸੁਰਿੰਦਰ ਸਿੰਘ, ਉਹਨੇ ਲੁੱਟ ਖੋਹ ਦੀ ਸਥਿਤੀ ਨੂੰ ਵੇਖਦਿਆਂ ਤੇ ਟੂਟੀ ਮੈਨੇ ਜਾਂ ਕਹਿ ਦਈਏ ਵੀ ਹੱਥੋਂ ਪਾਈ ਹੋ ਗਿਆ ਉਹ, ਤੇ ਉਹ ਜਦੋਂ ਹੱਥੋਂ ਪਾਈ ਹੋਇਆ ਤਾਂ ਫਿਰ ਦੋ ਗੋਲਗਾ ਉਹਦੇ ਮਾਰੀਆਂ ਇਹਨਾਂ ਲੁਟੇਰਿਆਂ, ਉਹਦੀ ਵਿਚਾਰੇ ਦੀ ਮੌਤ ਹੋ ਗਈ ਆ। 6 ਲੱਖ ਤੇ 20-25 ਹਜ਼ਾਰ ਦੇ ਕਰੀਬ ਰੁਪਈਆ ਜਿਹੜਾ ਉਹ ਲੈ ਕੇ ਤੇ ਭੱਜ ਗਏ ਹੈਗੇ ਲੁਟੇਰੇ। ਇਹ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਹਾਲ ਹੈਗਾ। ਭਾਵੇਂ ਇਹ ਗੱਲ ਕਹੀ ਜਾਵੇ ਜੀ ਕਿ ਅਸੀਂ ਸਾਰੇ ਪ੍ਰਬੰਧ ਕੀਤੇ ਹੋਏ ਆ, ਅਸੀਂ ਤਾਂ ਜੀ ਕਮਾਲ ਕਰ ਦਿੰਦੇ ਹਾਂ, ਪੰਜਾਬ ਦੇ ਵਿੱਚ ਤਾਂ ਕੋਈ ਕੰਮ ਨਹੀਂ ਮਾਰ ਸਕਦਾ, ਪਰ ਇਹ ਆ ਗੱਲ ਅਸਲ ਦੇ ਵਿੱਚ ਵੀ ਇਸ ਵਕਤ ਆਰਜਾ ਪਾਰ ਦੀ ਲੜਾਈ ਕਾਨੂੰਨ ਬੇਸ਼ੱਕ ਕਹੀ ਜਾਂਦੀ ਹੈ, ਪੁਲਿਸ ਕਹੀ ਜਾਂਦੀ ਹੈ ਕਿ ਅਸੀਂ ਕਰ ਰਹੇ ਹਾਂ, ਪਰ ਏਦਾਂ ਦਾ ਕੋਈ ਕੁਛ ਨਹੀਂ ਕਰ ਰਿਹਾ। ਪੰਜਾਬ ਦੇ ਵਿੱਚ ਸਥਿਤੀ ਇਸ ਵਕਤ ਚਿੰਤਾਜਨਕ ਹੈਗੀ ਹੈ ਜੀ। ਉਧਰ ਕੋਰੋਨਾ ਦਾ ਜਿਹੜਾ ਕਹਿਰ ਹੈ ਸਾਰੀ ਦੁਨੀਆਂ ਦੇ ਉੱਤੇ, ਠੰਡ ਵਧਣ ਦੇ ਕਾਰਨ ਇੱਕ ਵਾਰੀ ਪੂਰੇ ਜਲਾਓ ਦੇ ਨਾਲ ਅੱਗੇ ਵਧ ਰਿਹਾ ਹੈ। ਯੂਰਪ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕੋਰੋਨਾ ਜਿਹੜੀ ਹੈ ਉਹ ਕਾਫੀ ਫੈਲ ਚੁੱਕੀ ਹੈ, ਤੇ ਯੂਰਪ ਨੂੰ ਇਸ ਗੱਲ ਦਾ ਖਤਰਾ ਵੀ ਖੜਾ ਹੋ ਗਿਆ ਵੀ ਜੇ ਅਸੀਂ ਨਾ ਸੰਭਲੇ ਤਾਂ ਮੁਸ਼ਕਲ ਹੋਜੂ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੱਡੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ, ਕੀ ਵਿਚਾਰ ਕੀਤੇ ਨੇ ਕੋਰੋਨਾ ਦੇ ਨਾਲ ਸਿੱਝਣ ਦੇ ਲਈ? ਦੇਖੋ ਗੱਲ ਤਾਂ ਇਹ ਹੈਗੀ ਜੀ ਅਸਲ ਦੇ ਵਿੱਚ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ, ਉਹਨਾਂ ਦੇ ਵੱਲੋਂ ਵੱਖ ਵੱਖ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਜਿਹੜੀ ਉਹ ਗੱਲਬਾਤ ਦੀ ਵਜ੍ਹਾ ਇਹ ਹੈਗੀ ਹੈ ਕਿ ਕੋਰੋਨਾ ਦੇ ਮਾਮਲੇ ਚ ਅਸੀਂ ਖੜੇ ਕਿੱਥੇ ਗਏ ਹਾਂ, ਕਿਉਂਕਿ ਗੱਲੀ ਬਾਤੀ ਤਾਂ ਅਸੀਂ ਬਹੁਤ ਕੁਝ ਕਰਤਾ ਤੇ ਬਹੁਤ ਕੁਝ ਕਰ ਰਹੇ ਹਾਂ, ਪਰ ਹਕੀਕਤ ਕੀ ਹੈ ਇਹਦੇ ਬਾਬਤ ਸਮੇਂ ਸਮੇਂ ਤੇ ਖ਼ਬਰਾਂ ਨਸ਼ਰ ਹੋ ਹੀ ਰਹੀਆਂ। ਕੱਲ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਵੱਧ ਤੋਂ ਵੱਧ ਟੈਸਟ ਕੀਤੇ ਜਾਣ, ਵੱਧ ਤੋਂ ਵੱਧ ਸਕਰੀਨਿੰਗ ਕੀਤੀ ਜਾਵੇ, ਤੇ ਜਿੰਨੀ ਵੀ ਬਚਾਅ ਹੋ ਸਕਦਾ ਤੇ ਉਸ ਬਚਾਅ ਦੇ ਵੱਲ ਖਿਆਲ ਹੈ ਜਿਹੜਾ ਉਹ ਹੋਰ ਕੀਤਾ ਜਾਵੇ, ਕਿਉਂਕਿ ਹੁਣ ਕਈ ਦੇਸ਼ ਇਹੋ ਜਿਹੇ ਹੈ ਜਿੱਥੇ ਕਿ ਕੋਰੋਨਾ ਮੁੜ ਘੱਟ ਕੇ ਫਿਰ ਵੱਧ ਰਿਹਾ। ਹੁਣ ਗੱਲ ਅਸੀਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਕਰਨਗੇ, ਟੋਰਾਂਟੋ ਦੀ, ਉੱਥੇ ਕੋਰੋਨਾ ਇੱਕ ਵਾਰ ਘੱਟ ਕੇ ਤੇ ਇੱਕਦਮ ਫਿਰ ਵਧਣਾ ਸ਼ੁਰੂ ਹੋ ਗਿਆ, ਤੇ ਕਿਉਂਕਿ ਭਾਰਤ ਇੱਕ ਵੱਡਾ ਦੇਸ਼ ਆ ਆਬਾਦੀ ਦੇ ਪੱਖ ਤੋਂ ਤੇ ਸਹੂਲਤਾਂ ਦੀ ਘਾਟ ਦੇ ਪੱਖ ਤੋਂ ਵੀ ਵੱਡਾ ਹੈਗਾ, ਇਸ ਕਰਕੇ ਜੇਕਰ ਇੱਥੇ ਘੱਟ ਕੇ ਤੇ ਫਿਰ ਕੇਸ ਵਧਣ ਲੱਗ ਪਏ ਤਾਂ ਪਤਾ ਨਹੀਂ ਕਿੰਨੀਆਂ ਮੌਤਾਂ ਹੋ ਜਾਣੀਆਂ। ਇਸ ਕਰਕੇ ਕੱਲ੍ਹ ਪ੍ਰਧਾਨ ਮੰਤਰੀ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਅਧਿਕਾਰੀਆਂ ਦੇ ਨਾਲ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸਕਰੀਨਿੰਗ ਦੇ ਵੱਲ ਜ਼ੋਰ ਦਿਓ ਤੇ ਵੱਧ ਤੋਂ ਵੱਧ ਟੈਸਟ ਕੀਤੇ ਜਾਣ ਤਾਂ ਜੋ ਇਹ ਬਿਮਾਰੀ ਦੁਬਾਰਾ ਨਾ ਉੱਠ ਸਕੇ। ਬੇਸ਼ੱਕ ਪੰਜਾਬ ਦੇ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਸਕੂਲ ਖੋਲਣ ਦੀ ਚਰਚਾ ਹੋਈ ਹੈ, ਮਹਾਰਾਸ਼ਟਰ ਦੇ ਵਿੱਚ ਵੀ ਕਈ 12 ਕਈ ਹੋਰ ਚੀਜ਼ਾਂ ਖੋਲਣ ਦੀ ਚਰਚਾ ਹੋਈ ਹੈ, ਪਰ ਬੀਜੇਪੀ ਵਾਲੇ ਇਸ ਗੱਲ ਦੇ ਅੜੇ ਨੇ ਸਾਰੇ ਭਾਰਤ ਦੇ ਵਿੱਚ ਕਿ ਮਹਾਰਾਸ਼ਟਰ ਦੀ ਉਧਵ ਠਾਕਰੇ ਸਰਕਾਰ ਜਿਹੜੀ ਹੈ ਉਹ ਗਲਤ ਕਰ ਰਹੀ ਹੈ, ਮੰਦਰਾਂ ਦੇ ਦਰਵਾਜ਼ੇ ਖੋਲ ਦੇਣੇ ਚਾਹੀਦੇ ਨੇ। ਉਥੋਂ ਦੇ ਰਾਜਪਾਲ ਕੋਸ਼ਿਆਰੀ ਨੇ ਵੀ ਇਹ ਗੱਲ ਕਹੀ ਹੈ, ਹੁਣ ਦੇਖਣਾ ਇਹ ਬਣਦਾ ਹੈ ਇੱਕ ਪਾਸੇ ਪ੍ਰਧਾਨ ਮੰਤਰੀ ਕੀ ਫੈਸਲਾ ਲੈਂਦੇ ਨੇ, ਦੂਜੇ ਪਾਸੇ ਬੀਜੇਪੀ ਦੇ ਆਮ ਜਿਹੜੇ ਲੋਕ ਨੇ, ਆਮ ਮੰਤਰੀ ਨੇ ਵਿਰੋਧੀ ਪਾਰਟੀਆਂ ਦੇ ਨਾਲ ਕਿਹੋ ਜਿਹੇ ਵਰਤਾਅ ਕਰਦੇ ਨੇ। ਜੀ ਟੈਣਾ ਸਾਹਿਬ,
ਦੇਖੋ ਜੀ ਗੱਲ ਤਾਂ ਇਹ ਹੈਗੀ ਆ ਕਿ ਜਿਸ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਮੰਦਰਾਂ ਦੇ ਦਰਵਾਜ਼ੇ ਤਾਂ ਖੋਲੇ ਨਹੀਂ ਗਏ ਤੇ ਜਿਹੜੀਆਂ ਬੀਅਰ ਬਾਰ ਆ ਤੇ ਜਿਹੜੇ ਬਾਕੀ ਬਾਰ ਹੈਗੇ ਡਾਂਸ ਮਿਊਜ਼ਿਕ ਕਰਨ ਵਾਲੀਆਂ ਉਹਨਾਂ ਦੇ ਦਰਵਾਜ਼ੇ ਸਭ ਦੇ ਉਹ ਜਿਹੜੇ ਆ ਖੋਲ ਦਿੱਤੇ ਗਏ ਆ। ਇਸ ਮਾਮਲੇ ਦੇ ਉੱਤੇ ਸਭ ਦੇ ਆਪੋ ਆਪਣੇ ਵਿਚਾਰ ਹੈਗੇ ਆ। ਕਿਸੇ ਦਾ ਇਹ ਕਹਿਣਾ ਜੀ ਕਿ ਇਹ ਗਲਤ ਆ, ਕਿਸੇ ਦਾ ਕਹਿਣਾ ਜੀ ਕਿ ਸਰਕਾਰ ਸਹੀ ਕਰ ਰਹੀ ਆ, ਪਰ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਇਹ ਗੱਲ ਆਖ ਰਹੇ ਆ ਜੀ ਕਿ ਇੱਦਾਂ ਗੱਲ ਚੱਲਣੀ ਨੀਗੀ, ਇਹ ਤਾਂ ਧੱਕਾ ਕੀਤਾ ਜਾ ਰਿਹਾ ਲੋਕਾਂ ਦੀ ਆਸਥਾ ਦੇ ਨਾਲ। ਸੋ ਇਹ ਗੱਲ ਆਪਣੀ ਥਾਂ ਦੇ ਉੱਤੇ ਸਹੀ ਵੀ ਆ, ਕਿਉਂਕਿ ਦੇਖੋ ਆਸਥਾ ਦੀ ਅਸੀਂ ਕਦਰ ਕਰਦੇ ਹਾਂ, ਸਭ ਦੀ ਕਿਸੇ ਨਾ ਕਿਸੇ ਧਰਮ ਦੇ ਵਿੱਚ ਆਸਥਾ ਹੈਗੀ ਆ। ਪਰ ਗੱਲ ਇਹ ਵੀ ਯੂਪੀ ਦੀ ਸਰਕਾਰ ਨੇ ਆਪਦੇ ਕਿਰਦਾਰ ਦੇ ਉੱਤੇ ਸਵਾਲ ਖੁਦ ਹੀ ਖੜੇ ਕਰਵਾਉਣੇ ਸ਼ੁਰੂ ਕੀਤੇ ਆ ਵੀ ਮੰਦਰ ਨਹੀਂ ਖੋਲੇ ਤੇ ਬਾਕੀ ਸਭ ਕੁਝ ਖੋਲ ਦਿੱਤਾ। ਸੋ ਕੱਲ ਕੰਗਣਾ ਰਣੌਤ ਨੇ ਇੱਕ ਜੇ ਮਹਾਰਾਸ਼ਟਰ ਦੀ ਸਰਕਾਰ ਨਹੀਂ ਚਾਹੁੰਦਾ, ਉਹਨੇ ਕਿਹਾ ਸੀ ਕੰਗਣਾ ਰਣੌਤ ਨੇ ਕਿ ਜਿਹੜੀ ਸਾਡੀ ਸਰਕਾਰ ਆ ਮਹਾਰਾਸ਼ਟਰ ਦੀ ਇਹ ਗੁੰਡਿਆਂ ਦੀ ਸਰਕਾਰ ਆ, ਗੁੰਡਿਆਂ ਨੇ ਉਹ ਥਾਵਾਂ ਖੋਲ ਦਿੱਤੀਆਂ ਜਿੱਥੇ ਗੁੰਡਾਗਰਦੀ ਹੁੰਦੀ ਆ ਤੇ ਜਿਹੜੀਆਂ ਆਸਥਾ ਦੇ ਨਾਲ ਜੁੜੀਆਂ ਦੁਕਾਨਾਂ ਤੇ ਜਾਂ ਕਹਿ ਲਈਏ ਵੀ ਆਸਥਾ ਦੇ ਅਦਾਰੇ ਆ ਜਿਹੜੇ ਤੇ ਉਹਨਾਂ ਦੇ ਵੱਲ ਇਹਨਾਂ ਦੇ ਵੱਲੋਂ ਖਿਆਲ ਨਹੀਂ ਕੀਤਾ ਜਾਂਦਾ ਤੇ ਜਿਹਦੇ ਕਰਕੇ ਲੋਕ ਭੜਕੇ ਹੋਏ ਆ ਜੀ। ਜੀ ਕੰਗਣਾ ਨਰੌਤ ਕਿਹੜਾ ਪੁਜਾਰੀ ਆ ਕਿਸੇ ਮੰਦਰ ਦੀ, ਉਹਨੂੰ ਆਪਣੇ ਬਿਆਨ ਦੇਣ ਤੋਂ ਪਹਿਲਾਂ ਕਈ ਵਾਰੀ ਸੋਚਣਾ ਪਊਗਾ। ਸਮਾਂ ਬਹੁਤ ਅੱਗੇ ਲੰਘ ਗਿਆ, ਬਹੁਤ ਬਹੁਤ ਸ਼ੁਕਰੀਆ ਟਹਿਣਾ ਸਾਹਿਬ, ਬਹੁਤ ਬਹੁਤ ਧੰਨਵਾਦ ਦਿੰਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਫਿਰ ਅਗਲੇ ਹਫ਼ਤੇ ਮਿਲਣ ਦੇ ਵਾਅਦੇ ਨਾਲ। ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ। ਸੋ ਦੋਸਤੋ, ਇਹ ਸੀ ਸਰਦਾਰ ਸਵਰਨ ਸਿੰਘ ਟਹਿਣਾ, ਖ਼ਬਰਾਂ ਦੀ ਦੁਨੀਆਂ ਦੇ ਵਿੱਚ ਖ਼ਬਰਾਂ ਦੀ ਖ਼ਬਰਸਾਰ, ਬਹੁਤ ਹੀ ਕਮਾਲ ਦੀ ਕਰਦੇ ਨੇ। ਸੋ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਅਗਲੇ ਹਫ਼ਤੇ ਮਿਲਣ ਦੇ ਵਾਅਦੇ ਨਾਲ। ਜੀਤ ਕਦੋਂ ਵਾਲਾ ਤਿਆਰ ਬਰ ਤਿਆਰ ਬੈਠੇ ਨੇ, ਬੋਲ ਪੰਜਾਬੀ ਢੋਲ ਪੰਜਾਬੀ ਲੈ ਕੇ ਚਲਦਿਆਂ ਜੀਤ ਕਦੋਂ ਵਾਲੇ ਦੇ ਨਾਲ ਮੈਨੂੰ ਦਿਓ ਇਜਾਜ਼ਤ। ਕਿੱਦਾਂ ਦਾ ਲੱਗਿਆ ਪ੍ਰੋਗਰਾਮ, ਕਾਲ ਕਰ ਸਕਦੇ ਹੋ 219-670-4479 info@chanpadesi.com ਤੇ ਜਾ ਕੇ ਵਿਚਾਰ ਪੇਸ਼ ਕਰ ਸਕਦੇ ਹੋ। ਸਤਿ ਸ੍ਰੀ ਅਕਾਲ ਦੋਸਤੋ।